ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਵਾਜ਼ੇ ਕੌਮ ਦੇ ਦਰਸ਼ਕੋ ਪ੍ਰੋਗਰਾਮ ਘੱਲੂਘਾਰਾ ਜੂਨ 1984 ਦੀ ਯਾਦ ਦੇ ਵਿੱਚ ਆਪ ਜੀ ਨੂੰ ਜੀਆਂ ਆਖਦੇ ਹਾਂ ਅਤੇ ਅੱਜ 5 ਜੂਨ ਹੈ ਅਤੇ ਵੱਖ ਵੱਖ ਸ਼ਖਸੀਅਤਾਂ ਦੇ ਨਾਲ ਅੱਖੀ ਡਿੱਠੇ ਗਵਾਹਾਂ ਦੇ ਨਾਲ ਤੁਹਾਡੀ ਮੁਲਾਕਾਤ ਅਸੀਂ ਕਰਾਉਂਦੇ ਆਏ ਹਾਂ ਪਿਛਲੇ 23 ਮਈ ਤੋਂ। ਅਤੇ ਅੱਜ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਦਮਦਮੀ ਟਕਸਾਲ ਨਾਲ ਸੰਬੰਧਿਤ ਭਾਈ ਸਾਹਿਬ ਭਾਈ ਸੁਖਵੰਤ ਸਿੰਘ ਜੀ ਜਲਾਲਾਬਾਦ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਬਹੁਤ ਨਜ਼ਦੀਕੀ ਸਾਥੀ ਅਤੇ ਉਹਨਾਂ ਦੇ ਨਾਲ ਜਿਹੜੇ ਤੁਹਾਡੇ ਨਾਲ ਰੂਬਰੂ ਹੋਵਾਂਗੇ, ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ 36 ਸਾਲ ਹੋ ਗਏ ਆ ਅਤੇ ਉਹ ਦਿਨ ਜਦੋਂ ਮਤਲਬ ਯਾਦ ਹਰ ਰੋਜ਼ ਹੀ ਰਹਿੰਦੀ ਆ, ਲੇਕਿਨ ਜਦੋਂ ਆਹ ਦਿਨ ਆ ਜਾਂਦੇ ਆ ਅਤੇ ਉਦੋਂ ਫਿਰ ਤੁਸੀਂ ਕਿੱਦਾਂ ਮਹਿਸੂਸ ਕਰਦੇ ਆ? ਸਭ ਤੋਂ ਪਹਿਲਾਂ ਤੇ ਭਾਈ ਸਾਹਿਬ ਜੀ ਮੈਂ ਆਪ ਜੀ ਦਾ ਧੰਨਵਾਦ ਕਰਦਾ ਕਿ ਆਪ ਜੀ ਨੇ ਚੈਨਾ ਰਾਹੀਂ, ਕਿਉਂਕਿ ਜਿਉਂ ਜਿਉਂ ਇਹ ਸ਼ੱਕ ਘੱਲੂਘਾਰਾ ਪੁਰਾਣਾ ਹੁੰਦਾ ਜਾਂਦਾ ਤਿਉਂ ਤਿਉਂ ਜਿਹੜਾ ਵਾ ਉਹ ਸਾਨੂੰ ਨਵੇਂ ਨਵੇਂ ਅਹਿਸਾਸ ਤੁਸੀਂ ਚੈਨਾ ਰਾਹੀਂ ਜਿਹੜਾ ਵਾ ਉਹ ਸਾਨੂੰ ਦੱਸਦੇ ਗਏ ਨੇ ਤੇ ਪਹਿਲਾਂ ਏਡਾ ਮੀਡੀਆ ਦਾ ਹੁੰਦਾ ਨੀ ਸੀ। ਤੁਹਾਡਾ ਇਹ ਧੰਨਵਾਦ ਬਹੁਤ ਕਿ ਤੁਸੀਂ ਉਪਰਾਲਾ ਲਗਾਤਾਰ ਇਹ ਕਰਦੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਦੱਸਣ ਬਾਰੇ ਜਾਂ ਉਹਨਾਂ ਨੂੰ ਸੁਚੇਤ ਹੋ ਸਕਣ। ਹਾਂਜੀ, ਜਿਹੜਾ ਇਹ ਘੱਲੂਘਾਰਾ ਸੀ ਇਹ ਬਹੁਤ ਵੱਡਾ ਦੁਖਾਂਤ ਵਾਪਰਿਆ ਜਿਹੜਾ ਸਿੱਖ ਕੌਮ ਦੇ ਉੱਪਰ। ਇੱਕ ਤੇ ਕੋਈ ਦੁਸ਼ਮਣ ਹੁੰਦਾ ਜਾਂ ਦੁਸ਼ਮਣ ਚੜ੍ਹਾਈ ਕਰਦਾ, ਦੂਸਰਾ ਦੇਸ਼ ਜਾਂ ਦੂਸਰੀ, ਇੱਕ ਸਾਡੀ ਆਪਣੀ ਜਿਹੜੀ ਅਸੀਂ ਆਪਣੀ ਕੌਮ ਗੌਰਮੈਂਟ ਕਹਿੰਦੇ ਹੋਏ ਆਪਣੇ ਹਿੰਦੁਸਤਾਨ ਵਿੱਚ ਰਹਿੰਦੇ ਹੋਏ ਸਾਡੇ ਉੱਤੇ ਉਹਨਾਂ ਨੇ ਇਹ ਚੜ੍ਹਾਈ ਕਰਕੇ ਉਹ ਆਏ, ਇਹ ਵੱਡਾ ਦੁਖਾਂਤ ਜਿਹੜਾ ਸੀ ਸ਼ਾਇਦ ਕਿਤੇ ਸੁਣ ਜਾਂ ਇਹ ਨਾ ਵਾਪਰਿਆ ਹੋਵੇ ਜੀ। ਹਾਂਜੀ, ਬਹੁਤ ਵੱਡਾ ਠੀਕ। ਇਸ ਨੂੰ ਅਸੀਂ ਤਾਂ ਹੀ ਤੀਸਰਾ ਘੱਲੂਘਾਰਾ ਨਾਮ ਹੀ ਦਿੰਦੇ ਹਾਂ। ਦੋ ਪਹਿਲਾਂ ਹੋਏ ਸਿੱਖ ਕੌਮ ਤੇ ਤੀਸਰਾ ਇਹ ਹੋਇਆ ਜਿਹੜਾ ਕਿ ਸਾਡੇ ਅੱਖਾਂ ਦੇ ਸਾਹਮਣੇ ਸਾਨੂੰ ਅਸੀਂ ਵੇਖਿਆ ਵੀ ਹੰਡਾਇਆ ਵੀ ਹੈ ਸਾਰਾ ਜੀ। ਹਾਂਜੀ, ਤੇ ਭਾਈ ਸਾਹਿਬ ਜਿੱਦਾਂ ਤੁਸੀਂ ਥੋੜਾ ਜਿਹਾ ਜਿੱਦਾਂ ਸੰਖੇਪ ਰੂਪ ਦੇ ਵਿੱਚ ਆਪਣੇ ਬਾਰੇ ਦੱਸ ਦਿਓਗੇ ਵੀ ਤੁਸੀਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਨਜ਼ਦੀਕ ਕਿੱਦਾਂ ਗਏ ਤੇ ਦਮਦਮੀ ਟਕਸਾਲ ਦੇ ਨਾਲ ਕਿਵੇਂ ਜੁੜੇ? ਸਾਡੇ ਸਾਰੇ ਏਰੀਏ ਦੇ ਵਿੱਚੋਂ ਨਾ ਭਾਈ ਕਲਵਾਨ ਸਿੰਘ ਜੀ ਨਾਗੋ ਕੇ ਪਹਿਲੇ ਸਿੰਘ ਹੋਏ ਸ਼ਹੀਦ ਜਿਹੜੇ, ਅੱਛਾ ਜੀ, ਉਹ ਸਾਡੇ ਕੋਲ ਆਉਣ ਜਾਣ ਸੀ ਉਹਨਾਂ ਦਾ ਜ਼ਿਆਦਾ, ਉਹਨਾਂ ਦੀ ਰੁਚੀ ਸੀ ਸਾਰੇ ਸਿੰਘਾਂ ਨੂੰ ਆਪਣੇ ਨਾਲ ਜੋੜਨ ਦੀ। ਉੱਥੋਂ ਸਾਨੂੰ ਉਹਨਾਂ ਸੰਤਾਂ ਬਾਰੇ ਜਾਣਕਾਰੀ ਹੋਈ ਵੀ ਉਹ ਇੱਦਾਂ ਪਹਿਲਾਂ ਵੀ ਪ੍ਰਚਾਰ ਕਰਨ ਆਉਂਦੇ ਰਹੇ ਸੀ ਸਾਡੇ ਲਾਗੇ। ਬਹਾਦਰਪੁਰ ਹੈੱਡਕੁਆਟਰ ਸੀ, ਕਡੂਰ ਸਾਹਿਬ ਹੈੱਡਕੁਆਟਰ ਸੀ, ਸੰਤ ਬਾਬਾ ਕਰਤਾਰ ਸਿੰਘ ਉਹਨਾਂ ਨੇ ਬਣਾਇਆ ਸੀ। ਠੀਕ ਹੈ, ਇੱਥੇ ਪ੍ਰਚਾਰ ਉਹਨਾਂ ਨੇ ਤਾਂ ਥੋੜੇ ਥੋੜੇ ਪਿੰਡ ਨਾਲ ਜੋੜ ਕੇ ਆਪਣਾ ਸੈਂਟਰ ਬਣਾਏ ਸੀ। ਠੀਕ ਹੈ, ਸਿੱਖਿਆ ਪ੍ਰਚਾਰ ਕਥਾ ਅੰਮ੍ਰਿਤ ਸੰਚਾਰ, ਫਿਰ ਉਹੀ ਸੰਤ ਜਰਨੈਲ ਸਿੰਘ ਵੀ ਉਹ ਥੋੜਾ ਸਮਾਂ ਉਹਨਾਂ ਨੇ ਵੀ ਬਹੁਤ ਕੀਤਾ ਪ੍ਰਚਾਰ। ਠੀਕ ਹੈ, ਫਿਰ 77 ਤੋਂ ਬਾਅਦ ਵੀ। ਅੱਛਾ ਜੀ, ਜਿਹੜਾ ਅਸਲ ਚ ਸਾਨੂੰ ਰੁਚੀ 1982 ਦੇ ਵਿੱਚ ਜ਼ਿਆਦਾ ਸੰਤਾਂ ਦੇ ਪ੍ਰਤੀ ਹੋਈ, ਜਦੋਂ ਸੰਤਾਂ ਦੀ ਗ੍ਰਿਫਤਾਰੀ ਹੋਈ ਉਸ ਟਾਈਮ ਅਸੀਂ ਉੱਥੇ ਮੌਜੂਦ ਸਾਂ। ਠੀਕ ਹੈ, ਉਸ ਥਾਂ ਦੇ ਉੱਤੇ ਸੰਤਾਂ ਨੂੰ ਅਸੀਂ ਦੇਖਿਆ, ਜਿਹੜਾ ਜਾਓ ਜਲਾਲ ਉਹਨਾਂ ਦੇ ਉੱਤੇ ਆਪਣਾ ਨਾਲ ਗ੍ਰਿਫਤਾਰੀ ਦਿੱਤੀ। ਠੀਕ ਹੈ, ਇੱਕ ਵੱਖਰੀ ਸ਼ਖਸੀਅਤ ਉਹਨਾਂ ਦੀ ਨਜ਼ਰ ਆਈ। ਹਾਂਜੀ, ਯਾਨੀ ਪ੍ਰਭਾਵ ਪਿਆ ਸਾਡੇ ਉੱਪਰ ਉਹਨਾਂ ਦਾ ਬਹੁਤ। ਜਿਹੜਾ ਉਹ ਕਾਂਡ ਹੋਇਆ ਜਿੱਥੇ ਗੋਲੀ ਚੱਲੀ ਉਦੋਂ ਵੀ ਅਸੀਂ ਉੱਥੇ ਮੌਜੂਦ ਸਾਂ। ਅੱਛਾ ਜੀ, ਜਿਹੜੇ ਠੀਕ ਹੈ ਜਿਹੜੇ ਸਿੰਘ ਸ਼ਹੀਦ ਹੋਏ, ਉਸ ਤੋਂ ਬਾਅਦ ਫਿਰ ਸਾਡਾ ਮਨ ਜਿਹੜਾ ਸੀ ਪੱਕੇ ਤਰ੍ਹਾਂ ਦੇ ਨਾਲ ਜੁੜ ਗਿਆ। ਬਾਅਦ ਚ ਜਿਹੜੇ ਸਿੰਘ ਸਾਡੇ ਇਲਾਕੇ ਦੇ ਸੀ, ਬਹਾਦਰਪੁਰ ਦੇ ਸਿੰਘ ਭਾਈ ਪੰਨਾ ਸਿੰਘ ਜੀ, ਨਾਗੋਕੇ ਦੇ ਭਾਈ ਮੇਜਰ ਸਿੰਘ ਜੀ, ਭਾਈ ਲੱਖਾ ਸਿੰਘ ਜੀ, ਭਾਈ ਜੱਗਾ ਸਿੰਘ ਜੀ, ਇਸੇ ਤਰ੍ਹਾਂ ਭਾਈ ਸੁਰਿੰਦਰ ਸਿੰਘ ਜੀ, ਇਹ ਭਾਈ ਕੁਲਵੰਤ ਸਿੰਘ ਜੀ, ਸਾਰੇ ਸਿੰਘ। ਇਹ ਬੜਾ ਵੱਡਾ ਇੱਕ ਜਥਾ ਸੀ ਇਹਨਾਂ ਦਾ, ਭਾਈ ਸੁਖਦੇਵ ਸਿੰਘ ਜੀ ਬੱਬਰ, ਭਾਈ ਕੁਲਵੰਤ ਸਿੰਘ ਜੀ ਬੱਬਰ, ਸਾਰੇ ਸਿੰਘਾਂ ਨੇ ਫਿਰ ਉਸੇ ਰੋਸ ਵਜੋਂ ਤਿੰਨ ਤਾਂ ਪੱਟੀ ਕਾਂਡ, ਦੋ ਕਾਂਡ ਇਹਨਾਂ ਨੇ ਉੱਥੇ ਕੀਤੇ ਰੋਸ ਦੇ ਵਜੋਂ, ਉਹ ਜ਼ਿਆਦਾ ਮਸ਼ਹੂਰ ਹੋਏ। ਉਹਦੇ ਕਾਰਨ ਫਿਰ ਜਿਹੜੇ ਸਾਰੇ ਸਿੰਘ ਸੀ ਇਹ ਸੁਰਖੀਆਂ ਚ ਆਏ, ਬਾਅਦ ਚ ਪੀਓ ਵੀ ਹੋਏ, ਕੋਈ ਫੜੇ ਵੀ ਗਏ। ਬਲਵਿੰਦਰ ਸਿੰਘ ਫੌਜਕੀਪੁਰ ਫੜਿਆ ਗਿਆ, ਭਾਈ ਕੁਲਵੰਤ ਸਿੰਘ ਨੂੰ ਸ਼ਹੀਦ ਕਰਤਾ। ਹਾਂਜੀ, ਉਹ ਸਮੇਂ ਅਸੀਂ ਮੌਜੂਦ ਸਾਂ ਜਦੋਂ ਭਾਈ ਕੁਲਵੰਤ ਸਿੰਘ ਦਾ ਸਰੀਰ ਲਿਆਂਦਾ ਤੇ ਉਹਦੇ ਤੇ ਜੋ ਤਸ਼ੱਦਦ ਘਟਾਇਆ ਉਹਨਾਂ ਨੇ। ਅੱਛਾ ਜੀ, ਤੇ ਜਦੋਂ ਉਹਨਾਂ ਦਾ ਇਸ਼ਨਾਨ ਕਰਾਇਆ, ਸੰਤ ਬਾਬਾ ਜਰਨੈਲ ਸਿੰਘ ਜੀ ਨੇ ਹੱਥੀਂ ਆਪਣਾ ਇਸ਼ਨਾਨ ਕਰਾਇਆ ਜੀ ਉਹਨਾਂ, ਤੇ ਉਹਨਾਂ ਦੇ ਸਰੀਰ ਦੇ ਵਿੱਚ ਸਰੀਏ ਜਿਹੜਾ ਸੀ ਖੋਬ ਖੋਬ ਕੇ ਪੱਟਾਂ ਦੇ ਵਿੱਚ ਦੀ, ਤੇ ਇੰਨਾ ਜ਼ਿਆਦਾ ਤਸ਼ੱਦਦ ਕਰਤਾ ਸੀ ਉਹਨਾਂ ਦੀ, ਮਤਲਬ ਬਹੁਤ ਜ਼ਿਆਦਾ, ਮਤਲਬ ਸਰੀਰ ਦੇ ਵਿੱਚ ਦੀ ਸਰੀਏ, ਮਤਲਬ ਮਾਰ ਮਾਰ ਕੇ ਆਰ ਪਾਰ ਕੀਤੇ ਸੀ ਜਾਂ ਕਿਵੇਂ? ਜੀ ਜੀ, ਬਹੁਤ ਬੁਰੀ ਤਰ੍ਹਾਂ ਉਹਨਾਂ ਦੇ ਖੂਨ ਵੀ ਨਿਕਲ ਗਿਆ ਸੀ, ਸਾਰਾ ਖੂਨ ਸਰੀਰ ਦੇ ਵਿੱਚ ਰਿਹਾ ਜੋ ਸੀ ਉਹਨਾਂ ਦੇ। ਅੱਛਾ ਜੀ, ਤੇ
ਜਿੱਦਣ ਭੋਗ ਸੀ ਉਦਣ ਇੱਕ ਬੰਦਾ ਉੱਥੋਂ ਦੌੜ ਕੇ ਆਇਆ ਤੇ ਸੀਨੀਅਰ ਸਟਾਫ ਚੋਂ ਬੈਂਕ ਦੇ ਵਿੱਚ ਮੁਲਾਜ਼ਮ ਸੀ। ਅੱਛਾ ਜੀ। ਉਹਨੇ ਦੱਸਿਆ ਵੀ ਮੇਰੇ ਤੋਂ ਇੱਕ ਬੋਤਲ ਖੂਨ ਵੀ ਕੱਢੀ ਸਰਿੰਜਾਂ ਦੇ ਨਾਲ ਉਹਨਾਂ ਨੇ ਤੇ ਫਿਰ ਜਾ ਕੇ ਬੱਲੇ ਜਿੱਥੇ ਮੁਕਾਬਲਾ ਬਣਾਇਆ ਸੀ ਪਹਿਲਾਂ ਉਹਨੇ ਗੋਲੀਆਂ ਜਦੋਂ ਮਾਰੀਆਂ ਉਹਦੇ ਵਿੱਚੋਂ ਖੂਨ ਹੀ ਨਾ ਨਿਕਲਿਆ ਸਰੀਰ ਚੋਂ। ਅੱਛਾ। ਜਦੋਂ ਖੂਨ ਨਾ ਨਿਕਲਿਆ ਤੇ ਉਹਨਾਂ ਨੇ ਕਿਹਾ ਵੀ ਮੇਰਾ ਮੁਕਾਬਲਾ ਕੀ ਬਣਾਉਣਾ ਵਾ ਤੇ ਫਿਰ ਉਹਦੇ ਵਿੱਚੋਂ ਖੂਨ ਕੱਢਿਆ ਇੱਕ ਬੋਤਲ ਤੇ ਉਹ ਜਾ ਕੇ ਉੱਤੇ ਸੁੱਟਿਆ ਤੇ ਫਿਰ ਮੁਕਾਬਲਾ ਉਹਨਾਂ ਨੇ ਸ਼ੋਅ ਕੀਤਾ। ਅੱਛਾ। ਉਹਨੇ ਆ ਕੇ ਸੰਤਾਂ ਨੂੰ ਦੱਸਿਆ ਵੀ ਮੇਰੇ ਨਾਲ ਹੋਈ ਆ ਮੇਰੇ ਨਾਲ ਕੀਤਾ। ਸੰਤਾਂ ਨੇ ਫਿਰ ਅਸੀਂ ਪਹਿਲੀ ਵਾਰੀ ਵੇਖਿਆ ਜੀ ਸੰਤਾਂ ਦੇ ਅੱਖਾਂ ਦੇ ਵਿੱਚੋਂ ਵਿਰਾਗ ਚੜਦਾ ਵੀ ਕਹਿੰਦੇ ਸੀ ਵੀ ਜੇ ਉਹਨਾਂ ਨੂੰ ਮਾਰਨਾ ਸੀ ਤੇ ਗੋਲੀ ਨਾ ਮਾਰ ਦਿੰਦੇ ਇਸ ਤਰ੍ਹਾਂ ਕੋਹ ਕੋਹ ਕੇ ਜਿਹੜਾ ਸੀ ਨਹੀਂ ਸੀ ਮਾਰਨਾ ਚਾਹੀਦਾ ਸਾਡੇ ਸਿੰਘ ਨੂੰ ਇੰਨਾ ਤਸ਼ੱਦਦ। ਠੀਕ। ਉਹ ਜਦੋਂ ਸਾਰੀਆਂ ਗੱਲਾਂ ਮਨ ਚ ਵੇਖੀਆਂ ਸੀ ਕਿ ਇੱਕ ਨਜਾਇਜ਼ ਤੌਰ ਤੇ ਇੰਨਾ ਤਸ਼ੱਦਦ ਕਰਦਾ ਇੱਕ ਸੰਤਾਂ ਦੇ ਮਨਾਂ ਚ ਬੜਾ ਵੱਡਾ ਰੋਸ ਸੀ। ਅੱਛਾ ਜੀ। ਉਸ ਤੋਂ ਬਾਅਦ ਤਕਰੀਬਨ ਫਿਰ ਸੰਤ ਮਹਾਂਪੁਰਖ ਪੱਕੇ ਤੌਰ ਤੇ ਜਿਹੜਾ ਸੀ ਉਹ ਉੱਥੇ ਦਾਨਕ ਦਵਾ ਚਲੇ ਗਏ ਵੀ ਇਹਨਾਂ ਨੇ ਹੁਣ ਸਾਡੇ ਤੇ ਭਾਰ ਹੀ ਕਰਨਾ ਸਿੰਘਾਂ ਦੇ ਏਡਾ ਤਸ਼ੱਦਦ ਕਰਨ ਲੱਗ ਪਿਆ ਤੇ ਇਹਨਾਂ ਨੇ ਕਿਸੇ ਦੇ ਨਾਲ ਵੀ ਭਰੀ ਨਹੀਂ ਗੁਜ਼ਾਰ। ਠੀਕ ਹੈ। ਜਲੰਧਰ ਜੇਲ ਦੇ ਵਿੱਚ ਅੰਮ੍ਰਿਤਸਰ ਜੇਲ ਦੇ ਵਿੱਚ ਅਸੀਂ ਦੋ ਵਾਰੀ ਗ੍ਰਿਫਤਾਰੀ ਵੀ ਦਿੱਤੀ। ਉਦੋਂ ਵੀ ਉੱਥੇ ਇਹਨਾਂ ਦੇ ਬਚਨ ਸੁਣਨ ਨੂੰ ਮਿਲੇ ਫਿਰ ਪੱਕੇ ਤੌਰ ਤੇ ਅਸੀਂ ਬਾਅਦ ਦੇ ਵਿੱਚ ਫਿਰ ਉੱਥੇ ਹੀ ਉਹਨਾਂ ਦੇ ਕੋਲ ਹੀ ਕਿਉਂਕਿ ਸਿੰਘ ਸਾਰੇ ਇਲਾਕੇ ਦੇ ਸਾਡੇ ਨਾਲ ਰਹਿੰਦੇ ਦੇਸੀ ਸਿੰਘ ਤਕਰੀਬਨ 12-13 ਸਿੰਘਾਂ ਦਾ ਜਥਾ ਪਿੰਡੋਂ ਜਿਹੜਾ ਸੀ ਉਹ ਇੱਥੇ ਗਿਆ। ਉਹ ਨਾਗੂ ਪਿਆ ਦਾ ਜਥਾ ਵੱਜਦਾ ਹੁੰਦਾ ਸੀ ਬਹੁਤ ਸਿੰਘ ਸੀ ਭਾਈ ਮੇਜਰ ਸਿੰਘ ਜੀ ਭਾਈ ਸੁਰਿੰਦਰ ਸਿੰਘ ਜੀ ਹਾਂਜੀ ਭਾਈ ਲੱਖਾ ਸਿੰਘ ਜੀ ਭਾਈ ਜੱਗਾ ਸਿੰਘ ਜੀ ਇਸੇ ਤਰ੍ਹਾਂ ਭਾਈ ਧੰਨਾ ਸਿੰਘ ਜੀ ਭਾਈ ਬੁੱਕਰ ਸਿੰਘ ਜੀ ਭਾਈ ਬਲਵਿੰਦਰ ਸਿੰਘ ਜੀ ਕੋਲਕੀਪਰ ਹਾਂਜੀ ਭਾਈ ਰਾਮ ਸਿੰਘ ਜੀ ਸੁਲਤਾਨਵਿੰਡ ਵਾਲੇ ਜਥੇਦਾਰ ਸੀ ਉਹ ਵੀ ਉੱਥੇ ਵੀ ਇਹਨਾਂ ਕੋਲ ਰਹਿੰਦੇ ਹੁੰਦੇ ਸੀ। ਠੀਕ ਹੈ। ਇਹ ਸਾਰੇ ਜਿਹੜੇ ਸੀ ਤਕਰੀਬਨ 12 ਸਿੰਘ ਅਸੀਂ ਸਾਂ ਤੇ ਬਾਕੀ ਤਕਰੀਬਨ ਜਿਹੜੇ ਕਾਰ ਸੇਵਾ ਵਾਲੇ ਸਿੰਘ ਸੀ ਹਾਂਜੀ ਭਾਈ ਗੁਰਵੀਰ ਸਿੰਘ ਜੀ ਤੇ ਭਾਈ ਆਪਣਾ ਗੁਰਮੇਲ ਸਿੰਘ ਜੀ ਫੌਜੀ ਤੇ ਦਲਵੀਰ ਸਿੰਘ ਜੀ ਭਲਵਾਨ। ਅੱਛਾ ਜੀ। ਇਹਨਾਂ ਦੀ ਦਵਾਈ ਹੇਠ ਕਾਲੀ ਸਿੰਘ ਆਏ ਸੀ ਉਦੋਂ ਆਪਣਾ ਇਹ ਬਾਅਦ ਚ ਆਏ ਆ ਤਕਰੀਬਨ 84 ਚ ਲਾ ਲਓ ਸ਼ੁਰੂ ਚ। ਅੱਛਾ ਜੀ। ਠੀਕ ਹੈ। ਇਹਨਾਂ ਦੇ ਸਿੰਘ ਵੀ ਉੱਥੇ ਹੀ ਫਿਰ ਨਿਵਾਸ ਕਰਦੇ ਸੀ ਤਕਰੀਬਨ ਅਸੀਂ ਲੰਗਰ ਦੇ ਉੱਪਰ ਉਹਦਾ ਲਾ ਲਓ 80-85 ਸਿੰਘ ਸੀ ਸਾਰੇ। ਅੱਛਾ ਜੀ। ਸਭ ਤੋਂ ਵੱਡਾ ਜਿਹੜਾ ਸੀ ਸਿੰਘਾਂ ਦੀ ਰੈਸ ਲੰਗਰ ਦੇ ਉੱਪਰ ਸੀ ਜਿਹੜੇ ਸੰਤਾਂ ਦੇ ਜ਼ਿਆਦਾ ਸਿੰਘ ਸਭ ਤੋਂ ਜ਼ਿਆਦਾ ਸਿੰਘ ਸੀ ਉਹ ਲੰਗਰ ਦੇ ਉੱਪਰ ਸੀ। ਅੱਛਾ ਜੀ। ਬਾਕੀ ਥੋੜੇ ਥੋੜੇ 5-5-6-6 ਸਿੰਘ ਆਮ ਤੌਰ ਤੇ ਥਾਵਾਂ ਤੇ ਰਹਿੰਦੇ ਸੀ। ਹਾਂਜੀ। ਪਰ ਜਿਹੜੀ ਜ਼ਿਆਦੀ ਰੈਸ ਸੀ ਉਹ ਇੱਥੇ ਸੀ। ਉਹ ਤੋਂ ਫਿਰ ਇੱਕੋ ਸਾਡੀਆਂ ਡਿਊਟੀਆਂ ਜਿੱਦਾਂ ਵੱਖੋ ਵੱਖਰੇ ਮੋਰਚਿਆਂ ਦੇ ਵਿੱਚ ਉਹਨਾਂ ਨੇ ਆਪਣਾ ਲਾਈਆਂ ਸੀ ਜਥੇਦਾਰਾਂ ਨੇ। ਠੀਕ ਹੈ। ਸ਼ਾਮ ਨੂੰ ਉੱਥੇ ਬੈਠ ਕੇ ਰਹਿਰਾਸ ਸਾਹਿਬ ਸਿਮਰਨ ਕਰਨਾ ਘੰਟਾ ਸਿਮਰਨ ਸਵੇਰੇ ਕਰਦੇ ਸੀ ਘੰਟਾ ਰਾਤ ਨੂੰ ਕਰਦੇ ਸੀ ਤੇ ਤਕਰੀਬਨ ਸਾਰੇ ਸਿੰਘ ਜਿਹੜੇ ਸੀ ਉਹ ਕੋਈ ਇਹ ਨਹੀਂ ਸੀ ਵੀ ਬਾਹਰੋਂ ਕ੍ਰਿਮੀਨਲ ਤੌਰ ਤੇ ਕੋਈ ਕੇਸਾਂ ਦੇ ਵਿੱਚ ਇਨਵੋਲਵ ਸੀ। ਨਹੀਂ ਜੀ ਉਹ ਘਰਾਂ ਤੋਂ ਆਏ ਸੀ ਉਹਨਾਂ ਦੀ ਜਿਹੜੀ ਸ਼ਖਸੀਅਤ ਸੀ ਉਹ ਘਰਾਂ ਦੇ ਤਗੜੇ ਖਾਂਦੇ ਪੀਂਦੇ ਪਰਿਵਾਰਾਂ ਚੋਂ ਸੀ ਕੋਈ ਇਹ ਵੀ ਨਹੀਂ ਸੀ ਵੀ ਕੋਈ ਮਾੜਾ ਪਰਿਵਾਰ ਸੀ। ਠੀਕ ਹੈ। ਤੇ ਉਹ ਮਨ ਚ ਚਾਹ ਸੀ ਇੱਕ ਵੀ ਸੇਵਾ ਕਰਨ ਦਾ ਸੇਵਾ ਭਾਵਨਾ ਦੇ ਨਾਲ ਸਾਰੇ ਉੱਥੇ ਆਏ ਸੀ ਤੇ ਤਕਰੀਬਨ ਅਸੀਂ ਲੰਗਰ ਦੇ ਉੱਪਰ ਏਦਾਂ ਸਿੰਘ ਸੀ ਫਿਰ ਸਾਡਾ ਸਿੰਧੀ ਹੋਟਲ ਦੇ ਕੁਛ ਸਿੰਘਾਂ ਦਾ ਮੋਰਚਾ ਹੋ ਗਿਆ ਸ਼ਹਿਰ। ਮੈਂ ਆਪ ਜੀ ਨਾਲ ਪਹਿਲਾਂ ਵੀ ਸਾਂਝੀ ਕੀਤੀ ਸੀ ਗੱਲ ਭਾਈ ਸੁਰਿੰਦਰ ਸਿੰਘ ਜੀ ਸੋਢੀ। ਹਾਂਜੀ ਉਹ ਮੈਂ ਜਾਣਕਾਰੀ ਜ਼ਰੂਰ ਚਾਹੂੰਗਾ ਵੀ ਉਹਨਾਂ ਦੇ ਬਾਰੇ ਜ਼ਰੂਰ ਦੱਸੋ ਵੀ ਜਿਹੜੇ ਸੁਰਿੰਦਰ ਸਿੰਘ ਸੋਢੀ ਦੇ ਨਾਲ ਤੁਹਾਡਾ ਕਿੰਨਾ ਇੱਕ ਸਿੰਘ ਨਾਲ ਬੜਾ ਪਿਆਰ ਕਰਦੇ ਸੀ ਤੇ ਸਾਡੇ ਨਾਲ ਵੀ ਚਲੋ ਉਸ ਹਿਸਾਬ ਦੇ ਨਾਲ ਬਹੁਤ ਪਿਆਰ ਜਥੇ ਦੇ ਸਿੰਘਾਂ ਨੇ ਸਾਰਿਆਂ ਨਾਲ ਪਿਆਰ ਕਰਦੇ ਸੀ। ਅੱਛਾ ਜੀ। ਇਹ ਜਿਹੜਾ ਵਾਕਿਆ ਹੋਇਆ ਵਾ 14 ਅਪ੍ਰੈਲ ਨੂੰ ਹੋਇਆ ਜੀ। ਅੱਛਾ। 14 ਅਪ੍ਰੈਲ ਉਹ ਆਪਣੀ ਸਿਸਟਰ ਉਹਨਾਂ ਕੋਲ ਆਈ ਸੀ ਤੇ ਉਹਨਾਂ ਨੂੰ ਛੱਡਣ ਵਾਸਤੇ ਨਾ ਦਰਾਂ ਦੇ ਉੱਪਰ ਉਹਨਾਂ ਨੂੰ ਚੜਾਉਣਾ ਸੀ ਤੇ ਛੱਡਣ ਵਾਸਤੇ ਇੱਧਰ ਨੂੰ ਆ ਰਹੇ ਸੀ। ਕਮਰਾ ਉਹਨਾਂ ਦਾ ਅਕਾਲ ਤਖ਼ਤ ਸਾਹਿਬ ਦੇ ਲਾਗੇ ਹੁੰਦਾ ਸੀ ਰੈਸ ਉਹਨਾਂ ਦੀ। ਅੱਛਾ ਜੀ। ਤੇ ਸਾਨੂੰ ਐਸੀ ਵੀ ਉੱਧਰੋਂ ਅਕਾਲ ਤਖ਼ਤ ਸਾਹਿਬ ਆਉਣ ਦੇ ਦਰਸ਼ਨ ਕਰਨ ਦਾ ਇਹ ਦੁੱਖ ਨਹੀਂ ਮੇਰੀ ਦੇ ਥੱਲੇ ਤੋਂ ਉੱਥੇ ਸਾਨੂੰ ਮਿਲੇ ਤੇ ਬੜਾ
ਪਿਆਰ ਦੇ ਨਾਲ ਮਿਲਦੇ ਹੁੰਦੇ ਸੀ ਹਰ ਇੱਕ ਦੇ ਨਾਲ। ਠੀਕ ਹੈ। ਤੇ ਸਾਨੂੰ ਭੈਣ ਜੀ ਨੂੰ ਮਿਲਾਇਆ, ਕਹਿੰਦੇ ਵੀ ਮੇਰੀ ਸਿਸਟਰ ਦਾ ਭੈਣ ਆ ਮੇਰੀ, ਤੇ ਸਾਰਿਆਂ ਨੇ ਫਤਿਹ ਬੁਲਾਈ। ਠੀਕ। ਗੁਰਦਿਆਲ ਸਿੰਘ ਨਿਹੰਗ ਸਿੰਘ ਛੱਡਿਆ ਸੀ ਉੜੀਸਾ ਦਾ। ਅੱਛਾ ਜੀ। ਹਾਂਜੀ ਠੀਕ। ਉਹ ਮੈਂ ਉਧਰ ਦਾ ਸੀ, ਕਿਤਾਬ ਪਰ ਲਾ ਲੋ ਵੀ ਬਈਆ ਜਿਹਨੂੰ ਕਹਿ ਦਿੰਦੇ ਆ। ਹਾਂਜੀ ਠੀਕ ਹੈ। ਪਰ ਉਹ ਕਿਉਂਕਿ ਗੁਰਮੁਖ ਸਿੰਘ ਉੜੀਸਾ ਵੀ ਬਈਏ ਦੇ ਜਿਹੜੇ ਸੰਤ ਬਾਬਾ ਗੁਰਬਚਨ ਸਿੰਘ ਜੀ ਦੇ ਨਾਲ ਹੀ ਸਰੀਰ ਉਹ ਨਾਲ ਹੀ ਆਪਣਾ ਛਾਲ ਮਾਰਤੀ ਸੀ। ਹਾਂਜੀ ਹਾਂਜੀ। ਇਹ ਤੇ ਜਦੋਂ ਸਿੱਖ ਕੌਮ ਦੇ ਵਿੱਚ ਕੋਈ ਆ ਜਾਏ ਉੱਥੇ ਜਾਤ ਪਾਤ ਤੇ ਰਹਿੰਦੀ ਨੀ ਜੀ, ਫਿਰ ਇੱਥੇ ਗੁਰੂ ਕਾ ਸਿੰਘ ਬਣ ਜਾਂਦਾ ਜੀ। ਹਾਂਜੀ ਹਾਂਜੀ। ਉਹ ਗੁਰਦਿਆਲ ਸਿੰਘ ਤੇ ਮੈਂ ਇੱਦਾਂ ਲੰਗਰ ਵਾਲੇ ਬੰਨੇ ਜਿਹੜੇ ਬਰਾਂਡੇ ਸੀ ਉਹਦੇ ਵਿੱਚ ਬੈਠੇ ਸੀ। ਅੱਛਾ ਜੀ। ਤੇ ਗੱਲਬਾਤ ਕਰਦੇ ਸੀ। ਤੇ ਜਦੋਂ ਇਹ ਗੋਲੀ ਨੂੰ ਆਵਾਜ਼ ਆਈ ਤੇ ਆਮ ਤੌਰ ਤੇ ਨਾ ਸਾਨੂੰ ਹੁੰਦਾ ਵੀ ਗੋਲੀ ਕੋਈ ਨਾ ਕੋਈ ਚੈੱਕ ਕਰਦਾ, ਕਿਤੇ ਨਾ ਕਿਤੇ ਕੰਪਰੈਸ ਦੇ ਵਿੱਚ ਗੋਲੀ ਚੱਲੀ ਪੈਂਦੀ ਸੀ, ਚਲਾ ਹੀ ਲੈਂਦਾ ਸੀ ਕੋਈ ਨਾ ਕੋਈ। ਅੱਛਾ ਜੀ। ਕੋਈ ਹਥਿਆਰ ਚੈੱਕ ਕਰਕੇ ਕੋਈ ਕਿਸੇ ਤਰ੍ਹਾਂ ਆਵਾਜ਼ ਤੋਂ ਅਸੀਂ ਜ਼ਿਆਦਾ ਮਹਿਸੂਸ ਨੀ ਕੀਤਾ, ਤੇ ਉੱਦਾਂ ਅਸੀਂ ਆਖਿਆ ਵੀ ਇੱਧਰੋਂ ਆਵਾਜ਼ ਆਈ ਗੋਲੀ ਦੀ ਚੱਲਣ ਦੀ। ਪਤਾ ਲੱਗ ਗਿਆ ਤੁਹਾਨੂੰ? ਅਸੀਂ ਉਤਰ ਕੇ ਪਰਲੇ ਸਾਡੇ ਪੌੜੀਆਂ ਥਾਣੀ ਤੇ ਲੰਗਰ ਜਿੱਥੇ ਬਾਲਣ ਪਿਆ ਹੁੰਦਾ ਸੀ ਉੱਧਰ ਅਸੀਂ ਜਦੋਂ ਅੰਦਰ ਜਾ ਕੇ ਵੇਖੇ ਤੇ ਮੈਂ ਕਿਹਾ ਇਹਦੇ ਸੋਢੀ ਆ। ਉਸ ਟਾਈਮ ਉਹ ਜਿੱਥੇ ਅੰਦਰ ਬੈਂਚ ਪਏ ਸੀ ਨਾ ਚਾਹ ਪਾਣੀ ਪੀਂਦੇ ਆ। ਠੀਕ ਹੈ। ਤੇ ਉਹ ਬੈਂਚਾਂ ਦੇ ਵਿੱਚ ਉਹਦਾ ਸਰੀਰ ਸੀ ਤੇ ਸਰੀਰ ਅਜੇ ਸ਼ਹੀਦ ਨਹੀਂ ਸੀ ਹੋਇਆ ਤੇ ਜਾਣੀ ਕਿ ਕੁਝ ਸਵਾਸ ਹੈਗੇ ਸੀ। ਅੱਛਾ ਜੀ। ਅਸੀਂ ਮੈਂ ਤੇ ਉਹਨਾਂ ਦੋਵਾਂ ਨੇ ਚੁੱਕ ਕੇ ਗੁਰਦਿਆਲ ਸੋਹਣੇ ਅਸੀਂ ਚੁੱਕ ਕੇ ਤੇ ਉੱਥੇ ਐਂਬੂਲੈਂਸ ਖੜੀ ਸੀ। ਵਿਸਾਖੀ ਵਾਲੇ ਦਿਨ ਉਹ ਆਮ ਤੌਰ ਤੇ ਐਂਬੂਲੈਂਸ ਖੜੀਆਂ ਹੁੰਦੀਆਂ ਸੀ, ਐਂਬੂਲੈਂਸ ਨੂੰ ਆਵਾਜ਼ ਮਾਰੀ ਉਹਦੇ ਵਿੱਚ ਅਸੀਂ ਐਂਬੂਲੈਂਸ ਸਰੀਰ ਪਾਇਆ ਉਹਦਾ। ਹਾਂਜੀ ਜੀ। ਤੇ ਉਹ ਸਰੀਰ ਫਿਰ ਲੈ ਕੇ ਉਹ ਜ਼ਖਮੀ ਲੈ ਕੇ ਤੇ ਉਹ ਆਪਣਾ ਚਲੇ ਗਏ ਉੱਥੋਂ, ਪਰ ਉਹ ਹਸਪਤਾਲ ਤੱਕ ਪਹੁੰਚੇ ਨੇ ਰਾਹ ਚ ਹੀ ਉਹਨਾਂ ਦੀ ਜਿਹੜੀ ਆ ਉਹ ਸਰੀਰ ਜਿਹੜੇ ਉਹ ਤਿਆਗ ਜਾਂਦੇ ਆ। ਹਾਸਪਿਟਲ ਤੱਕ ਨੇ ਉਹਨਾਂ ਜਦੋਂ ਅਸੀਂ ਆ ਕੇ ਸਾਨੂੰ ਦੱਸਿਆ ਵੀ ਉਹ ਜਨਾਨੀ ਗਈ ਹੈ ਇੱਧਰ ਨੂੰ, ਉਹਦੇ ਹੱਥ ਚ ਪਿਸਟਲ ਸੀ। ਠੀਕ ਹੈ। ਉਹ ਨਿਕਲੀ ਆ ਅਗਲੇ ਬੰਨੇ ਦੀ ਜਿੱਥੋਂ ਸਰਾਂ ਤੋਂ ਸਿੱਧਾ ਹੋ ਕੇ ਤੇ ਲੰਗਰ ਵਾਲੇ ਬਾਈ ਨੂੰ ਆ ਗਿਆ। ਅੱਛਾ ਜੀ। ਅਸੀਂ ਜਦੋਂ ਗਏ ਆ ਤੇ ਉਹ ਥੱਲੇ ਪਹਿਰਾ ਹੁੰਦਾ ਸੀ ਪਹਿਲੀ ਮੰਜ਼ਲੇ ਤੇ ਤੇ ਸਿੰਘਾਂ ਨੂੰ ਨਾ ਖਿਲਾਰਿਆ ਹੁੰਦਾ ਸੀ ਆਮ ਤੌਰ ਤੇ ਤਲਾਸੀ ਲੈ ਕੇ ਸਿੰਘਾਂ ਦੀ ਜਾਣ ਦਿੰਦੇ ਹੁੰਦੇ ਸੀ। ਹਾਂਜੀ। ਜਿੱਦਾਂ ਕੋਈ ਕਿਸੇ ਨੇ ਕੋਈ ਜ਼ਿਆਦਾ ਬੈਗ ਬੁੱਗ ਫੜਿਆ ਹੁੰਦਾ ਸੀ ਤਾਂ ਉਹਨੂੰ ਇਸ ਤਰ੍ਹਾਂ ਵੀ ਇਹ ਕੀ ਚੀਜ਼ ਹੋ ਜਾ ਉਹਨੂੰ ਰਖਾ ਲੈਣਾ। ਹਾਂਜੀ। ਉੱਥੇ ਉਹਨੂੰ ਖਿਲਾਰਿਆ ਸੀ ਕਿ ਤੂੰ ਇੱਥੇ ਖਲੋ ਜਾ। ਉਹ ਇੱਕ ਗੱਲ ਕਹੀ ਜਾਂਦੀ ਸੀ ਮੈਂ ਇਹਨੂੰ ਸੰਤਾਂ ਨੂੰ ਮਿਲਾਓ ਤੇ ਮੈਂ ਸੰਤਾਂ ਨੂੰ ਮਿਲਣਾ ਵਾ, ਲੇਕਿਨ ਮੇਰੇ ਹੱਥੀ ਪੈ ਗਿਆ, ਬਲਾਤਕਾਰ ਕਰਨ ਨੂੰ ਪੈ ਗਿਆ ਤੇ ਮੈਂ ਉਹਨੂੰ ਗੋਲੀ ਮਾਰ ਆਈ ਹਾਂ। ਉਹਨਾਂ ਦੀ ਪਲੈਨਕ ਬਣਾਈ ਸੀ ਤੇ ਮੈਂ ਹੀ ਜਾ ਕੇ ਦੱਸਿਆ, ਮੈਂ ਕਿਹਾ ਵੀ ਇਹ ਤੇ ਸੋਢੀ ਨੂੰ ਮਾਰ ਕੇ ਆਈ ਆ ਜਿਹਨੇ ਗੋਲੀਆਂ ਮਾਰੀਆਂ ਨੇ। ਗੋਲੀ ਵੀ ਚੱਲੀ ਸ਼ਾਇਦ ਉਹ ਵੱਟ ਵੱਜਣ ਨਾਲ ਬਾਪੂ ਜਗੀਰ ਧੋਣਾ ਦੀ ਰਫੜ ਤੋਂ ਚੱਲ ਗਈ ਚੱਕ ਤਾਂ। ਉਹ ਮੁੱਗੀ ਮੁਖੀ ਜੀ ਤੇ ਅਤੇ ਮੁਖਤਾਰ ਸਿੰਘ ਮੁਖੀ ਜੀ ਇੱਕ ਸਿੰਘ ਸੀ ਆਪਣੇ ਜਗ੍ਹਾ ਦੇ ਆ, ਕੀਰਤਨ ਕਰਦੇ ਹੁੰਦੇ ਸੀ ਬੜਾ ਸੰਤਾਂ ਨੂੰ ਇਹ ਖਬਰ ਪਹੁੰਚ ਗਈ ਆ ਵੀ ਆਹ ਗੱਲ ਹੋ ਗਈ ਆ। ਸੰਤਾਂ ਨੇ ਫੋਨ ਤੇ ਸੰਪਰਕ ਕਰਕੇ ਵੇਖਿਆ ਤੇ ਉਹਨਾਂ ਕਿਹਾ ਸ਼ਹੀਦ ਹੋ ਗਿਆ ਸਿੰਘ, ਤੇ ਉਹਨਾਂ ਨਹੀਂ ਹਸਪਤਾਲ ਤੱਕ ਪਹੁੰਚਿਆ ਨੀ, ਉਹ ਗੋਲੀਆਂ ਜਾਗੀਆਂ ਮਾਰੀਆਂ ਸੀ ਉਹਦੇ। ਅੱਛਾ ਜੀ। ਹਾਂਜੀ ਠੀਕ ਹੈ। ਤੇ ਉਹ ਸਿੰਘੇ ਦਾ ਸਾਨੂੰ ਪਤਾ ਹੀ ਨੀ ਸੀ ਕਿ ਸਿੰਘਾ ਵੀ ਨਾਲ ਸੀ ਸੁਰਿੰਦਰ ਸਿੰਘ। ਸਾਨੂੰ ਤੇ ਉਹ ਫਿਰ ਸਿੰਘਾਂ ਨੇ ਕਿਹਾ ਵੀ ਸਿੰਘਣੀਆਂ ਉੱਥੇ ਸੀ, ਭਾਈ ਲੱਖਾ ਸਿੰਘ ਸਿੰਘਣੀ, ਭਾਈ ਮੇਜਰ ਸਿੰਘ ਸਿੰਘਣੀ, ਏਦਾਂ ਕਾਫੀ ਸਿੰਘਣੀਆਂ ਨਾ ਉੱਥੇ ਆਪਣਾ ਹੈਗੀਆਂ ਸੀ। ਹਾਂਜੀ ਠੀਕ ਹੈ। ਉਹ ਸਿੰਘਾਂ ਨੇ ਕਿਹਾ ਵੀ ਤੁਸੀਂ ਕੋਈ ਸਿੰਘ ਨਾ ਇਹਨੂੰ ਹੱਥ ਲਾਓ, ਕੋਈ ਜਨਾਨੀ ਤੁਸੀਂ ਸਿੰਘਣੀਆਂ ਹੀ ਇਹਨੂੰ ਪੁੱਛੋ। ਠੀਕ ਹੈ। ਉਹ ਸਿੰਘਣੀਆਂ ਨੇ ਅੰਦਰ ਖੜ ਕੇ ਉੱਥੇ ਕੈਬਨ ਸੀ ਜੀ। ਅੱਛਾ। ਜਨਰੇਟਰ ਲੱਗਾ ਹੁੰਦਾ ਸੀ ਤੇ ਲੁੱਕੜ ਦੇ ਉੱਤੇ ਕੈਬਨ ਸੀ, ਉੱਥੇ ਖੜ ਕੇ ਉਹਨੂੰ ਪੁੱਛਗਿੱਛ ਕੀਤੀ, ਪਰ ਉਹ
ਜਿੱਦਾਂ ਬਦਮਾਸ਼ ਜਾਨੀ ਸੀਗੀ ਉਹ ਉਹਨੇ ਕੋਈ ਗੱਲ ਨੀ ਕਦੀ ਵੀ ਮੈਂ ਕਿਉਂ ਆਈ ਕਿੱਦਾਂ ਕੀ ਮਾਰਿਆ ਜਾਂ ਕੀ ਹਿਸਾਬ ਕਿਤਾਬ ਉਹਨੇ ਮੇਰੀ ਇੱਜ਼ਤ ਨੂੰ ਕਿਹਾ ਸੀ ਮੈਂ ਮਾਰਤਾ ਅੱਛਾ ਉਹ ਫਿਰ ਸਿੰਘਾਂ ਨੇ ਆਖਿਆ ਵੀ ਇਹਨੇ ਏਦਾਂ ਨੀ ਵੀ ਮੰਨਣਾ ਨੀਗਾ ਇਹ ਜ਼ਿਆਦਾ ਸ਼ਕਤੀ ਕਰਨੀ ਪੈਣੀ ਆ ਅੱਛਾ ਜੀ ਤੇ ਜਿਹੜੇ ਕਈ ਅੱਜ ਆਪਾਂ ਪੰਜ ਚੌਕੀ ਕਦੇ ਕਈ ਕਹਿ ਰਹੇ ਹਾਂ ਨਾ ਵੀ ਉਹਨੂੰ ਅਣ ਮਨੁੱਖੀ ਤਸ਼ੱਦਦ ਉਹਦੇ ਤੇ ਕੀਤਾ ਕੋਈ ਸਿੰਘ ਜਿਹੜਾ ਸੀ ਇਹਨਾਂ ਦੇ ਕੋਲ ਜਾਵੇ ਨਾ ਤੇ ਨਾ ਇਹਨਾਂ ਦੇ ਨਾਲ ਰੋਟੀ ਖਾਵੇ ਨਾ ਕੋਈ ਇਹਨਾਂ ਦੇ ਨਾਲ ਕੋਈ ਇਹਨਾਂ ਦੇ ਹੱਥ ਦਾ ਕੋਈ ਖਾਣਾ ਹੀ ਖਾਵੇ ਸਖਤ ਮਨਾ ਸੀ ਉਸ ਵੇਲੇ ਵੀ ਅੱਛਾ ਜੀ ਉਸ ਆਏ ਜੀ ਜਥੇ ਦੇ ਵਿੱਚ ਵੀ ਇੱਕ ਵਾਰੀ ਭਾਈ ਰਸਾਲ ਤੋਂ ਬੂਹ ਦੇ ਸੀ ਬੂਹ ਦਾ ਸਿੰਘ ਸੀ ਉਹ ਇਹਨਾਂ ਕੋਲ ਜਾਂਦਾ ਹੁੰਦਾ ਸੀ ਕਿਉਂਕਿ ਫੱਟੂ ਤੇ ਗੇਰ ਗੇ ਦੇ ਸੀ ਸਾਰੇ ਉਹ ਜਾਣਾ ਨੀ ਸੀ ਹਟਿਆ ਤੇ ਸੰਤਾਂ ਨੇ ਦੋ ਵਾਰੀ ਉਹਨੂੰ ਆਖਿਆ ਤੂੰ ਉੱਥੇ ਜਾਣਾ ਨੀ ਗਾ ਜੇ ਜਾਣਾ ਵਾ ਤੇ ਜਥੇ ਤੋਂ ਨਿਕਲ ਗਿਆ ਇੱਥੋਂ ਠੀਕ ਆ ਪਰ ਉਹ ਫਿਰ ਉਹਦੀ ਰਿਪੋਰਟ ਮਿਲਦੀ ਤੇ ਉਹਨੂੰ ਡਾਕ ਦੇ ਨਾਲ ਇੰਨੀ ਉਹਨੂੰ ਉਹਦੀ ਸੇਵਾ ਹੋਈ ਸੀ ਸਾਡੇ ਅੱਖਾਂ ਦੇ ਸਾਹਮਣੇ ਇਹਨਾਂ ਦੀ ਗੱਲ ਕਰਦੇ ਆ ਜਰੂਰ ਪਹਿਲਾਂ ਉਹ ਜਿਹੜੀ ਬੀਬੀ ਦੀ ਗੱਲ ਸੋਢੀ ਨੂੰ ਜਿਨ ਮਾਰਿਆ ਉਹਦੀ ਪੂਰੀ ਕਰ ਦਿਓ ਪਹਿਲਾਂ ਫਿਰ ਕੀ ਹੋਇਆ ਉਹਦੇ ਨਾਲ ਉਹਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਹੁੰਦੇ ਸੀ ਦੇਖੋ ਜੀ ਇਹ ਮੈਨੂੰ ਪਤਾ ਹੀ ਨਹੀਂ ਵੀ ਕਿੱਥੇ ਰਿਹਾ ਸਾਡੇ ਤੇ ਸਾਹਮਣੇ ਇਹ ਮੇਰਾ ਖਿਆਲ ਉਹ ਹੋ ਸਕਦਾ ਜੇ ਉਮਰ ਵੀ ਥੋੜੀ ਹੋਵੇ ਉੱਥੇ ਉਹਨਾਂ ਕੋਲ ਤੁਰਕਾਂ ਦੇ ਕੋਲ ਰਹਿੰਦਾ ਹੋਵੇ ਇਹਨੂੰ ਤਾਂ ਕੀ ਜਾਣਕਾਰੀ ਇਹ ਜਥੇ ਬਾਰੇ ਕੀ ਜਾਣਦਾ ਇਹ ਸੰਤਾਂ ਬਾਰੇ ਇਹਨਾਂ ਤੇ ਇੱਕ ABC ਨੀ ਪਤਾ ਇਹਨੂੰ ਸੰਤਾਂ ਬਾਰੇ ਤੇ ਜਾਂ ਸਿੰਘਾਂ ਬਾਰੇ ਹਾਂਜੀ ਮਤਲਬ ਇਹਨਾਂ ਦਾ ਕੰਮ ਇੰਨਾ ਸੀ ਇੰਨਾ ਜ਼ਰੂਰ ਸੀ ਉੱਥੇ ਲੁੱਟਾਂ ਖੋਹਾਂ ਕਰਨੀਆਂ ਤੇ ਸ਼ਰਾਬਾਂ ਪੀਣੀਆਂ ਤੇ ਮੀਟ ਖਾਣੇ ਤੇ ਡੰਡੀਬਾਜ਼ੀ ਕਰਨੀ ਇਹਨਾਂ ਦਾ ਇੰਨਾ ਕੰਮ ਜ਼ਰੂਰ ਸੀ ਉੱਥੇ ਉਹਨਾਂ ਕੋਲ ਰਹਿ ਕੇ ਜ਼ਰੂਰ ਇਹ ਕੰਮ ਕਰਦੇ ਸੀ ਉੱਥੇ ਤਾਂ ਹੀ ਤੁਰਕ ਨਾ ਰੱਖਿਆ ਵੀ ਤੁਰਕ ਇਹੋ ਜਿਹੇ ਕੰਮ ਕਰਦੇ ਆ ਕਿਸੇ ਜਥੇ ਵਾਲੇ ਨੂੰ ਪੁੱਛ ਲਿਓ ਭਾਵੇਂ ਤੁਰਕ ਤਾਂ ਰੱਖਿਆ ਨਾ ਵੀ ਇਹ ਤੁਰਕਾਂ ਵਾਲਾ ਕੰਮ ਕਰਦੇ ਆ ਸਾਰੇ ਤੇ ਰਹਿੰਦੇ ਸਹਿਮਤ ਹੋ ਕੇ ਇਹਨਾਂ ਨਾਲ ਰਹਿੰਦੇ ਹੁੰਦੇ ਸੀ ਚੰਨ 77 ਜਿਹੜਾ ਸੀ ਸਾਰਾ ਇਹਨਾਂ ਨੂੰ ਖਾਣਾ ਪੀਣਾ ਪੈਸਾ ਸਾਰੇ ਦਿੰਦੇ ਹੁੰਦੇ ਸੀ ਤੂੰ ਤਗੜੇ ਹੋ ਕੇ ਰਹੋ ਜਿੱਦਾਂ ਗੁੰਡੇ ਨੀ ਪਾਲੇ ਹੁੰਦੇ ਜੀ ਗੁੰਡੇ ਪਾਲੇ ਹੁੰਦੇ ਆ ਠੀਕ ਹੈ ਉਹ ਗੁੰਡੇ ਪਾਲੇ ਸੀ ਇਹਨਾਂ ਨੇ ਇੱਕ ਹਿਸਾਬ ਦੇ ਆਪਣਾ ਇਹਨਾਂ ਨੇ ਜਿਹੜੇ ਗੱਤਰ ਨੂੰ ਉਹਨਾਂ ਨੇ
ਇਹ ਜਿਹੜਾ ਮਹਾਂਪੁਰਖਾਂ ਬਾਰੇ ਅੱਜ ਬਕਵਾਸ ਕਰਦਾ, ਇਸ ਕਰਕੇ ਕਰਦਾ ਕਿ ਉਸ ਵੇਲੇ ਦੀ ਜ਼ਹਿਰ ਜਿਹੜੀ ਆ, ਜ਼ਹਿਰ ਜਿਹੜੀ ਆ, ਜਾਂ ਇਹਦਾ ਬੈ ਰਿਹਾ, ਇਹ ਕੱਢ ਰਿਹਾ। ਇਹ ਕੁੱਤਾ ਬੰਦਾ ਨੀ, ਦੇਖੋ ਮੇਰੀ ਗੱਲ ਸੁਣੋ, ਕੋਈ ਗੱਲ ਇਹਨੂੰ 1% ਵੀ ਜੇ ਪਤਾ ਹੋਵੇ ਮਹਾਂਪੁਰਖਾਂ ਬਾਰੇ, ਉਹਨਾਂ ਦੇ ਜੀਵਨ ਬਾਰੇ, ਜਿਹੜਾ ਨਾਲ ਸਿੰਘ ਰਿਹਾ, ਅਸੀਂ ਦੇਖੋ ਸਾਨੂੰ ਸੁਭਾਗ ਇਹ ਮੌਕਾ ਮਿਲਿਆ ਵਾ ਕਿ ਸੰਤਾਂ ਮਹਾਂਪੁਰਖਾਂ ਦਾ ਜੀਵਨ ਵੇਖਣ ਦਾ, ਇੱਕ ਸੁਣਨ ਦਾ ਹੁੰਦਾ, ਇੱਕ ਪੜ੍ਹਨ ਦਾ ਹੁੰਦਾ, ਤੇ ਇੱਕ ਵੇਖਣ ਦਾ ਹੁੰਦਾ। ਠੀਕ ਹੈ, 2 ਸਾਲ ਸਾਨੂੰ ਸਮਾਂ ਮਿਲਿਆ ਵਾ ਕਿ ਮਹਾਂਪੁਰਖਾਂ ਨੇ ਤਾਂ ਅਸੀਂ ਉਹਨਾਂ ਦਾ ਜੀਵਨ ਵੇਖਿਆ ਵਾ, ਪੂਰਨ ਬ੍ਰਹਮ ਗਿਆਨੀ ਜਿਹਨੂੰ ਕਹਿ ਦਿੰਦੇ ਆਪਾਂ, ਉਹ ਪੂਰਨ ਬ੍ਰਹਮ ਗਿਆਨ ਵਾਲੀ ਅਵਸਥਾ ਸੀ ਉਹਨਾਂ ਦਾ ਸਿਮਰਨ, ਤੇ ਉਹਨਾਂ ਦਾ ਜਿਹੜਾ ਸੀ ਆਪਣਾ ਜਿਹੜਾ ਤਪ ਸੀ, ਉਹ ਹੀ ਜਿਹੜਾ ਸੀ ਸਾਡੇ ਕੋਲ। ਅਸੀਂ ਤੇ ਵੇਖਦੇ ਕਿ ਉਹਨਾਂ ਨੇ ਹੈਰਾਨ ਕੀਤੀ, ਸਾਰਾ ਦਿਨ ਤੇ ਅੰਮ੍ਰਿਤ ਵੇਲਾ ਤੇ ਕਿਹੜੇ ਵੇਲੇ ਸੌਣ ਦਾ, ਤੇ ਸਾਨੂੰ ਪਤਾ ਨੀ ਸੀ ਕਿਹੜੇ ਵੇਲੇ ਉਹ ਸੌਂਦੇ ਸੀ ਤੇ ਕਿਹੜੇ ਵੇਲੇ ਆਰਾਮ ਕਰਦੇ ਸੀ। ਹਾਂਜੀ, ਇਸ ਬੰਦੇ ਨੇ ਉਹਨਾਂ ਦਾ ਕੀ ਵੇਖਿਆ, ਵੇਖੋ ਮਹਾਂਪੁਰਖਾਂ ਬਾਰੇ ਰੋਜ਼ ਉਹਨਾਂ ਦਾ ਇਸ਼ਨਾਨ ਵੀ, ਇਸ਼ਨਾਨ ਵੀ ਅਸੀਂ ਹੁੰਦਾ ਵੇਖਿਆ ਵੀ ਕਿਸ ਤਰ੍ਹਾਂ ਉਹ ਪੇਸ਼ੀ ਇਸ਼ਨਾਨ ਦਹੀਂ ਦੇ ਨਾਲ ਕਰੀ, ਉਹਨਾਂ ਨੇ ਸਾਬਣ ਸੀ ਲਾਇਆ ਦਹੀਂ ਦੇ ਨਾਲ ਇਸ਼ਨਾਨ ਕਰਦੇ ਹੁੰਦੇ ਸੀ ਉਹ। ਠੀਕ ਹੈ, ਹਾਂਜੀ ਹਾਂਜੀ, ਏਡੀ ਵੱਡੀ ਸ਼ਖਸੀਅਤ ਹੋਣੀ ਤੇ ਉਹਨਾਂ ਦੇ ਕੋਈ ਇਹੋ ਜਿਹੀ ਗੱਲ ਲਾਉਣੀ ਹੈ ਤੇ ਉਹਨਾਂ ਦੇ ਪੈਰਾਂ ਦੀ ਧੂੜ ਦੇ ਬਰੋਬਰ ਵੀ ਨੀ ਆਏ, ਭੌਂਕੀ ਜਾਂਦੇ ਕੁੱਤੇ ਵਾਂਗੂ ਕਿ ਆਹ ਗੱਲਾਂ ਇੱਦਾਂ ਜੀ ਸੰਤਾਂ ਬਾਰੇ। ਸੰਤਾਂ ਬਾਰੇ ਕੀ ਇਹਨਾਂ ਨੂੰ ਜਾਣਕਾਰੀ ਹੋਊ, ਸੰਤਾਂ ਬਾਰੇ ਉਹਨਾਂ ਨੂੰ ਪੁੱਛੋ ਜਾਏ ਨਾਲ ਰਹੇ। ਹਾਂਜੀ, ਇਸ ਕਰਕੇ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਉਸ ਤੋਂ ਬਾਅਦ ਜਦੋਂ ਸੋਢੀ ਉਹਨਾਂ ਦਾ, ਮਤਲਬ 14 ਅਪ੍ਰੈਲ ਦੀ ਤੁਸੀਂ ਗੱਲ ਕੀਤੀ ਵੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਉਸ ਤੋਂ ਬਾਅਦ ਫਿਰ ਕੀ ਕੀ ਘਟਨਾਵਾਂ ਵਾਪਰੀਆਂ ਜਿਹੜੀਆਂ ਖਾਸ ਸਾਡੇ ਦਰਸ਼ਕਾਂ ਦੇ? ਉੱਥੇ ਇਹੋ ਗੱਲ ਹੋ ਗਈ, ਸੰਤਾਂ ਨੇ ਬਣਦੇ ਵਿੱਚ ਇਹ ਗੱਲ ਆ ਗਈ ਵੀ ਇਹਨਾਂ ਨੇ ਸਾਨੂੰ ਜਾਂ ਤੇ ਸਾਡੇ ਸਿੰਘਾਂ ਨੂੰ ਇਹ ਮਰਵਾਉਣਗੇ ਇਸ ਤਰ੍ਹਾਂ, ਜਾਂ ਫਿਰ ਸਾਡੇ ਨਾਲ ਕੋਈ ਨਾ ਕੋਈ ਭਾਣਾ ਵਰਤਾਉਣਗੇ। ਇਹਨਾਂ ਨੇ ਸਾਨੂੰ ਨਾ ਤੇ ਬਾਹਰ ਛੱਡਣਾ, ਨਾ ਇਹਨਾਂ ਨੇ ਅੰਦਰ ਛੱਡਣਾ। ਜਿਹੜੀ ਵੀ ਸਥਿਤੀ ਦੇ ਵਿੱਚ ਸਾਰਾ ਪਹੁੰਚ ਗਿਆ ਸੀ, ਮੋਰਚਾ ਪਹੁੰਚ ਗਿਆ ਸੀ, ਜਾਂ ਸੰਤਾਂ ਦੀ ਸਥਿਤੀ ਆ, ਤਾਂ ਪਿੰਡ ਪਿੰਡ ਦੇ ਵਿੱਚ, ਘਰ ਘਰ ਦੇ ਵਿੱਚ, ਘਰ ਘਰ ਗਈ ਸੀ ਲੋਕਾਂ ਮਨਾਂ ਦੇ ਵਿੱਚ, ਨੌਜਵਾਨਾਂ ਦੇ ਵਿੱਚ, ਇਹ ਇਹਨਾਂ ਦੀ ਸਥਿਤੀ ਘੱਟ ਗਈ ਸੀ। ਉਹ ਸੰਤਾਂ ਨੇ ਵੀ ਇਹ ਸੋਚਣਾ ਵੀ ਇਹ ਕੁਛ ਨਾ ਕੁਛ ਕਰਨਗੇ ਜ਼ਰੂਰ, ਹਾਂਜੀ, ਤੇ ਕਿਉਂਕਿ ਇਹਨਾਂ ਨੂੰ ਇੱਕ ਖਤਰਾ ਸੀ ਨਾ ਵੀ ਅਸੀਂ ਹੁਣ ਕਾਮਯਾਬ ਨਹੀਂ ਹੋ ਸਕਦੇ। ਸਭ ਤੋਂ ਵੱਡੀ ਮਿਸਾਲ ਮੈਂ ਕਰੋ, ਘੜੂਘਾਰੇ ਤੁਸੀਂ ਬੜੇ ਸੁਣੇ ਆ, ਆਪਣਾ ਇੰਟਰਵਿਊ ਆ ਬਾੜੀ ਸਿੰਘਾਂ ਚੜ੍ਹਦੀ ਕਲਾ ਵਾਲੇ ਸਿੰਘਾਂ ਦੀ ਰਿਪੋਰਟ ਵੀ ਤੁਸੀਂ ਸੁਣੀ ਆ, ਜਿਹੜੇ ਲੜਦੇ ਰਹੇ, ਗੁਰੂ ਜੂਝਦੇ ਰਹੇ, ਭਗਵਾਨ ਸੋਹਣੀ, ਹਾਂਜੀ, ਜਿਹੜੇ ਕਾਰਜ ਵਾਲੇ ਸੀ ਉਹਨਾਂ ਦੇ ਨਾਲ ਦੇ ਸਿੰਘ ਕੁਲਵੀਰ ਸੋਹਣੀ, ਕਾਹਲ ਹੋਣੀ, ਸਾਰੇ ਕਿਤੇ ਕਿੰਨੇ ਸੀ। ਮੈਂ ਇੱਕ ਦੋ ਤੁਹਾਨੂੰ ਗੱਲਾਂ ਦੱਸ ਕੇ ਫੇਰ ਚਲੋ ਉਹਦੇ ਬਾਰੇ ਦੱਸਾਂਗਾ। ਠੀਕ, ਸਭ ਤੋਂ ਪਹਿਲਾਂ ਤੇ ਇੱਕ ਕਨਵੈਨਸ਼ਨ ਹੋਈ ਸੀ ਬੁੱਧੀਜੀਵੀਆਂ ਦੀ 83 ਦੇ ਵਿੱਚ। ਅੱਛਾ ਜੀ, ਜਥੇਦਾਰ ਚੁਣਨਾ ਸੀ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੰਤ ਬਾਬਾ ਜਰਨੈਲ ਸਿੰਘ ਨੂੰ ਚੁਣ ਦੋ ਤੇ ਕੌਮ ਬਚ ਜੂਗੀ। ਅੱਛਾ ਜੀ, ਜਾਣੀ ਕਿ ਜਿਹੜਾ ਕੋਈ ਵੀ ਆ ਕੌਮ ਕਿਸ ਨਾ ਕੋਲ ਲੈ ਕੇ ਬੈਠੂਗੀ। ਹਾਂਜੀ, ਇਹਨਾਂ ਨੂੰ ਉੱਥੇ ਹਾਰ ਹਾਰ ਸਾਰੇ ਬਰਨਾਲੇ ਹੋਣੀ, ਬਲਵੰਤ ਸਿੰਘ ਹੋਣੀ, ਚੌੜੇ ਹੋਣੀ, ਲੌਂਗੋਵਾਲ, ਬਾਦ ਸਾਰੇ ਉੱਥੇ ਇੱਕ ਵੱਡੇ। ਠੀਕ ਆ, ਇਹਨਾਂ ਨੇ ਹਾਂ ਤੇ ਹਾਂ ਮਿਲਾਤੀ ਵੀ ਠੀਕ ਆ ਜੀ, ਅਸੀਂ ਤਿਆਰ ਵਾਂ ਜੇ ਬਣਾਉਣ ਨੂੰ ਜਥੇਦਾਰ, ਕੋਈ ਇਹੋ ਜਿਹੀ ਗੱਲ ਨੀ। ਹਾਂਜੀ, ਠੀਕ ਆ, ਜਾ ਕੇ ਇਹਨਾਂ ਨੇ ਵੱਖਰੀ ਮੀਟਿੰਗ ਫਿਰ ਤੇਜਾ ਸਿੰਘ ਸਮੁੰਦਰੀ ਹਾਲ ਕੀਤੀ ਤੇ ਉੱਥੇ ਜਾ ਕੇ ਪਤਾ ਕੀ ਇਹ ਗੱਲ ਕਹਿੰਦੇ, ਜਿਹੜੀ ਬਾਅਦ ਚ ਗੱਲ ਸੰਤਾਂ ਨੇ ਸਾਨੂੰ ਦੱਸੀ। ਹਾਂਜੀ, ਉੱਥੇ ਇਹਨਾਂ ਨੇ ਕਿਹਾ ਵੀ ਤੁਸੀਂ ਬਰਨਾਲੇ ਨੇ ਗੱਲ ਕਹੀ ਵਾਹਿਗੁਰੂ। ਅੱਛਾ ਜੀ, ਬਰਨਾਲਾ ਆਉਂਦਾ ਵੀ ਤੁਸੀਂ ਉਹਨੂੰ ਜਥੇਦਾਰ ਤੇ ਬਣਾਏ ਦੇ, ਪਰ ਇੱਕ ਗੱਲ ਇਮਲੀ ਦੇ ਪੇੜ ਨਾਲ ਬੰਨਣ ਨੂੰ ਤਿਆਰ ਹੋ ਜਾਓ, ਤੁਹਾਨੂੰ ਬੰਨ ਬੰਨ ਕੇ ਉਹਨੇ ਜੇ ਕੋਟੜੇ ਨਾ ਮਾਰੇ ਤੇ ਮੈਨੂੰ ਨੀਵੇਂ ਥਾਂ ਭਾ ਲਿਓ, ਉਹਨੇ ਛੱਡਣਾ ਕੋਈ ਨੀ ਜੇ। ਅੱਛਾ ਜੀ, ਹਾਂਜੀ, ਠੀਕ ਆ, ਇਹਨੇ ਕਹਿੰਦੇ ਹੋਰ ਕੀ ਕਰੀਏ। ਹਾਂਜੀ, ਉਹਦਾ ਕਰਨਾ ਕੀ ਆ, ਲਾਣ ਆਪਾਂ ਲੀਡਰਾਂ ਨੇ ਕਰਨਾ, ਜਿਹੜੀ ਸੰਗਤ ਆ ਉਹਨੇ ਤੇ ਸਾਡੇ ਮਗਰੀ ਜਗਾਰੇ ਮਾਰਨੇ ਆ, ਜੋ ਅਸੀਂ ਕਹਿਤਾ ਸੱਤ ਵਾ। ਹਾਂਜੀ, ਠੀਕ ਆ, ਤੇ ਸਵੇਰੇ ਸਵੇਰੇ ਅਨਾਉਂਸ ਪਤਾ ਕਿਹੜਾ ਕਰਨ ਦਾ ਜੀ, ਅਨਾਉਂਸ ਕਰਨ ਦਾ ਆ ਭਾਈ ਕਿਰਪਾਲ ਸਿੰਘ ਜੀ ਨੂੰ ਜਥੇਦਾਰ ਨਿਯੁਕਤ ਕਰਤਾ ਅਕਾਲ ਤਖ਼ਤ ਸਾਹਿਬ ਦਾ। ਯਾਨੀ ਰਾਤ ਦਾ ਫੈਸਲਾ ਸੰਤਾਂ ਨੂੰ ਜਥੇਦਾਰ ਬਣਾਇਆ ਸਾਰੇ ਅਕਾਲੀਆਂ ਨੇ, ਤੇ ਸਵੇਰੇ ਜਥੇਦਾਰ ਕਿਰਪਾਲ ਸਿੰਘ ਅਨਾਉਂਸਮੈਂਟ ਹੋ ਗਈ। ਇਹ ਤੁਸੀਂ ਤਰੀਕ ਨਾ ਕੱਢ ਲਿਆ ਜਿੱਦਣ ਜਥੇਦਾਰ ਕਿਰਪਾਲ ਸਿੰਘ ਨੂੰ ਜਥੇਦਾਰ ਬਣਾਇਆ ਤਾਂ ਅਕਾਲ ਤਖ਼ਤ ਦਾ ਕਿਹੜੀ ਤਰੀਕ, ਮੈਨੂੰ ਤਰੀਕਾਂ ਦਾ ਇਹਨਾਂ ਨੂੰ ਯਾਦ ਨੀ ਗੀ। ਤੇ ਜਦੋਂ ਸਵੇਰੇ ਖ਼ਬਰਾਂ ਚ ਆਇਆ ਤੇ ਸਾਰੇ ਪਤਾ ਲੱਗ ਗਿਆ ਤੇ ਭਾਈ ਮਰੀਕ ਸਿੰਘ ਜੀ ਨੂੰ ਸੰਤ ਅਸੀਂ ਉੱਥੇ ਮੌਜੂਦ ਸਾਂ ਅਕਾਲ ਤਖ਼ਤ ਸਾਹਿਬ ਤੇ, ਭਾਈ ਸੰਤਾਂ ਨੂੰ ਕਹਿੰਦੇ ਵੀ ਆ ਸੁਣ ਲਿਆ
विश्वास करना बहुत माड़ा वा। उतो जी ना एक हिसाब न कौम की बदकिस्मती शुरू हो गई। असि जरा बड़ा वा इन्होंने गवाता की जो संत कालतक साहब का जहेदार कि मजबूत कर देंगे दे। मेरा ख्याल वा गवर्नमेंट ने अटैक भी नहीं करना इना इन्होंने जेरा नहीं पैना भी अटैक कर। अच्छा जी हाँ इस गल फिर उन्होंने जो इधरों खाना चंगी का सारा पता लग गया जी वाहेगुरु खाना चंगी का सारा जहर हो गया बंदिया तो जहर हो गया जिस तरह हम लम्बे चौड़ा बहुत हो जाना मैंने तो मैं तुम सारा दसदा कि शिंदा मरिया कि सारा कुछ किया। हाँ जी कोई नहीं दस दो अपने को टाइम है करो गल ए जी गल थी ना असली इन्हों पता लग गया संतान नु जहर हो गया हूं यह तरीका नहीं वरत सकते पहरा सख्त करता संतान ने इतों तक भी बीबिया जरा सी बीबिया भी रखता क्लासी लैन वास्ते। हां जी हां सारा शक्ति कारण इन्होंने आख्या भी हूं साडा दा नहीं लगना हूं आप एक होर गल करिए गवर्नमेंट के नाल करके गला तरह इन्हों अटैक करवा के इन्हों करवा दीए जे आपे ऑटोमैटिकली गवर्नमेंट जी सी कुछ कारनामे बाहर योजे कुछ इन्होंने करवाते कुछ एजेंसिया ने करवाते हिंदू मारन वाली गल जी प्रचलित जारी करती संत जे बिलकुल हिंदुआ के विरोधी नहीं सी ना उन्होंने कोई हिंदू बारे कोई गल ही की। हाँ जी पर गल जो नार रल दया गई इन्होंने जो संतान नु भी अभ्यास हो गया भी हम साढ़े विरुद्ध कर फिर ऐटोमैटिकली जो हथियार रखने शस्त रखने से सिख का हक वा जरा जरा कटे उन्होंने रखे भी आिंग भी ज्यादा रखे आ। दूसरी गल इन्होंने एलीगेशन लाया भी काल तख्ताब के उत्ते रेंदे आ जी। अच्छा जी मैं एक गल स्पष्ट कर दू संत कभी अकाल तख्त साहब सुते नहीं मेरी बेनती है ना कोई सिंघा भी सौन देंगे। अच्छा जी अकाल तख्त साहब की बिल्डिंग वक्री सी संतान की रहायश की बिल्डिंग वक्री सी नाल लगदिया बिल्डिंगा एक दूजे के नाल जुड़िया हुई सी तौर तक ठीक है एक दूजे नाल बिल्डिंगा जुड़िया सी संत अकालतख्त साहब तो वक्री बिल्डिंग च रेंदे होंगे सी नाल दो कमरे होंगे सी सामने ठीक है लागे अकाल तख्त साहब के संतान की रहायश उत्थे होंगी सी ना कि अकाल तख्त साहब रहायश सी अज तक किसी ने मेरा ख्याल बुलारे आए है जिन्होंने मतलब भगवान सिंह होनी भी अपने मुखी मुख्तियार सिंह होनी भी उन्होंने काफी जिदा तुसी दस दे उन्होंने यह दसा भी जिदा नाल लगती बिल्डिंग सी जिथे हुंदा सी अकाल तख्त ते नहीं हुंदी रहायश उन्हां दी। छोटा जा कमरा सी 10x10 का जिथे संतान की रहायश एक लंबारी होंगी सी उन्होंने को बाकी थले थले आसन हों कोई संतान का थोड़ा जा जगह बैठन से 5-7 सिंह बैठ सकते सामने एक बाथरूम होंगे सी नाल परले बने बार बार नाल ही लैटरिंग होंगी सी सिर्फ एहो उन्होंने जरा सी नाल गुरमुख साहब गुरवई का कमरा सी जिथे के उन्हों का सारा समान हों जल पानी वगैरह तैयार करते होंगे सारे असलियत यह सी भी ਸੰਤ ਸਿਰਫ ਡਰਦੇ ਸੀ ਵੀ ਭਰਾ ਮਾਰੂ ਜੰਗ ਨਾ ਸ਼ੁਰੂ ਹੋ ਜੇ ਇੱਥੇ ਅੰਦਰ ਇੱਕ ਕੁੱਤੇ ਨੂੰ ਆਪਾਂ ਜੇ ਮਾਰਾਂਗੇ ਤੇ ਉਹ ਮਾੜੀ ਗੱਲ ਵਾ ਠੀਕ ਹੈ ਤੇ ਜਦੋਂ ਗੁਰਬਚਨ ਨਰਕਧਾਰੀ ਦਾ ਕਾਂਡ ਹੋਇਆ ਵਾ ਉਹਨੂੰ ਮਾਰਿਆ ਵਾ ਹਾਂਜੀ ਹਾਂਜੀ ਉਹ ਥੋੜਾ ਜਿਹਾ ਪਹਿਲਾਂ ਤੁਹਾਨੂੰ ਮੈਂ ਦੱਸ ਦਿੰਦਾ ਉਹ ਭਾਈ ਰਣਜੀਤ ਸਿੰਘ ਨੇ ਜਦੋਂ ਉਹਨੂੰ ਸੋਧਿਆ ਹਾਂਜੀ ਹਾਂਜੀ ਪਰ ਉਹਨੂੰ ਲੱਭਣ ਦੇ ਵਿੱਚ ਜਿਹੜੇ ਸਿੰਘਾਂ ਦਾ ਰੋਲ ਸੀ ਉਹ ਸਾਰੇ ਦਮਦਮੀ ਟਕਸਾਲ ਦੇ ਸਿੰਘ ਸੀ ਚੜ੍ਹਦੀ ਕਲਾ ਵਾਲੇ ਭਾਈ ਗਿਆਨ ਸਿੰਘ ਜੀ ਨਾਗੋਪਿਆਂ ਵਾਲੇ ਜਿੱਥੇ ਵਿਆਹੇ ਸੀ ਉੱਥੇ ਉਹ अच्छा जी ਉਹਨਾਂ ਦਾ ਬੜਾ ਵੱਡਾ ਰੋਲ ਸੀ ਲੱਭਣ ਦਾ ਭਾਈ ਮੇਜਰ ਸਿੰਘ ਜੀ ਨਾਗੋਕੇ ਤੇ ਭਾਈ ਲੱਖਾ ਸਿੰਘ ਜੀ ਨਾਗੋਕੇ ਜਿਨ੍ਹਾਂ ਤੇ ਕੇਸ ਵੀ ਪਾਇਆ ਸੀ ਗੁਰਬਚਨੇ ਵਾਲਾ ਜੀ ਉਹਨਾਂ ਨੇ ਭਾਈ ਲੱਖਾ ਸਿੰਘ ਜੀ ਨੇ
ਉੱਥੇ ਅਰੈਸਟ ਵੀ ਹੋਏ ਬਾਅਦ ਦੇ ਵਿੱਚ ਉਹਨਾਂ ਦੀ ਜ਼ਮਾਨਤ ਹੋ ਕੇ ਉਹਨਾਂ ਨੂੰ ਲਿਆਂਦਾ ਸੀ ਭਾਈ ਲੱਕਾ ਸਿੰਘ ਜੀ ਨਾਗੋ ਪਿਆਰਿਆਂ ਨੂੰ ਬੜੀ ਉਹਨਾਂ ਨੇ ਤਸ਼ੱਦਦ ਵੀ ਝੱਲਿਆ ਕੁੱਟ ਬੜੀ ਝੱਲੀ ਸੀ ਪੁਲਿਸ ਦੀ ਇੰਟੈਰੋਗੇਟ ਬਹੁਤ ਝੱਲੀ ਅੱਛਾ ਜੀ ਦਿੱਲੀ ਆਇਆ ਸਿੱਖਾਂ ਨੇ ਉਹਨਾਂ ਦੀ ਜ਼ਮਾਨਤ ਕਰਾਈ ਸੀ ਜਿਹੜੀ ਗੱਲ ਅਸਲ ਦੇ ਵਿੱਚ ਆ ਨਾ ਜੀ ਵੇਖੋ ਜਿਹੜਾ ਸੇਵਾ ਭਾਵਨਾ ਲਈ ਤਿਆਰ ਕਰਨਾ ਸੰਤਾਂ ਕੋਲ ਲਿਆਉਣਾ ਸੰਤਾਂ ਨੇ ਆਪਣਾ ਦੇਣਾ ਭਾਈ ਰਜੇਸ਼ ਸਾਹਿਬ ਨੂੰ ਉਹ ਸਾਰਾ ਉਹਨਾਂ ਸਿੰਘਾਂ ਦਾ ਕੰਮ ਸੀ ਬੇਸ਼ੱਕ ਅਸੀਂ ਅੱਜ ਸਿੰਘ ਸਾਹਿਬ ਵੀ ਭਾਈ ਰਜੀਤ ਸਿੰਘ ਨੂੰ ਸਤਿਕਾਰ ਬੜਾ ਦਿੱਤਾ ਕੌਮ ਨੇ ਅਕਾਲ ਤਖ਼ਤ ਸਾਹਿਬ ਦਾ ਜਿਵੇਂ ਜਥੇਦਾਰੀ ਬਣਾ ਤਾ ਇਸ ਤੋਂ ਵੱਡਾ ਸਤਿਕਾਰ ਤੇ ਹੋਰ ਹੈ ਹੀ ਕੋਈ ਨੀ ਗਾ ਕੌਮ ਦੇ ਵਿੱਚ ਤੇ ਉਹਨਾਂ ਦਾ ਸਤਿਕਾਰ ਬੜਾ ਕੀਤਾ ਵਾ ਕੌਮ ਨੇ ਪਰ ਉਹਨਾਂ ਸਿੰਘਾਂ ਨੂੰ ਉਹਨਾਂ ਨੇ ਵਿਸਾਰਤਾ ਕਿਸੇ ਦੀ ਬਾਤ ਨੀ ਉਹਨਾਂ ਨੇ ਪੁੱਛੀ ਨਾ ਕਿਸੇ ਪਰਿਵਾਰ ਨੂੰ ਸੋਕਾ ਨਾ ਕਿਸੇ ਪਰਿਵਾਰ ਦੀ ਉਹਨਾਂ ਨੇ ਇਹ ਵੀ ਜਾ ਕੇ ਪੁੱਛਿਆ ਹੋਵੇ ਵੀ ਇਹ ਸਿੰਘਾਂ ਨੂੰ ਜੜ ਕੇ ਉਹ ਸਾਰਾ ਜਾਣਦੇ ਆ ਇਹ ਗੱਲ ਸਾਰੀ ਹਕੀਕਤ ਜਾਣਦੇ ਆ ਠੀਕ ਹੈ ਨਹੀਂ ਆ ਗਈ ਗੱਲਾਂ ਜਿਹੜੀਆਂ ਜਿੱਦਾਂ ਇੱਕ ਨਾਂ ਤੇ ਉਹ ਕਾਬਲ ਸਿੰਘ ਦਾ ਨਾਂ ਤੇ ਸੁਣਿਆ ਸੀਗਾ ਨਾਲ ਆ ਜਿਹੜੇ ਨਾਂ ਤੁਸੀਂ ਭਾਈ ਕਾਬਲ ਸੋਹਣੀ ਸਿਰਫ ਜਿੱਦਣ ਗਏ ਸੀ ਐਕਸ਼ਨ ਕਰਨ ਉੱਦਣ ਨਾਲ ਗਏ ਆ ਉਹਦੇ ਨਾਲ ਕਰਾਇਆ ਕਹਿੰਦੇ ਪਹਿਲਾਂ ਸਾਰਾ ਹੀ ਕੰਮ ਜਿਹੜਾ ਸੀ ਇੱਥੋਂ ਤੱਕ ਵੀ ਇਹ ਭਾਈ ਮੇਜਰ ਸੋਹਣੀ ਅੰਦਰ ਵੀ ਜਾ ਕੇ ਆਏ ਅੱਛਾ ਜੀ ਪਰ ਉਹ ਅੰਦਰ ਜਦੋਂ ਜਾਣ ਕੇ ਜੇ ਅੰਦਰ ਇਹ ਕਰਦੇ ਕਰ ਫਿਰ ਇਹਨਾਂ ਕੋਲ ਨਿਕਲਿਆ ਨੀ ਸੀ ਜਾਂਦਾ ਇਹ ਅੰਦਰ ਸ਼ਹੀਦ ਹੁੰਦੇ ਸੀ ਅੱਛਾ ਜੀ ਉਸ ਕਰਕੇ ਇਹਨਾਂ ਦੇ ਪਲੈਨ ਫਿਰ ਕੱਲੇ ਰਜੀਸ਼ ਸਿੰਘ ਦੇ ਛੁੱਟੀ ਤੇ ਤੁਸੀਂ ਅੰਦਰ ਸਾਰਾ ਕਿਉਂਕਿ ਇਹ ਜਾਂਦਾ ਆਉਂਦਾ ਸੀ ਸਾਰਾ ਲੱਕੜ ਦਾ ਕੰਮ ਇਹੋ ਕਰਦਾ ਹੁੰਦਾ ਸੀ ਸਰਕਾਰ ਸਿੰਘ ਸੀ ਅੱਛਾ ਜੀ ਹਾਂਜੀ ਠੀਕ ਆ ਤੇ ਸਾਰੀ ਲੱਕੜੀ ਦਾ ਕੰਮ ਅੰਦਰਲਾ ਇਹੋ ਕਰਦਾ ਹੁੰਦਾ ਸੀ ਕਿਉਂਕਿ ਇਹਦਾ ਸਿੱਖੀ ਜਿਹੜਾ ਇੱਕ ਸਿੱਖੀ ਦੇ ਨਾਲ ਵੀ ਉਹਨਾਂ ਦੇ ਨਾਲ ਹੀ ਸਾਰਾ ਘੁਲਿਆਮਿਆ ਸੀ ਜਿਹੜਾ ਭਰਾ ਮਾਸਟਰ ਗੁਰਬਚਨ ਸਿੰਘ ਜੀ ਗੱਤਕਾ ਅਖਾੜਾ ਸੀ ਉੱਥੇ ਰਣਜੀਤ ਅਖਾੜਾ ਸੀ ਦਿੱਲੀ ਅੱਛਾ ਜੀ ਉਹਦੇ ਵਿੱਚ ਭਾਈ ਗਿਆਨ ਸਿੰਘ ਮਾਸਟਰ ਸੀ ਉਹ ਵੀ ਗੱਤਕਾ ਸਿਖਾਉਂਦਾ ਹੁੰਦਾ ਸੀ ਜਿਹੜਾ ਜਿਹਨੂੰ ਪ੍ਰਾਹੁਣਾ ਕਰਕੇ ਕਹਿੰਦੇ ਹੁੰਦੇ ਅੱਛਾ ਜੀ ਤੇ ਇਹ ਵੀ ਗੱਤਕਾ ਸਿੱਖਣ ਰਜੀਤ ਸਿੰਘ ਉੱਥੇ ਜਾਂਦਾ ਹੁੰਦਾ ਸੀ ਤੇ ਭਾਈ ਗਿਆਨ ਸਿੰਘ ਕੋਲ ਭਾਈ ਮੇਜਰ ਸੋਹਣਾ ਦੇ ਲੱਖਾਂ ਉਹਨਾਂ ਨੇ ਗੱਲ ਚਲਾਈ ਵੀ ਆਪਾਂ ਇਹ ਕੰਮ ਕਰਨਾ ਉਹਨੇ ਕਿਹਾ ਉੱਥੇ ਨੀ ਕੋਈ ਜਾ ਸਕਦਾ ਸਿਰਫ ਇੱਕ ਬੰਦਾ ਜਾ ਸਕਦਾ ਰਣਜੀਤ ਸਿੰਘ ਅੱਛਾ ਜੀ ਤੇ ਫਿਰ ਉੱਥੇ ਜਦੋਂ ਗੱਲਾਂ ਸਾਰੀਆਂ ਚੱਲੀਆਂ ਇਹਨਾਂ ਨੂੰ ਭਾਈ ਰਜੀਤ ਸਿੰਘ ਨੂੰ ਮਨਾਇਆ ਵੀ ਸੋਨੇ ਦੇ ਪੱਤੇ ਨੂੰ ਤੋਲਣਗੇ ਸੰਤ ਉਹਨਾਂ ਨੇ ਬਚਨ ਕੀਤਾ ਵਾ ਤੇ ਸੇਵਾ ਬੜੀ ਤਗੜੀ ਆ ਤੇ ਫਿਰ ਉਹ ਮੰਨ ਕੇ ਫਿਰ ਮਹਿੰਤੇ ਸਾਹਿਬ ਲਿਆਂਦਾ ਇਹਨੂੰ ਸਾਰੀ ਗੱਲ ਉੱਥੇ ਕੀਤੀ ਤੇ ਜਿਹੜੀ ਇਹ ਸੇਵਾ ਵਾਸਤੇ ਤਿਆਰ ਹੋਏ ਸਾਰੇ ਚਲੋ ਇਹ ਭਾਈ ਰਜੀਤ ਸਿੰਘ ਦਾ ਯੋਗਦਾਨ ਤੇ ਉਹਨਾਂ ਸਿੰਘਾਂ ਦਾ ਬੜਾ ਤਗੜਾ ਵਾ ਨਾ ਜੀ ਠੀਕ ਹੈ ਨੇ ਉਹ ਜਿਹੜੇ ਕਰਨੀ ਸਾਰਾ ਕੁਝ ਪਹਿਲਾਂ ਸ਼ੁਰੂ ਚ ਕੀਤਾ ਉਹ ਪਹਿਲਾਂ ਪਤਾ ਹੀ ਨਹੀਂ ਗਾ ਕੌਮ ਨੂੰ ਅੱਜ ਤੱਕ ਉਹਨਾਂ ਸਿੰਘਾਂ ਨੂੰ ਅਣਗੌਲਿਆ ਕਰੀ ਜਾਏ ਸਾਰੇ ਕਿਸੇ ਸਿੰਘ ਦਾ ਨਾਂ ਨੀ ਭਾਈ ਲੱਖਾ ਸਿੰਘ ਦਾ ਭਾਈ ਮੇਜਰ ਸਿੰਘ ਦਾ ਭਾਈ ਗਿਆਨ ਸਿੰਘ ਦਾ ਹਾਂਜੀ ਕਿਸੇ ਨੇ ਨਾਂ ਨੀ ਲਿਆ ਇਹਨੀ ਕੌਮ ਨੇ ਆਪਣਾ ਕੀਤਾ ਹੋਵੇ ਇੰਨਾ ਆਪਣਾ ਸੇਵਾ ਭਾਵਨਾ ਉਹਨਾਂ ਸਿੰਘਾਂ ਦੀ ਹੋਵੇ ਤੇ ਕਿਸੇ ਨੇ ਕਿਸੇ ਨੇ ਥੋੜਾ ਬੂਤਾ ਤੇ ਚਲੋ ਉਹਨਾਂ ਦਾ ਮਾਣ ਸਤਿਕਾਰ ਬਣਦਾ ਸੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਭੋਗੀ ਆ ਭਾਈ ਰਜੀਤ ਸਿੰਘ ਨੇ ਹਾਂਜੀ ਇਹਦੇ ਸ਼ਾਸਤਰਾਂ ਦੇ ਉੱਤੇ ਸਰੋਪਾ ਪਾ ਦੇਣਾ ਹੁੰਦਾ ਸੀ 6 ਜੂਨ ਵਾਲੇ ਦਿਨ ਸਿੰਘ ਕਿਸੇ ਨੂੰ ਸਰੋਪਾ ਨਹੀਂ ਸੀ ਦੇਣਾ ਹੁੰਦਾ ਅੱਛਾ ਜੀ ਠੀਕ ਹੈ ਤੇ ਉਹਨਾਂ ਇਹਨਾਂ ਨੂੰ ਵਿਰਧ ਰਜੀਤ ਸਿੰਘ ਨੂੰ ਪੇਸ਼ ਕਰਾਉਣ ਵਾਲਾ ਬਣਾ ਹਾਂਜੀ ਤੇ ਸਾਰਿਆਂ ਬੰਦਿਆਂ ਨੂੰ ਸੰਤਾਂ ਦੇ ਐਂਟੀ ਕਰਨ ਵਾਲੇ ਇਹ ਬੰਦੇ ਹੀ ਵੀ ਹੋਰ ਇਹਨਾਂ ਦੇ ਵਿੱਚ ਫੁੱਟ ਪਾਓ ਤੇ ਰਾਜ ਕਰੋ ਇਹਨਾਂ ਨੂੰ ਕਿਸੇ ਤਰੀਕੇ ਨਾਲ ਇਹਨਾਂ ਦਾ ਜਿਹੜਾ ਖਾਲਸ ਸਿੰਘ ਵਾ ਚੜ੍ਹਦੀ ਕਲਾ ਵਾਲਾ ਉਹਨੂੰ ਆਪਣੇ ਹੱਥਾਂ ਦੇ ਵਿੱਚ ਲਓ ਤੇ ਸੰਤਾਂ ਦਾ ਵਿਰੋਧ ਕਰਾਓ ਸੰਤਾਂ ਦਾ ਬੜਾ ਵਿਰੋਧ ਕਰਦੇ ਰਹੇ ਆ ਐਵੇਂ ਮੈਂ ਕਹਾਂ ਵੀ ਨਹੀਂ ਕਰਦੇ ਰਹੇ ਸੰਤਾਂ ਦੇ ਵਿਰੁੱਧ ਬੜਾ ਬੋਲਦੇ ਰਹੇ ਆ ਠੀਕ ਹੈ ਤੇ ਸਾਨੂੰ ਤੇ ਉਹ ਗੱਲਾਂ ਚੇਤੇ ਆ ਨਾ ਜੀ ਅੱਜ ਤੱਕ ਇਸ ਕਰਕੇ ਤੁਸੀਂ ਜਾਣਦੇ ਆ ਆਮ ਲੋਕ ਨੀ ਨਾ ਜਾਣਦੇ ਜਿੱਦਾਂ ਆਮ ਸੰਗਤਾਂ ਨੂੰ ਨੀ ਨਾ ਪਤਾ ਵੀ ਆਹ ਚੀਜ਼ਾਂ ਆਮ ਸੰਗਤ ਹੁਣ ਮੈਂ ਤੇ ਅੱਜ ਕਹਿੰਦਾ ਭਾਈ ਰਜੀਤ ਸਿੰਘ ਚਲੋ ਸਤਿਕਾਰ ਜੋ ਗਾਡਾ ਇਹਨੂੰ ਜਿਹੜੀ ਪਦਵੀ ਮਿਲਣੀ ਸੀ ਮਿਲ ਗਈ ਸੀ ਆਰਾਮ ਨਾਲ ਰੱਬ ਰੱਬ ਕਰਦਾ ਜੋ ਮਰਜ਼ੀ ਰਾਸ਼ੀ ਇਹਨੂੰ ਵੀ ਲੋੜ ਆ ਚੁੱਕ ਕੇ ਉੱਠ ਕੇ ਉੱਠਦੇ ਕਹਿੰਦਾ ਜੀ ਉੱਥੇ ਨੱਕ ਦੇ ਰੁਮਾਲੇ ਆ ਜਦੋਂ ਇਹ ਜਹੇਦਾਰ ਸੀ ਉਦੋਂ ਨਹੀਂ ਨੱਕ ਦੇ ਰੁਮਾਲੇ ਚੜ੍ਹਦੇ ਉਦੋਂ ਵੀ ਚੜ੍ਹਦੇ ਸੀ ਉਦੋਂ ਕਹਿੰਦੇ ਨਹੀਂ ਸੀ ਚੜ੍ਹਦੇ ਠੀਕ ਹੈ ਨਾ ਜੀ ਇਹ ਕਰਨਾ ਹੈ ਜੀ ਉਦੋਂ ਮੈਂ ਆਵਾਜ਼ ਉਠਾਉਣਾ ਇਹਨੇ ਤੇ ਪੱਖਪਾਤ ਲੈ ਕੇ ਟੋਏ ਦਾ ਟੋੜੇ ਦੀ ਸਪੋਰਟ ਕਰਤੀ ਤੇ ਬਾਦਲ ਦਾ ਵਿਰੋਧ ਕਰਤਾ ਤੇ ਜਹੇਦਾਰੀ ਇਹਦੀ ਤਾਂ ਗਈ ਆ ਜੇ ਸਹੀ ਮਾਲੇ ਤੇ ਰੱਖੀ ਤੇ ਇਹਨੇ ਕਿਹੜਾ ਪੱਖਪਾਤ ਨਹੀਂ ਕੀਤਾ ਟੋਰੇ ਨੂੰ ਆਖਦਾ ਵੀ ਇਹ ਗਿਆ ਹੀ ਨੀ ਗਾ ਟੋਰਾ ਕਹਿੰਦਾ ਮੈਂ ਗਿਆ ਵਾ ਨਰਕ ਧਾਰੀਆਂ ਦੇ ਮੋਟਾ ਮੰਗਣ ਇਹ ਕਹਿੰਦਾ ਵਾ ਵੀ ਨਹੀਂ ਗਿਆ ਫੋਟੋ ਐਡਿਟ ਕੀਤੀ ਗਈ ਉਹਦੀ ਹਾਂਜੀ ਜੇ ਟੋੜਾ ਆਪ ਮੰਨਦਾ ਤਾਂ ਫੇਰ ਇਹਨਾਂ ਦੇ ਕਹਿਣ ਨੂੰ ਫੇਰ ਮਤਲਬ ਉਹ ਗੱਲ ਥੋੜੀ ਬਣਦੀ ਆ ਨਹੀਂ ਤੇ ਫੇਰ ਉਹਨੂੰ ਸੱਦਦਾ ਅਕਾਲ ਤਖ਼ਤ ਸਾਹਿਬ ਦੇ ਤਲਬ ਕਰਦਾ ਤਲਬ ਕਰਕੇ ਉਹਨੂੰ ਸਜ਼ਾ ਲਾਉਣਾ ਪੱਖਪਾਤ ਕਰਤਾ ਬਾਦਲ ਦੇ ਬੰਦਿਆਂ ਨੇ ਵਿਰੋਧ ਕਰਤਾ ਵੀ ਇਹਨੇ ਪੱਖ ਲਿਆ ਵਾ ਤੇ ਬਾਦਲ ਦੇ ਵਿਰੁੱਧ ਬੋਲ ਲਾ ਪਿਆ ਤੇ ਉਹਨਾਂ ਨੇ ਅਕਾਲ ਤਖ਼ਤ ਸਾਹਿਬ ਦੇ ਜਹੇਦਾਰ ਤੋਂ ਇਹਨੂੰ ਜਹੇਦਾਰੀ ਤੇ ਇਹਨੂੰ ਲਾ ਤਾ ਤੇ ਜਿਸ ਤਰ੍ਹਾਂ ਇਹਨੂੰ
ਬਣਾਇਆ ਸੀ ਤਾਜਪੋਸ਼ੀ ਕਰਕੇ ਮੇਰਾ ਖਿਆਲ ਚੜ੍ਹਦੀ ਕਲਾ ਤੇ ਲਾਇਆ ਉਹਨਾਂ ਨੇ ਫਿਰ ਫੜ ਕੇ ਫਿਰ ਉਹ ਬੇਇੱਜ਼ਤ ਕਰਕੇ ਹਾਂਜੀ ਠੀਕ ਆ ਇਹ ਗੱਲਾਂ ਜਿਹੜੀਆਂ ਵੇਖੋ ਇੱਥੋਂ ਸਾਡੀ ਸਾਡੇ ਵਿਰੁੱਧ ਜਿਹੜੀ ਸੀ ਨਾ ਸੰਤਾਂ ਮਹਾਂਪੁਰਖਾਂ ਦੇ ਵਿਰੁੱਧ ਹਾਂਜੀ ਇਹਨਾਂ ਦੀ ਕੋਸ਼ਿਸ਼ ਸੀ ਭਾਈ ਰਣਜੀਤ ਸਿੰਘ ਨੂੰ ਵਿਰੁੱਧ ਕਰਨਾ ਜਿਹੜੇ ਬੱਬਰ ਖਾਲਸਾ ਦੇ ਸਿੰਘ ਸਾਰੇ ਟਕਸਾਲ ਦੇ ਨਾਲ ਇਹਨਾਂ ਦਾ ਏਡਾ ਪਿਆਰ ਸੀ ਮੈਂ ਤੁਹਾਨੂੰ ਇਹ ਕੀ ਦੱਸਾਂ ਵੀ ਸੰਤ ਮਹਾਂਪੁਰਖ ਪੁੱਤਾਂ ਨੂੰ ਭਾਈ ਸੁਖਦੇਵ ਸਿੰਘ ਨੂੰ ਰੱਖਦੇ ਸੀ ਮੇਰਾ ਇਹ ਪੁੱਤ ਵਾ ਮੇਰਾ ਤੀਸਰਾ ਪੁੱਤ ਵਾ ਇਹਨੂੰ ਕਈ ਵਾਰੀ ਗੋਦੀ ਦੇ ਵਿੱਚ ਉਹਨਾਂ ਨੇ ਕਈ ਵਾਰੀ ਉਹਨਾਂ ਨੇ ਸਿਰ ਰੱਖ ਕੇ ਇਹਨੇ ਪੈ ਰਹਿਣਾ ਏਡਾ ਜ਼ਿਆਦਾ ਪਿਆਰ ਸੀ ਟਕਸਾਲ ਤੇ ਜਿਹੜੀ ਅਖੰਡ ਕੀਰਤਨੀ ਜਥੇ ਦਾ ਇੰਨਾ ਪਿਆਰ ਸੀ ਨਾ ਜੀ ਜਦੋਂ ਅਠੱਤਰ ਚ ਗੋਲੀਆਂ ਖਾਣ ਦੀ ਗੱਲ ਆਈ ਸੰਤਾਂ ਨੂੰ ਅੱਗੇ ਕਰਦੇ ਸੰਤਾਂ ਨੂੰ ਭਾਈ ਫੌਜਾ ਸੋ ਹੋਣਾ ਨੇ ਤੇ ਅਖੰਡ ਕੀਰਤਨੀ ਆਖਿਆ ਤੁਸੀਂ ਨੀ ਜਾਣਾ ਅੱਛਾ ਜੀ ਇਹ ਅੱਗੇ ਹੋ ਕੇ ਅਖੰਡ ਕੀਰਤਨੀ ਜਥੇ ਨਾਲ ਚਲੋ ਜਥਿਆਂ ਵਾਲੇ ਸਿੰਘ ਜੀ ਵੀ ਇਹਨਾਂ ਨੇ ਜਾ ਕੇ ਕਹਿੰਦੇ ਗੋਲੀਆਂ ਖਾਧੀਆਂ ਉੱਥੇ ਸੱਤਰ ਚ ਫਿਰ 82 ਵਾਲਾ ਕਾਂਡ ਸੀ ਜਦੋਂ ਜਦੋਂ ਸੰਤਾਂ ਦੀ ਗ੍ਰਿਫਤਾਰੀ ਹੋਈ ਆ ਉਦੋਂ ਵੀ ਅਖੰਡ ਕੀਰਤਨੀ ਜਥੇ ਵਾਲਿਆਂ ਸਿੰਘਾਂ ਨੇ ਜਾ ਕੇ ਜਿਹੜਾ ਸੀ ਉਹ ਸਭ ਤੋਂ ਵੱਡਾ ਰੋਲ ਉਹਨਾਂ ਦਾ ਸੀ ਹੁਣ ਜਾ ਕੇ ਆਪਣਾ ਚੜ੍ਹਦੀ ਕਲਾ ਚ ਉਹਨਾਂ ਨੇ ਜਿਹੜੇ ਜਦੋਂ ਸੰਤਾਂ ਦੀ ਗ੍ਰਿਫਤਾਰੀ ਸਾਰੇ ਸਿੰਘ ਜਿਹੜੇ ਇਹਨਾਂ ਦੀਆਂ ਤਕਰੀਬਨ ਅਖੰਡ ਕੀਰਤਨੀ ਜਥੇ ਦੇ ਨਾਲ ਸੰਬੰਧਿਤ ਸੀ ਜਿਹਨਾਂ ਨੇ ਜਾ ਕੇ ਐਕਸ਼ਨ ਕੀਤੇ ਤੇ ਸੰਤਾਂ ਦੀ ਰਿਹਾਈ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਇੱਕ ਮਿੱਕ ਸੀ ਇਹਨਾਂ ਦੇ ਵਿੱਚ ਇੱਕ ਪੀਲਾ ਨੀ ਸੀ ਖੁੱਭਦਾ ਮੇਰੀ ਗੱਲ ਸੁਣੋ ਇਹ ਜਦੋਂ ਦੇਖੋ ਨਾਨਕ ਦਵਾਰ ਤੇ ਡਿਗੀਆਂ ਨੀਗੀਆਂ ਗੱਲਾਂ ਦੇ ਵਿੱਚ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਸਾਡੇ ਸੰਤਾਂ ਸੰਤ ਜਿਹੜੇ ਸਾਡੇ ਤੇ ਕੌਮ ਦੇ ਆਗੂ ਬਣਦੇ ਜਾਂਦੇ ਆ ਕੌਮ ਦੇ ਹੀਰੋ ਬਣਦੇ ਜਾਂਦੇ ਆ ਸਾਨੂੰ ਕੋਈ ਪੁੱਛਦਾ ਕੋਈ ਨੀਗਾ ਹਾਂਜੀ ਜਿਹੜੇ ਜਥੇ ਆਉਂਦੇ ਸੀ ਉਹ ਕਹਿੰਦੇ ਸੀ ਜਿੰਨਾ ਚਿਰ ਸੰਤਾਂ ਨੂੰ ਵਧਾਈ ਨਾ ਦੇਣ ਅਸੀਂ ਇੱਥੋਂ ਜਾਣਾ ਨੀ ਗਾ ਗ੍ਰਿਫਤਾਰੀ ਦੇਣ ਕਿੱਡਾ ਵੱਡਾ ਸੰਤਾਂ ਦਾ ਸਤਿਕਾਰ ਹੋਊਗਾ ਤੁਸੀਂ ਆਪ ਲਾ ਲਓ ਹਾਂਜੀ ਸੰਤ ਸਰੀਰੋਂ ਕਈ ਵਾਰੀ ਢਿੱਲ ਮੱਠ ਵੀ ਹੁੰਦੀ ਸੀ ਫਿਰ ਵੀ ਜਾ ਕੇ ਸੰਤ ਜਥੇ ਨੂੰ ਵਧਾਈ ਦਿੰਦੇ ਹੁੰਦੇ ਵੀ ਕਿਤੇ ਇਹ ਨਾ ਕਹਿਣ ਵੀ ਸੰਤ ਮਹਾਂਪੁਰਖ ਜਾਣ ਕੇ ਇੱਥੇ ਆਏ ਕਿੱਡਾ ਤਕੜਾ ਸੰਤਾਂ ਦਾ ਸਤਿਕਾਰ ਸੀ ਠੀਕ ਆ ਤੇ ਉਹਨਾਂ ਨੇ ਸਾਰਾ ਜੇ ਲਾਇਆ ਸੀ ਵੀ ਇਹ ਸਾਰਾ ਬੜਾ ਵੱਡਾ ਇਹਨਾਂ ਦਾ ਚੜ੍ਹਤ ਜਿਹੜੀ ਹੁੰਦੀ ਜਾਂਦੀ ਆ ਇਹਨੂੰ ਕਿਸੇ ਤਰ੍ਹਾਂ ਰੋਕੀਏ ਨੇ ਤੇ ਸਾਨੂੰ ਜੀਰੋ ਕਰ ਦੇਣਾ ਸਾਨੂੰ ਕਿਤੇ ਪੁੱਛਣਾ ਹਾਂਜੀ ਠੀਕ ਆ ਤੇ ਫਿਰ ਉਹਨਾਂ ਦਾ ਜਦੋਂ ਇਹ ਕਾਰ ਚਾਰਾ ਨਾ ਚੱਲਿਆ ਵਿਰੋਧ ਪਹਿਲਾ ਵਿਰੋਧ ਉਹਨਾਂ ਨੇ ਇਹ ਸੋਢੀ ਵਾਲਾ ਕੀਤਾ ਹਾਂਜੀ ਹੋ ਸਕਦਾ ਗਾਂ ਵੀ ਉਹ ਉਸ ਪੱਟ ਨੂੰ ਜੇ ਨਾ ਹੀ ਪਤਾ ਲੱਗਦਾ ਤੇ ਉਹ ਜਨਾਨੀ ਇੱਧਰ ਨਾ ਆਉਂਦੀ ਉਹ ਸ਼ਿੰਦੇ ਦੇ ਨਾਲ ਹੀ ਭੱਜ ਜਾਂਦੀ ਤੇ ਕਿਸੇ ਨੂੰ ਕੀ ਪਤਾ ਲੱਗਣਾ ਕੌਣ ਮਰ ਗਿਆ ਤੇ ਕੌਣ ਕਰ ਗਿਆ ਜੀ ਬਲੂ ਸਟਾਰ ਵਾਲਾ ਇਹ ਇਹਨਾਂ ਨੇ ਕੀਤਾ ਹੁਣ ਚਿੱਠੀਆਂ ਯਾਦ ਹੋ ਗਈਆਂ ਤੁਹਾਡੇ ਸਾਹਮਣੇ ਸਾਰਾ ਕੁਝ ਆ ਗਿਆ ਤੇ ਕਿੰਨੇ ਕੀ ਰੋਲ ਨਿਭਾਇਆ ਕੀ ਕੀਤਾ ਉਹਨਾਂ ਚਿਰ ਜਿੰਨਾ ਚਿਰ ਤੁਸੀਂ ਇਹਨੂੰ ਖਤਮ ਨੀ ਕਰਦੇ ਉਹਨਾਂ ਚਿਰ ਇਹ ਸਾਰਾ ਕੰਮ ਜਿਹੜਾ ਵਾ ਇਹ ਨਹੀਂ ਰੁਕਣਾ ਅਸਲੀ ਕਾਰਨ ਬਣਿਆ ਜੀ ਆਪਰੇਸ਼ਨ ਬਲੂ ਸਟਾਰ ਦਾ ਮਤਲਬ ਆਪਣਿਆਂ ਨੇ ਮਤਲਬ ਦਗਾ ਕੀਤਾ ਇਹ ਸਿੱਧਾ ਕਹਿ ਲਈਏ ਵੇਖੋ ਜੀ ਜਦੋਂ ਜੱਜ ਸਜ਼ਾ ਸੁਣਾਉਂਦਾ ਵਾ ਨਾ ਜੀ 302 ਦੀ ਸਜ਼ਾ ਸੁਣਾਉਂਦਾ ਵਾ ਤੇ ਉਹਦੇ ਵਿੱਚ ਜਿਹੜਾ 120 ਦੀ ਵਾਲਾ ਨਾ ਜੀ ਉਹਨੂੰ ਸਜ਼ਾ ਜ਼ਿਆਦਾ ਸੁਣਾਉਂਦਾ ਵਾ ਮੇਰੀ ਬੇਨਤੀ ਆ ਕਿਉਂਕਿ ਉਹ ਆਂਦਾ ਵੀ ਜੇ ਕਤਲ ਕਰਨ ਵਾਲਾ ਜਿਹੜਾ ਬੰਦਾ ਸੀ ਜੇ ਇਹ ਸਾਜਿਸ਼ ਨਾਲ ਨਾ ਹੁੰਦਾ ਇਹ ਨਾ ਹਲਾਸ਼ੇਰੀ ਦਿੰਦਾ ਤੇ ਇਹ ਕਤਲ ਨਹੀਂ ਸੀ ਹੋਣਾ ਇਹਨੇ ਨਹੀਂ ਸੀ ਕਰਨਾ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਦੋਸ਼ੀ ਆ ਇਹ ਦੋਸ਼ੀ ਇਹ ਬੰਦੇ ਆ ਹੋ ਸਕਦਾ ਵਾ ਕਿ ਗੌਰਮੈਂਟ ਜਿਹੜੀ ਸੀ ਉਹ ਕਿਉਂਕਿ ਵੱਧ ਅਧਿਕਾਰ ਦੀਆਂ ਮੰਗਾਂ ਸੀ ਬਾਅਦ ਤੇ ਉਹ ਕਹਿੰਦੇ ਨੇ ਮੰਗਾਂ ਲੈ ਲਓ ਪਰ ਗੱਲ ਜਿਹੜੀ ਉਹ ਫਿਰ ਸਿਰ ਤੋਂ ਪਾਣੀ ਲੰਘ ਗਿਆ ਸੀ ਫਿਰ ਮੰਗਾਂ ਕੀ ਲੈਣੀਆਂ ਸੀ ਫਿਰ ਤੇ ਗਾਂਹ ਗੱਲ ਚੱਲ ਗਈ ਖਾਲਿਸਤਾਨ ਦੀ ਚੱਲ ਗਈ ਉਹਦੇ ਉੱਤੇ ਮੁੱਦਾ ਜਿਹੜਾ ਸੀ ਉਹ ਪਿੱਛੇ ਰਹਿ ਗਿਆ ਮੰਗਾਂ ਦਾ ਤੇ ਬਹੁਤ ਉਹ ਮੰਨਦੇ ਮੰਗਾਂ ਸਭ ਤੋਂ ਹੁੰਦਾ ਸੀ ਪਰ ਇਹਨਾਂ ਨੇ ਮੰਨਣ ਨੀ ਦਿੱਤਾ ਇਹਨਾਂ ਨੇ ਕਿਹਾ ਵੀ ਜੇ ਸੰਤਾਂ ਦੇ ਰਾਹੀਂ ਅਸੀਂ ਸਮਝੌਤਾ ਕਰਦੇ ਹਾਂ ਤੇ ਸਾਡਾ ਸਾਰਾ ਕੁਝ ਜਾਂਦਾ ਅਸੀਂ ਰਾਜ ਭਾਗ ਤੋਂ ਵੀ ਛੱਕਣੇ ਹੋ ਜਾਂਦੇ ਹਾਂ ਧਾਰਮਿਕ ਤੌਰ ਤੇ ਵੀ ਇਹਨਾਂ ਨੇ ਕਾਬਜ ਹੋ ਜਾਣਾ ਵਾ ਫਿਰ ਇੱਥੋਂ ਤੱਕ ਕਹਿੰਦੇ ਵੀ ਭਾਈ ਮਨਜੀਤ ਸਿੰਘ ਨੂੰ ਇਹਨਾਂ ਨੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾ ਦੇਣਾ ਵਾ ਸੰਤਾਂ ਨੂੰ ਇਹਨਾਂ ਨੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾ ਦੇਣਾ ਵਾ ਪੰਜਾਬ ਦਾ ਤੇ ਸਾਡੇ ਕੋਲ ਕੀ ਰਹਿ ਗਿਆ ਸਾਰਾ ਕੁਝ ਇਹਨਾਂ ਨੇ ਲੈ ਲੈਣਾ ਵਾ ਤੇ ਸਾਡੇ ਕੋਲ ਕੀ ਰਹਿ ਗਿਆ ਇਹਨੂੰ ਕਿਸੇ ਤਰ੍ਹਾਂ ਬਦਲ ਲਾਓ ਬੁੱਕ ਕਾਰਨ
महसूस किया मेन कारण जरा घलूघरे का साडे अपने बने हां जी सानू ते ओ एक शेर आउंदा ना जी हमें अपनों के लूटा गैरों से का काम हाँ जी इतनी साड़ी उतने डूबी से पानी का काम हाँ जी हाँ जी इतनी है ना ने डूबी सारी अभी किसे ने की थी हाँ जी भाई साहब जिंदा तुसी जिन्हें गल्ला दसियां बहुत है देखे नमियां गल्ला भी है ते जदों जनरल सुबेग सिंह दा किदा मिलाप होया ओ किदा मिले संतां देखो जी जनरल साहब एक रूह सी कबरे ते बिठा के जल पानी सका एक सिंह आया वा अच्छा जी ठीक है जद के किसे नूं पता नहीं सिंह कौन अच्छा जी यानी के ਤਿਆਰੀਆਂ ਟੈਂਕਾਂ ਦਾ ਤੇ ਵੱਡਿਆਂ ਗੋਲਿਆਂ ਦਾ ਕਿਸੇ ਨੇ
ਇਹ ਸੋਚ ਨਹੀਂ ਸੀ ਸਾਡੀ ਕਿ ਉਹ ਇਹੋ ਜਿਹੇ ਗੋਲੇ ਮਾਰਨਗੇ ਜਿਹੜੇ ਕਿ ਜੰਗ ਦੇ ਵਿੱਚ ਵਰਤੀਦੇ ਆ ਇੱਕ ਦੂਜੇ ਦੇਸ਼ਾਂ ਦੇ ਵਿੱਚ। ਮਤਲਬ ਗੱਲ ਉੱਥੇ ਤੱਕ ਪਹੁੰਚ ਗਈ ਵੀ ਉਹਨਾਂ ਨੂੰ ਜੰਗ ਦਾ ਸਮਾਨ ਜਿੱਦਾਂ ਇੱਕ ਵੱਖਰੇ ਦੇਸ਼ ਨਾਲ ਲੜਨ ਆਏ ਹੁੰਦੇ ਇੱਦਾਂ ਫੌਜਾਂ ਆਈਆਂ ਜੀ। ਇਹ ਤਾਂ ਉਹ ਤੇ ਫਿਰ ਬਾਅਦ ਚ ਸਾਨੂੰ ਜਦੋਂ ਇਤਿਹਾਸ ਹੋਇਆ ਸੀ ਇਹ ਤੇ ਨਹੀਂ ਹੈ ਤੇ ਤਾਂ ਬੜਾ ਵੱਡੀ ਕਿਉਂਕਿ ਉਹਨਾਂ ਨੇ ਵੱਖ ਵੱਖ ਪੜਾਅ ਦੇ ਵਿੱਚ ਇਹ ਜਿਹੜਾ ਕੰਮ ਕੀਤਾ ਵਾ ਪਹਿਲਾਂ ਪੈਦਲ ਆਏ ਆ ਠੀਕ ਹੈ ਪੈਦਲ ਜਦੋਂ ਉਹਨਾਂ ਨੂੰ ਪਤਾ ਲੱਗਾ ਇੱਥੋਂ ਤੱਕ ਵੀ ਉਹਨਾਂ ਦੇ ਪੈਰਾਂ ਦੇ ਵਿੱਚ ਵੀ ਗੋਲੀਆਂ ਵੱਜੀਆਂ ਉਹਨਾਂ ਦੀਆਂ ਲੱਤਾਂ ਚ ਵੱਜੀਆਂ ਹਾਂਜੀ ਠੀਕ ਹੈ ਤੇ ਜਿੱਦਾਂ ਉਹਨਾਂ ਨੂੰ ਉਹਨਾਂ ਦੀਆਂ ਜਿਹੜੀਆਂ ਦੇਵਤਾ ਦੇ ਸਰੀਰ ਉੱਤੇ ਪਏ ਸੀ ਤੜਫਦੇ ਜਾ ਉਹਨਾਂ ਨੂੰ ਮਾਰਿਆ ਗਿਆ ਅੱਗੋਂ ਸਾਰੇ ਸਿੰਘਾਂ ਨੇ ਉਹਨਾਂ ਨੂੰ ਇਹ ਹੋ ਗਿਆ ਵੀ ਜੇ ਹੁਣ ਅਸੀਂ ਪੈਦਲ ਨਹੀਂ ਲੜ ਸਕਦੇ ਫਿਰ ਉਹਨਾਂ ਨੇ ਤਕਰੀਬਨ ਤਕਰੀਬਨ ਹਰ ਇੱਕ ਹੀਲਾ ਵਰਤਿਆ ਵੀ ਪੈਦਲ ਜਾ ਕੇ ਅਸੀਂ ਕਮਾਂਡੋ ਐਕਸ਼ਨ ਕਰਕੇ ਉਹਨਾਂ ਨੂੰ ਇਹ ਡੀਜੇ ਫੜ ਸਕਦੇ ਹਾਂ ਇਹ ਕਰ ਸਕਦੇ ਹਾਂ ਠੀਕ ਯਾਨੀ ਕਿ ਉਹਨਾਂ ਨੇ ਇੱਕ ਜੌਣਾ ਲਾ ਲਿਆ ਸੀ ਜਿਹੜਾ ਸੀ ਸ਼ਰਾਵਾਂ ਤੇ ਤੇਜਾ ਸਿੰਘ ਹਾਲ ਹਾਂਜੀ ਸਮੁੰਦਰੀ ਵਾਲੇ ਨੂੰ ਗ੍ਰੀਨ ਜੌਨ ਨਾਲ ਲਾਣਿਆ ਸੀ ਉਹਨਾਂ ਨੇ ਅੱਛਾ ਜੀ ਇਹ ਅੱਜ ਤੱਕ ਕਿਸੇ ਨੇ ਨਹੀਂ ਦੱਸਿਆ ਤੁਹਾਨੂੰ ਇਧਰ ਕਾਹਦੇ ਗ੍ਰੀਨ ਜੌਨ ਨਾਲ ਲਾਣਿਆ ਸੀ ਜਦੋਂ ਜਿਹੜੇ ਜਿਹੜੇ ਦੁਸ਼ਟ ਤੇ ਉੱਤੇ ਬੈਠੇ ਸੀ ਸਾਰੇ ਜਿਹੜੇ ਕਰਾਉਣ ਵਾਲੇ ਸੀ ਠੀਕ ਹੈ ਜੇ ਉਹਨੂੰ ਰੈਡ ਰੈਡ ਜੌਨ ਲਾਣ ਦਿੰਦੇ ਤੇ ਉਹ ਉਹ ਉੱਥੇ ਉਹ ਉਹਨੂੰ ਮਰਦੇ ਨਾ ਹਾਂ ਠੀਕ ਹੈ ਨਾ ਠੀਕ ਹੈ ਉਹ ਗ੍ਰੀਨ ਜੌਨ ਨਾਲ ਲਾਣਿਆ ਸੀ ਤੇ ਉੱਥੇ ਕਿਸੇ ਨੇ ਗੋਲਾ ਨੇ ਇੱਕ ਵੀ ਗੋਲਾ ਜਿਹੜਾ ਵਾ ਇੱਧਰ ਨਹੀਂ ਉਹਨਾਂ ਨੇ ਗੋਲੀ ਜ਼ਰੂਰ ਚੱਲੀ ਆ ਠੀਕ ਹੈ ਜਿਹੜੇ ਗੋਲੇ ਗੋਲੇ ਸੀ ਗੋਲੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਉੱਤੇ ਇੱਕ ਗੋਲਾ ਨਹੀਂ ਵੱਜਾ ਇਹ ਵੱਜਾ ਤੇ ਮੈਨੂੰ ਸਾਬਤ ਕਰ ਦਿਓ ਹਾਂਜੀ ਸਿੱਧੇ ਅਕਾਲ ਤਖਤ ਤੇ ਵੱਜੇ ਆ ਸਾਰੇ ਸਿੱਧੇ ਅਕਾਲ ਤਖਤ ਸਾਹਿਬ ਦੇ ਬੁੰਗਿਆਂ ਦੇ ਰਾਮਗੜੀਏ ਬੁੰਗੇ ਦੇ ਉੱਤੇ ਤੇ ਜਾਂ ਇਸ ਬੰਨੇ ਹੀ ਸਾਰਾ ਘੰਟਾ ਘਰ ਵਾਲੀ ਬਾਈ ਵਾਲੇ ਆਟਾ ਮੰਡੀ ਵਾਲੀ ਬਾਈ ਜਿਹੜੀ ਲਾਲ ਚੋਰੀ ਸੀ ਉੱਥੇ ਸਾਰੇ ਗੋਲੇ ਉੱਧਰ ਹੀ ਵੱਜਦੇ ਰਹੇ ਆ ਇੱਧਰ ਗੋਲਾ ਨਹੀਂ ਕੋਈ ਵੱਜਾ ਹਾਂਜੀ ਉਹਨਾਂ ਨੇ ਗ੍ਰੀਨ ਜੋਨ ਲਾਣਿਆ ਸੀ ਤੇ ਜਿਹੜਾ ਔਰੰਜ ਜੋਨ ਸੀ ਉਹ ਨਾਨਕ ਨਿਵਾਸ ਵਾਲੀ ਬਾਈ ਤੇ ਮੰਡੀ ਸਾਹਿਬ ਵਾਲੀ ਬਾਈ ਸੀ ਕੰਨ ਬਾਬੇ ਕੰਨ ਵਾਲੀ ਰੈਡ ਜੋਨ ਜਿਹੜਾ ਸੀ ਉਹ ਰੈਡ ਜੋਨ ਇਹਨਾਂ ਨੇ ਲੰਗਰ ਤੋਂ ਲੈ ਕੇ ਤੇ ਸਾਰਾ ਕੰਪਲੈਕਸ ਇਹਨਾਂ ਨੇ ਰੈਡ ਜੋਨ ਲਾਣਿਆ ਸੀ ਵੀ ਇੱਥੇ ਰੈਡ ਜੋਨ ਵਾ ਇੱਥੇ ਜੋ ਤੁਸੀਂ ਕਰ ਦੋ ਸਾਰਾ ਮਾਫ਼ ਆ ਪਰ ਬਾਅਦ ਦੇ ਵਿੱਚ ਜਦੋਂ ਉਹਨਾਂ ਦਾ ਨੁਕਸਾਨ ਹੀ ਇੰਨਾ ਹੋ ਗਿਆ ਫਿਰ ਉਹਨਾਂ ਨੇ ਨੀ ਵੇਚਿਆ ਵੀ ਰੈਡ ਜੋਨ ਕਿਹੜਾ ਵਾ ਗ੍ਰੀਨ ਜੋਨ ਕਿਹੜਾ ਵਾ ਠੀਕ ਹੈ ਔਰੰਗਜ਼ੇਬ ਦੇ ਕੋਲ ਕਿਹੜਾ ਵਾ ਫਿਰ ਤੇ ਉਹਨਾਂ ਨੇ ਇੱਕ ਵਜੋਂ ਮਾਰਨ ਦੀ ਗੱਲ ਕੀਤੀ ਵੀ ਜਿਹੜਾ ਅੱਗੇ ਆਉਂਦਾ ਵਾ ਚਾਹੇ ਉਹ ਦੋਸ਼ੀ ਆ ਚਾਹੇ ਉਹ ਨਿਰਦੋਸ਼ ਆ ਸਾਰੇ ਇਹਨਾਂ ਨੂੰ ਮਾਰੋ ਖਤਮ ਕਰੋ ਜਿਹੜਾ ਹਾਂਜੀ ਉਸ ਵੇਲੇ ਜਿੱਦਾਂ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਵੀ ਸੀ ਤੇ ਇਹੋ ਜਿਹੀਆਂ ਗੱਲਾਂ ਮਤਲਬ ਇਹ ਵੀ ਸੋਚੀ ਸਮਝੀ ਸਕੀਮ ਸੀ ਕਿ ਦਿਨ ਹੀ ਇਹ ਗਰਮੀਆਂ ਦੇ ਚੁਣੇ ਗਏ ਗੁਰੂ ਅਰਜਨ ਦੇਵ ਜੀ ਦਾ ਦਿਨ ਚੁਣਿਆ ਗਿਆ ਹਾਂਜੀ ਹਾਂਜੀ 3 ਤਰੀਕ ਤੋਂ ਦੇਖੋ ਅਸੀਂ 1 ਤਰੀਕ ਨੂੰ ਗੋਲੀ ਚੱਲੀ ਤੁਹਾਡੇ ਨਾਲ ਸਾਰਿਆਂ ਨੇ ਮੇਰਵਾਸਾਂ ਦਾ ਕੀਤਾ ਵਾ ਵੀ ਪੀਆਰਸੀ ਦੇ ਨਾਲ ਚੱਲੀ ਹਾਂ ਉਹਦਾ ਕੋਈ ਕਾਰਨ ਬਣੇ ਉਹਨਾਂ ਨੇ ਵੇਚਿਆ ਵੀ ਪਹਿਲਾਂ ਟੈਸਟਿੰਗ ਕਰੋ ਕਿ ਇਹਨਾਂ ਕੋਲ ਕਿਹੜੇ ਕਿਹੜੇ ਹਥਿਆਰ ਵਾ ਜਨਰਲ ਸਾਹਿਬ ਨੇ ਆਖਿਆ 12 ਬੋਰ ਦੀ ਗਨ ਚਲਾਇਓ ਦੂਸਰੀ ਗਨ ਨਾਲ ਚਲਾਇਓ ਇਹਨਾਂ ਇਹ ਟੈਸਟਿੰਗ ਫਾਇਰਿੰਗ ਵਾ ਇਹਨਾਂ ਦੀ ਠੀਕ ਹੈ ਹਾਂਜੀ ਹਾਂ ਹਾਂ ਸਿੰਘ ਕਈ ਮੰਨਦੇ ਨੇ ਕਈ ਚਲਾਈ ਗਏ ਹਾਂਜੀ ਉਹਦੇ ਵਿੱਚ ਸਿੰਘਾਂ ਦਾ ਨੁਕਸਾਨ ਕਾਫੀ 10-11 ਸਿੰਘ ਸ਼ਹੀਦ ਹੋਏ ਭਾਈ ਮਹਿੰਗਾ ਸਿੰਘ ਜੀ ਸੰਸਕਾਰ ਵੀ ਉੱਥੇ ਹੋਇਆ ਜੀ ਨਾ ਕਿਸੇ ਦੀ ਲਾਸ਼ ਚੁੱਕੀ ਗਈ ਸਰੀਰ ਚੁੱਕਿਆ ਗਿਆ ਉੱਥੇ ਹੀ ਸਰੀਰ ਪਿਆ ਰਿਹਾ ਜਿੱਥੇ ਕੋਈ ਪਿਆ ਸੀ ਇੱਥੋਂ ਤੱਕ ਜਿਹੜੇ ਜ਼ਖਮੀ ਸੀ ਕੋਈ ਜ਼ਖਮੀ ਸੀ ਉਹਨੂੰ ਕਿਸੇ ਨੇ ਮਲਮ ਪੱਟੀ ਵੀ ਨੀ ਕੀਤੀ ਕਿਸੇ ਨੇ ਵੀ ਉਹਨੂੰ ਮਲਮ ਪੱਟੀ ਕਰ ਦੋ ਜਾਂ ਉਹਨਾਂ ਦਾ ਇਲਾਜ ਵੀ ਕਰ ਦੋ ਹਾਂਜੀ ਕਹਿੰਦੇ ਕਿ ਹਾਲਾਤ ਇਹੋ ਜਿਹੇ ਬਣ ਗਏ ਸੀ ਉੱਥੇ ਕੁਝ ਦੇ ਸਿਰ ਇਹੋ ਹੀ ਸੀ ਕਿ ਜਿੰਨਾ ਚਿਰ ਸਾਡੇ ਚ ਸਾਡੇ ਕੋਲ ਅਸਲਾ ਵਾ ਜਾਂ ਕੋਈ ਸਾਡੇ ਚ ਦਮ ਆ ਕਿ ਲੜਨਾ ਵਾ ਹਾਂਜੀ ਹਾਂਜੀ ਤੇ 4 ਤਰੀਕ ਨੂੰ ਤਕਰੀਬਨ ਅੰਮ੍ਰਿਤ ਵੇਲੇ ਹੀ ਫਾਇਰਿੰਗ ਸ਼ੁਰੂ ਹੋਈ ਆ ਅਸੀਂ ਸਿੰਧੀ ਹੋਟਲ ਸੀ ਉਦੋਂ ਭੁੱਲੇ ਸਿੰਘ ਠੀਕ ਕਿਉਂਕਿ ਸਿੰਧੀ ਹੋਟਲ ਜਦੋਂ ਸੋਢੀ ਸ਼ਹੀਦ ਹੋਇਆ ਤੇ ਨਿਸ਼ਾਨ ਸਾਹਿਬ ਲਾਓ ਅਸੀਂ ਜਾ ਕੇ ਮੈਂ ਜਾ ਕੇ ਨਿਸ਼ਾਨ ਸਾਹਿਬ ਲਾਇਆ ਅੱਛਾ ਜੀ ਤੇ ਸੰਤ ਮਹਾਂਪੁਰਖ ਬਾਹਰ ਏਦਾਂ ਲੰਗਰ ਦੇ ਉੱਤੇ ਉਹਨਾਂ ਨੇ ਵੇਖਿਆ ਉਹਨੇ ਕਿਹਾ ਵੀ ਆ ਨਿਸ਼ਾਨ ਸਾਹਿਬ ਕਿਹੜਾ ਕੌਣ ਲਾ ਕੇ ਆ ਪਰ ਦੱਸਿਆ ਕਿਸੇ ਦਾ ਅਸੀਂ ਡਰਦੇ ਸੀ ਸੰਤ ਕਿਤੇ ਗੁੱਸੇ ਨਾ ਹੋਣ ਤੇ ਫਿਰ ਸੰਤਾਂ ਨੇ ਆਖਿਆ ਵੀ ਜੇ ਹੁਣ ਨਿਸ਼ਾਨ ਸਾਹਿਬ ਲਾਏ ਜੇ ਤੇ
ਉੱਥੇ ਜਾ ਕੇ ਸਿੰਘ ਵੀ ਭੇਜੋ ਜਿਹੜਾ ਲਾ ਕੇ ਆਏ। ਅੱਛਾ ਫਿਰ ਇਹਨਾਂ ਨੇ ਸਾਨੂੰ ਸਰਦਾਰ ਸਿੰਘਾਂ ਦੀਆਂ ਕਿਸ਼ਤਰਾਂ ਸੋ ਕਾਹਲੂ ਸੀ ਨਾਲ ਚੱਪੇ ਦੇ ਸਿੰਘ ਸੀ ਨਾਲ ਸਾਡੇ ਜਲਾਲਾਬਾਦ ਦੇ ਅਸੀਂ 15-16 ਸਿੰਘ ਸੀ। ਅੱਛਾ ਜੀ ਤੇ ਸਾਡਾ ਦੋ ਥਾਂ ਤੇ ਹੋ ਗਿਆ ਲੰਗਰ ਤੇ ਵੀ ਰਹਿਸ਼ ਹੋ ਗਈ ਤੇ ਸਿੰਧੂ ਹੋਟਲ ਦੇ ਵਿੱਚ ਵੀ ਉੱਥੇ ਵੀ ਰਹਿਸ਼ ਹੋ ਗਈ। ਉੱਥੇ ਹਰਿਮੰਦਰ ਸਿੰਘ ਸੰਧੂ ਡਾਕਟਰ ਭਗਵਾਨ ਸਿੰਘ ਇਹਨਾਂ ਦੀ ਰਹਿਸ਼ ਸੀ ਇਹਨਾਂ ਨੇ ਦੋ ਕਮਰੇ ਲਏ। ਅੱਛਾ ਜੀ ਤੇ ਉਸ ਤੋਂ ਬਾਅਦ ਜਦੋਂ 4 ਦੀ ਫੈਰਿੰਗ ਹੋਈ ਆ 12 ਵਜੇ ਦਾ ਟਾਈਮ ਸੀ ਉਦੋਂ ਉਹ ਪੂਰੀ ਸੇਫਟੀ ਲੈਣੀ ਸੀ ਜੀ ਮੋਰਚਿਆਂ ਦੇ ਵਿੱਚ ਵੀ ਉੱਥੇ ਅੰਦਰ ਮੋਰਚੇ ਤਾਂ ਬਣਾਏ ਪਰ ਉਹਦੀਆਂ ਕੰਨਾਂ ਇੰਨੀਆਂ ਪਤਲੀਆਂ ਸੀ ਤੇ ਗੋਲੀਆਂ ਵਿੱਚ ਆਉਂਦੀਆਂ ਸੀ ਬਹੁਤ। ਅੱਛਾ ਜੀ ਹਾਂਜੀ ਠੀਕ ਹੈ ਤੇ ਫਿਰ ਅਸੀਂ ਇੱਕ ਸਿੰਘ ਨੇ ਆ ਕੇ ਤੇ ਦੱਸਿਆ ਬਾਬਾ 1800 ਨੂੰ ਕਿਹਾ ਕਰ ਦੋ ਅੱਜ ਤੁਸੀਂ ਸਾਰੇ ਸਿੰਘ ਲੰਗਰ ਤੇ ਇਕੱਠੇ ਹੋ ਜਾਓ ਇੱਥੇ ਇੱਕ ਥਾਂ ਤੇ ਆ ਜਾਓ। ਠੀਕ ਤੇ ਆਪਾਂ ਉੱਥੇ ਸੇਫਟੀ ਹੋਈ ਨਹੀਂ ਸੀ ਅਸੀਂ ਫਿਰ ਸਾਰੇ ਸਿੰਘ ਤਕਰੀਬਨ ਉੱਥੋਂ ਜਿੰਨੇ ਸੀ ਇੱਕ ਦੋ ਸਿੰਘ ਉੱਥੇ ਸ਼ਹੀਦ ਵੀ ਹੋਏ ਜਦੋਂ ਨਿਕਲੇ ਆ ਨਾ ਚੱਪੇ ਤੇ ਸੀ। ਅੱਛਾ ਜੀ ਤੇ ਫਿਰ ਅਸੀਂ ਅਸਲਾ ਆਪਾਂ ਸਾਰਾ ਲੈ ਕੇ ਤੇ ਅਸੀਂ ਫਿਰ ਨਿਕਲ ਤੇ ਇਕੱਠੇ ਹੋ ਗਏ ਲੰਗਰ ਦੇ ਉੱਤੇ ਫਿਰ ਸਾਰੇ ਸਿੰਘਾਂ ਦੀ ਉੱਥੇ ਵੇਖ ਬੰਦੀ ਠੀਕ ਜਿਹੜੀ ਚੱਲਦੀ ਰਹੀ ਉੱਥੇ ਤਕਰੀਬਨ 3 ਮੰਜ਼ਲਾਂ ਦੇ ਉੱਤੇ ਮੋਰਚੇ ਸੀ ਲੰਗਰ। ਅੱਛਾ ਜੀ ਜਿਹੜੇ 3 ਮੰਜ਼ਲਾਂ ਸੀ ਉੱਪਰ ਵੀ ਤੇ ਦੋਵੇਂ ਰਾਮ ਕਰੀਏ ਬੁੰਗੇ ਇਹਨਾਂ ਦੇ ਮੋਰਚੇ ਸੀ ਜਿਹੜਾ ਲੰਗਰ ਵਾਲੀ ਡੋਰੀ ਆ ਉਹਦੇ ਉੱਤੇ ਦੋਵੇਂ ਸਾਈਡਾਂ ਤੇ ਬੋਕੇ ਸੀ। ਬ੍ਰਹਮ ਬੂਟੇ ਵਾਲੀ ਸਾਈਡ ਤੇ ਉੱਥੇ ਮੋਰਚਾ ਸੀ ਇਹ ਤਕਰੀਬਨ ਇਸ ਏਰੀਏ ਨੂੰ ਸਾਰੇ ਨੂੰ ਕਵਰ ਕੀਤਾ ਸੀ ਸਾਰੇ ਮੋਰਚਿਆਂ ਨੇ ਤੇ ਜਨਰਲ ਸਾਹਿਬ ਨੇ ਆਪ 3 ਤਰੀਕ ਨੂੰ ਵੀ ਉਹ ਜਿਹੜਾ ਮਾਰ ਕੇ ਮਾਰ ਕੇ ਕਹਿ ਸੰਤ ਮਹਾਂਪੁਰਖ ਵੀ ਆਏ 3 ਨੂੰ। ਅੱਛਾ ਜੀ ਸਾਰੇ ਵੇਖ ਕੇ ਗਏ ਆ ਜਦੋਂ ਗੋਲੀਆਂ ਲੱਗੀਆਂ ਵਾ 2 ਤਰੀਕ ਨੂੰ ਵੀ ਆਏ ਆ ਲੰਗਰ ਤੇ 3 ਨੂੰ ਵੀ ਆਏ ਆ। ਅੱਛਾ ਜੀ ਉਹਨਾਂ ਨੇ ਗੋਲੀਆਂ ਦੇ ਨਿਸ਼ਾਨ ਵੇਖੇ ਉਹਨਾਂ ਕਿਹਾ ਵੀ ਹੁਣ ਇਸ ਤੋਂ ਬੜਾ ਅਖੀਰ ਹੀ ਆ। 3 ਤਰੀਕ ਨੂੰ ਫਿਰ ਕੱਟ ਕੀਤਾ ਸੰਤਾਂ ਨੇ ਅਕਾਲ ਤਖ਼ਤ ਸਾਹਿਬ 9-10 ਵਜੇ ਦਾ ਟਾਈਮ ਹੋਊਗਾ। ਅੱਛਾ ਜੀ ਉਦੋਂ ਫਿਰ ਉਹਨਾਂ ਨੇ ਸਾਰੀ ਗੱਲ ਜਿਹੜੀ ਸਿੰਘਾਂ ਸਿੰਘਾਂ ਨਾਲ ਸਾਂਝ ਕੀਤੀ ਕਿ ਹੁਣ ਆਹ ਸਮਾਂ ਸਾਡਾ ਬਣ ਗਿਆ ਜੇ ਕੋਈ ਜਾਣਾ ਚਾਹੁੰਦਾ ਵਾ ਤੇ ਬੇਸ਼ੱਕ ਉਹ ਜਾ ਸਕਦਾ। ਠੀਕ ਹੈ ਤੇ ਉਹਨੂੰ ਕੋਈ ਰੋਕ ਨਹੀਂ ਗੀ ਤੇ ਕਿਉਂਕਿ ਹੁਣ ਸ਼ਹੀਦਾਂ ਦਾ ਸਮਾਂ ਵੀ ਆ ਗਿਆ ਤੇ ਲੜਾਈ ਦਾ ਵੀ ਆਪਣਾ ਆ ਗਿਆ ਵਾ। ਫਿਰ ਉਸ ਟਾਈਮ ਕਿਸੇ ਸਿੰਘ ਨੇ ਇਹ ਨੀ ਆਖਿਆ ਮੈਂ ਜਾਣਾ ਵਾ ਸਾਰਿਆਂ ਨੇ ਆਖਿਆ ਸੀ ਚੜ੍ਹਦੀ ਕਲਾ ਨੂੰ ਨਾਲ ਤੁਹਾਡੇ ਲੜਾਂਗੇ। ਠੀਕ ਪਹਿਲਾਂ ਸਾਰਿਆਂ ਨੇ ਜਕਾਰੇ ਜੀ ਦਾ ਜਵਾਬ ਦਿੱਤਾ ਕਿ ਅਸੀਂ ਮਹਾਂਪੁਰਖ ਤੁਹਾਡੇ ਨਾਲ ਹਾਂ ਠੀਕ ਅਸੀਂ ਕੋਈ ਵੀ ਉਸ ਤੋਂ ਸਿੰਘ ਜਿਹੜਾ ਵਾ ਕੋਈ ਜਾਣ ਨੂੰ ਤਿਆਰ ਨਹੀਂ। ਠੀਕ ਹੈ ਫਿਰ ਸੰਤਾਂ ਨੇ ਮਤਲਬ ਵੀ ਉੱਤੇ ਵੰਡਿਆ। ਹਾਂਜੀ ਠੀਕ ਹੈ ਜਾਣੀ ਕਿ ਸਾਰਾ ਕੁਛ ਦਿੱਤਾ ਫਿਰ ਆਪੋ ਆਪਣੇ ਮੋਰਚਿਆਂ ਦੇ ਉੱਤੇ ਜਦੋਂ ਸਿੰਘ ਆ ਗਿਆ। ਹਾਂਜੀ ਫਿਰ ਉੱਥੇ ਇੱਕ ਹੋਰ ਅਲੌਕਿਕ ਗੱਲ ਹੋਈ ਅਸੀਂ ਗੁਰੂ ਰਾਮਦਾਸ ਦੇ ਪਾਤਸ਼ਾਹ ਜੀ ਤੇ ਜਿਹੜੇ ਅਕਲ ਦੇ ਅੰਨੇ ਬੰਦੇ ਆ ਨਾ ਜਿੱਦਾਂ ਕਈ ਸ਼ਰਧਾਹੀਣ ਬੰਦੇ ਆ ਜਿਹੜੇ ਕਹਿੰਦੇ ਨਾਸਤਕ ਕਹਿ ਲਓ ਉਹਨਾਂ ਨੂੰ ਜਿਹੜੇ ਭਾਵਨਾ ਸ਼ਰਧਾ ਮੰਨਦੇ ਨੇ। ਚਲੋ ਜੋ ਗੱਲ ਹੋਈ ਸਿੰਘ ਇਤਿਹਾਸ ਦੁਹਰਾਇਆ ਉੱਥੇ ਹਰ ਇੱਕ ਨੇ ਜੀ ਜਾਨ ਲੜਿਆ ਉੱਥੇ ਕੋਈ ਇਹੋ ਜਿਹਾ ਕਿਸੇ ਨੂੰ ਕਹਿ ਨੀ ਸਕਦੇ ਕਿ ਇਹਨੇ ਥੋੜਾ ਪਾ ਲਿਆ। ਮੈਂ ਤੇ ਕਈ ਵਾਰੀ ਕਿਹਨਾਂ ਨੇ ਕਿਹੜੇ ਇੱਕ ਗੋਲੀ ਵੀ ਚਲਾ ਲਈ ਉਹਨੇ ਯੋਗਦਾਨ ਪਾਇਆ ਨਾਲ ਸੰਤਾਂ ਦੇ ਘਰੋਂ ਤੇ ਆਇਆ ਨਾ ਚੱਲ ਕੇ ਜੀ। ਹਾਂਜੀ ਹਾਂਜੀ ਉੱਥੇ ਇੱਕ ਹੋਰ ਅਲੌਕਿਕ ਹੋਇਆ 4 ਤਰੀਕ ਦੀ ਰਾਤ ਨੂੰ। ਹਾਂਜੀ ਭਾਈ ਸਾਹਿਬ ਭਾਈ ਅਮਰੀਕ ਸਿੰਘ ਹੋਣੀ ਚਾਰ ਦੇ ਦਿਨ ਵੀ ਸਾਡੇ ਨਾਲ ਰਹੇ ਉੱਥੇ ਸਾਰਾ ਦਿਨ ਲੰਗਰ ਚ ਕਈਆਂ ਨੂੰ ਅਜੇ ਇਹ ਵੀ ਭੁਲੇਖਾ ਵਾ ਵੀ ਭਾਈ ਅਮਰੀਕ ਸਿੰਘ ਅਕਾਲ ਤਖ਼ਤ ਸਾਹਿਬ ਤੇ ਸੀ ਨਹੀਂ। ਹਾਂਜੀ ਭਾਈ ਸਾਹਿਬ 4 ਨੂੰ ਦਿਨੇ ਵੀ ਸਾਡੇ ਨਾਲ ਸੀ ਰਾਤ ਵੀ ਸਾਡੇ ਕੋਲ ਹੀ ਉਹਨਾਂ ਉੱਥੇ ਰਹੇ। ਅੱਛਾ ਜੀ ਰਾਤ ਨੂੰ ਜਦੋਂ ਹੈਲੀਕਾਪਟਰ ਆਏ ਆ ਨਾ ਜੀ ਉਹਨਾਂ ਦੀ ਗੁਰਗੁੰਜ ਆਈ ਬਹੁਤ ਜ਼ਿਆਦਾ ਤੇ ਸਾਨੂੰ ਚੇਤਾ ਆ ਗਿਆ ਵੀ ਸੰਤਾਂ ਨੇ ਆਖਿਆ ਕਿ ਹੈਲੀਕਾਪਟਰ ਨਾਲ ਵੀ ਅਟੈਕ ਕਰ ਸਕਦੇ ਆ। ਠੀਕ ਹੈ ਤੇ ਉਹ ਉਹਨਾਂ ਨੇ ਜਿਹੜੇ ਹੈਲੀਕਾਪਟਰ ਸਾਨੂੰ ਸਹੀ ਗਿਣਤੀ ਦਾ ਨੀ ਪਤਾ ਸ਼ਾਇਦ ਹੋਣ 2 ਹੋਣ 4 ਹੋਣ ਪਰੇ ਪਰਲੀ ਸਾਈਡ ਤੇ ਉਹ ਤਾਂ ਲੰਗਰ ਦੇ ਉੱਪਰ ਇੱਕ ਹੈਲੀਕਾਪਟਰ ਸੀ। ਅੱਛਾ ਜੀ ਉਹਨਾਂ ਨੇ ਖਿਲਾਰਿਆ ਠੀਕ ਹੈ ਉਹ ਖਿਲਾਰ ਕੇ ਉੱਤੋਂ ਉਹਦੇ ਨਾ ਉਹ ਜਿੱਦਾਂ ਲਾਈਟ ਵਾਲਾ ਚਾਨਾ ਵਾਲਾ ਗੋਲਾ ਸੁੱਟਦੇ ਸੀ ਥੱਲੇ ਨੂੰ ਦੇਖਣ ਵਾਸਤੇ ਥੱਲੇ ਥੱਲੇ ਦੇਖਣ ਵਾਸਤੇ ਜਾਂ ਉਹ ਹੋ ਸਕਦਾ ਫੋਟੋਆਂ ਲੈਂਦੇ ਹੋ ਜਾਂ ਉਹ ਇਹੋ ਜਿਹੀ ਉਹਨਾਂ ਦੀ ਹੋਊਗੀ ਤਿਆਰੀ ਕਰਨ ਦਾ ਹੁਣ ਦੇ। ਤੇ ਰਾਤ ਨੂੰ ਉਹਨਾਂ ਨੇ ਜਿਹੜੇ ਇੱਕ ਦੇ ਗੋਲੇ ਜਿਹੜੇ ਗੈਸ ਵਾਲੇ ਛੱਡੇ ਸੀ ਨਾ ਵਿੱਚ ਜੀ ਹਾਂਜੀ ਉਹਨਾਂ ਉਹਨਾਂ ਦੇ ਨਾਲ ਇੱਕ ਅੱਥਰੂ ਗੈਂਡ ਸਮਝ ਲਓ ਜਿੱਦਾਂ ਅੱਥਰੂ ਗੈਂਡ ਚੜ੍ਹਦੇ ਆ ਨਾ ਨਸਾਂ ਨੂੰ ਆਪਣਾ ਅੱਖਾਂ ਨੂੰ ਬੜਾ ਠੀਕ ਉਹਦੇ ਨਾਲ ਵੀ ਸਿੰਘ ਬੜਾ ਕਈ ਮੋਰਚਿਆਂ ਦੇ ਵਿੱਚ ਬੜੇ ਪਰੇਸ਼ਾਨ ਹੋਏ ਸੀ ਇਸ ਗੱਲ ਤੋਂ ਕਿ ਇਹ ਗੈਸ ਜ਼ਹਿਰੀਲੀ ਛੱਡੀ ਇਹਨਾਂ ਨੇ। ਤੇ ਉਹ ਹੈਲੀਕਾਪਟਰ ਦੇ ਉੱਤੇ ਭਾਈ ਅਮਰੀਕ ਸਿੰਘ ਜੀ ਤੇ ਫੈਰਿੰਗ ਵੀ ਕੀਤੀ ਹਾਂਜੀ ਐਲ ਐਮ ਟੀ ਨਾਲ
ਭਾਈ ਦਲਵੀਰ ਸਿੰਘ ਜੀ ਜਿਹੜੇ ਫੌਜੀ ਸੀ ਉਹ ਜਾਣਦੇ ਸੀ, ਹੋਰ ਸਿੰਘਾਂ ਨੇ ਵੀ ਗੋਲੀਆਂ ਮਾਰੀਆਂ ਤਾਂ ਨੂੰ ਵੀ ਹੈਲੀਕਾਪਟਰ ਸੁੱਟ ਲਾਂਗੇ, ਪਰ ਉਹ ਭਾਈ ਦਲਵੀਰ ਸਿੰਘ ਹੋਣੀ ਆਉਂਦੇ ਵੀ ਗੋਲੀ ਦਾ ਚਲਾਇਓ ਇਹ ਆਪਣੀ ਰੇਂਜ ਤੋਂ, ਉਹਨਾਂ ਨੇ ਪਤਾ ਵਾ ਵੀ ਕਿੱਥੇ ਗੋਲੀ ਦੀ ਰੇਂਜ, ਤਾਂ ਉਹਨੂੰ ਰੇਂਜ ਘੱਟ ਜਾਂਦੀ ਹੈ ਗੋਲੀ ਦੀ। ਹਾਂਜੀ, ਠੀਕ ਹੈ। ਤੇ ਉਹਨਾਂ ਨੇ ਆਖਿਆ ਵੀ ਉਹਨਾਂ ਨੇ ਰੇਂਜ ਤੋਂ ਤਾਂ ਖਿਲਾੜਿਆ, ਆਪਣੀਆਂ ਗੋਲੀਆਂ ਨਾਲ ਬਰਬਾਦ ਕਰੋ, ਇਹ ਤੇ ਨਹੀਂ। ਫਿਰ ਭਾਈ ਸਾਹਿਬ ਵੀ ਰੋਕੇ ਉਹਨਾਂ ਨੇ ਨਹੀਂ, ਠੀਕ ਹੈ। ਹਾਂਜੀ, ਫਿਰ ਦੇਖੋ ਜਿਹੜੀ ਇੱਕ ਉੱਥੇ ਲੋਕ ਕੋਈ ਰਾਤ ਨੂੰ ਬਾਰਿਸ਼ ਹੋਈ ਜੀ, ਦੇਖੋ। ਅੱਛਾ ਜੀ। ਹਾਂਜੀ, ਇਹ ਸ਼ਹਿਰ ਕਿਸੇ ਸਿੰਘਾਂ ਨੂੰ ਪਤਾ ਵੀ ਹੋਵੇ, ਵਿੱਚ ਸਿੰਘਾਂ ਕਈਆਂ ਨੂੰ ਜਾਣਕਾਰੀ ਵੀ ਸੀ। ਰਾਤ ਨੂੰ ਉੱਥੇ ਨਾ ਖੈਰ ਬਾਰਿਸ਼ ਹੋਈ, ਕਈਆਂ ਜਿੱਦਾਂ ਮੀਂਹ ਪੈਂਦਾ ਤਾਂ ਮੀਂਹ ਪਿਆ। ਅੱਛਾ ਜੀ। ਜਦ ਕਿ ਉੱਪਰ ਆਕਾਸ਼ ਜਿਹਾ ਸੀ, ਉਹਦੇ ਵਿੱਚ ਕੋਈ ਇੰਨਾ ਬੱਦਲਵਾਈ ਨੀ ਸੀ, ਇੱਕਦਮ ਸੜਾਕਾ ਜਿਹਾ ਆਇਆ ਮੀਂਹ ਦਾ। ਪਹਿਲਾਂ ਨੇ ਸੋਚਿਆ ਵੀ ਇਹ ਕੋਈ ਉੱਤੋਂ ਜਰੀਜੇ ਕੋਈ ਚੀਜ਼ ਸੁੱਟ ਰਿਹਾ ਆ। ਅੱਛਾ ਜੀ, ਖਲਾਰਾ ਜੀ, ਠੀਕ ਹੈ। ਅੱਛਾ, ਫਿਰ ਚਾਰ ਦਾ ਜਿਹੜਾ ਦਿਨ ਸੀ ਨਾ, ਤੇ ਚਾਰ ਦੀ ਰਾਤ ਜਿਹੜੀ ਸੀ, ਇੰਨੀ ਜ਼ਿਆਦਾ ਉਦੋਂ ਫਿਰ ਇੰਨਾ ਜ਼ਿਆਦਾ ਜਿਹੜਾ ਸੀ ਉਹ ਫਾਇਰਿੰਗ ਵੱਧ ਗਈ, ਉਹਦਾ ਕੋਈ ਅੰਦਾਜ਼ਾ ਨੀ ਅਸੀਂ ਲਾ ਸਕਦੇ ਕਿ ਕਿੰਨੀ ਕੁ ਜ਼ਬਰਦਸਤ ਫਾਇਰਿੰਗ ਉਹਨਾਂ ਨੇ ਚਾਰ ਸਵੇਰੋਂ ਕੀਤੀ ਆ। ਅੱਛਾ ਜੀ। ਦੇਖੋ, ਇੱਕ ਇੱਕ ਥਾਂ ਤੇ ਪੰਦਰਾਂ ਪੰਦਰਾਂ ਵੀਹ ਵੀਹ ਗੋਲੇ ਉਹਨਾਂ ਨੇ ਮਾਰਨੇ, ਜਿੱਦਾਂ ਆਪਣੇ ਡੂੰਘੇ ਉੱਪਰ ਡੂੰਘਾ ਸੀ ਉਹਦੇ ਤੇ ਗੋਲੇ ਮਾਰਨੇ, ਟੈਂਕੀ ਤੇ ਗੋਲੇ ਮਾਰਨੇ ਲਗਾਤਾਰ, ਟੈਂਕੀ ਨੂੰ ਨਸ਼ਟ ਕਰ ਦੇਣਾ, ਪਾਣੀ ਸਾਰਾ ਨਿਕਲ ਗਿਆ। ਠੀਕ। ਪਾਣੀ ਦੀ ਸਪਲਾਈ ਵੀ ਉਹਨਾਂ ਨੂੰ ਵੀ ਟੁੱਟ ਗਏ ਇਹਨਾਂ ਦੀ, ਵੀ ਅੰਦਰ ਇਹਨਾਂ ਨੂੰ ਪਾਣੀ ਤੱਕ ਨਾ ਨਸੀਬ ਹੋਵੇ। ਅੱਛਾ ਜੀ, ਹਾਂਜੀ, ਠੀਕ ਹੈ। ਤੇ ਜਿਹੜੀ ਪੰਜ ਦਾ ਦਿਨ ਸੀ ਉਹ ਅੱਜ ਦਾ ਦਿਨ ਲਾ ਲਓ ਤੁਸੀਂ, ਅੱਜ 5 ਤਰੀਕ ਹੋਏ, ਠੀਕ ਹੈ। ਅੱਜ ਦਾ ਦਿਨ ਜਿਹੜਾ ਸੀ ਉਹ ਏਡਾ ਜ਼ਿਆਦਾ ਉੱਥੇ ਘਮਸਾਨ ਦਾ ਯੁੱਧ ਹੋਇਆ ਵਾ, ਇਹ ਮੇਰਾ ਖਿਆਲ ਪਿਛਲੇ ਇਤਿਹਾਸ ਨੂੰ ਹੀ ਮਾਤ ਪਾ ਗਿਆ ਜੀ। ਹਾਂਜੀ, ਠੀਕ ਹੈ। ਤੇ ਜਿਹੜੇ ਸਿੰਘ ਦਲੇਰੀ ਨਾਲ ਉੱਥੇ ਜੂਦਵਾਨ ਜੂਜ ਤੇ ਲੜੇ ਵੀ ਆ ਨਾਲ, ਕਿਉਂਕਿ ਅਸੀਂ ਫਿਰ 10-11 ਵਜੇ ਨਾਲ ਭਾਈ ਸਾਹਿਬ ਕਹਿੰਦੇ ਵੀ ਅਕਾਲ ਤਖ਼ਤ ਸਾਹਿਬ ਜਾਣਾ। ਠੀਕ ਹੈ। ਸਾਡੇ ਕੋਲ ਲੰਗਰ ਤੇ ਤਕਰੀਬਨ ਤੀਹ ਤੁਸੀਂ ਲਾ ਲਓ ਵੀ ਜਿਹੜੇ ਮੇਜ ਸਿੰਘ ਸੀ ਉਹ ਭਾਈ ਮੇਜਰ ਸਿੰਘ ਜੀ, ਤੇ ਜਿਹੜੇ ਨਾਲ ਭਾਈ ਦਲਵੀਰ ਸਿੰਘ ਜੀ 88, ਭਾਈ ਸਵਰਨ ਸਿੰਘ ਜੀ ਸੰਤਾਂ ਦੇ ਭਤੀਜੇ ਸੀ ਉਹ ਵੀ ਇੱਥੇ ਆ ਗਏ ਸੀ, ਤੇ 40 ਸਿੰਘ ਜਿਹੜੇ ਸੀ ਉਹ ਕਾਰ ਸੇਵਾ ਵਾਲੇ। ਹਾਂਜੀ, ਅੱਛਾ ਜੀ। ਫਿਰ 12 ਸਿੰਘ ਅਸੀਂ ਜਲਾਲਾਬਾਦ ਤੋਂ ਸੀ, ਇੱਕ ਸਿੰਘ ਸਾਡੇ ਸਰਲੀ ਦਾ ਸੀ, ਉਹ ਵੀ ਸਾਡਾ ਰਿਸ਼ਤੇਦਾਰ ਮਾਮਾ ਜੀ ਦਾ ਲੜਕਾ ਸੀ। ਹਾਂਜੀ ਹਾਂਜੀ। ਫਿਰ ਤਕਰੀਬਨ ਤੁਸੀਂ ਲਾ ਲਓ ਵੀ ਕੁੱਝ ਨਾਗੂਕਿਆਂ ਦੇ ਸਿੰਘ ਸੀ, ਭਾਈ ਮੇਜਰ ਆਪਣਾ ਸੁਰਿੰਦਰ ਸਿੰਘ ਜੀ, ਭਾਈ ਬਲਵਿੰਦਰ ਸਿੰਘ ਜੀ, ਉਹ ਥੱਲੇ ਲੰਗਰ ਵਾਲੇ ਦੇ ਲਾਗੇ ਜੁੜੀ ਆ, ਉਹ ਤੇ ਲਾਗੇ ਸੀ ਉਹਨਾਂ ਦਾ ਮੋਰਚਾ। ਠੀਕ ਹੈ। ਤਕਰੀਬਨ ਸਾਰੇ ਸਿੰਘ ਜਿਹੜੇ ਸੀ ਇਹ ਉਸ ਟਾਈਮ ਤੱਕ ਇਹਨਾਂ ਚੋਂ ਤੁਸੀਂ ਲਾ ਲਓ ਵੀ 10-12 ਸਿੰਘ ਸ਼ਹੀਦ ਹੋ ਗਏ ਸੀ, ਕਾਰ ਸੇਵਾ ਵਾਲੇ ਸਿੰਘ ਸੀ ਕੁੱਝ, ਜਿਹੜੇ ਸੀ ਉਹ ਵੰਡਦੇ ਸਿੰਘ ਸੀ ਕੁੱਝ, ਏਦਾਂ ਇਹ ਸਿੰਘ ਸ਼ਹੀਦ ਹੋ ਚੁੱਕੇ ਸੀ, ਜਿੱਦਾਂ ਮੋਰਚੇ ਵਿੱਚ ਕਿਸੇ ਦੇ ਗੋਲੀ ਲੱਗ ਗਈ ਜਾਂ ਆਉਂਦੇ ਜਾਂਦੇ ਕਿਸੇ ਦੇ ਗੋਲੀ ਲੱਗ ਗਈ। ਠੀਕ। ਤੇ ਅਸੀਂ ਭਾਈ ਸਾਹਿਬ ਨੂੰ ਛੱਡ ਕੇ ਆਏ ਹਾਂ ਜੀ ਅਕਾਲ ਤਖ਼ਤ ਸਾਹਿਬ। ਅੱਛਾ ਜੀ। ਮੈਂ ਭਾਈ ਕੁਲਦੀਪ ਸਿੰਘ ਜੀ ਨਾਲ ਸੀ, ਫੌਜੀ ਸੀ, ਇੱਕ ਭਾਈ ਰਾਜ ਸਿੰਘ ਸੀ ਉਹ ਜਿਹੜਾ ਸਾਡੇ ਨਾਲ ਨਗਰ ਦਾ ਸੀ ਸਿੰਘ। ਠੀਕ ਹੈ। ਕਿੱਦਾਂ ਅਸੀਂ 4-5 ਸਿੰਘ ਸੀ ਨਾਲ ਸਾਡੇ, ਤੇ ਅਸੀਂ ਭਾਈ ਸਾਹਿਬ ਨੂੰ ਉੱਥੇ ਛੱਡ ਕੇ, ਜਦੋਂ ਉੱਥੇ ਆਖਰੀ ਦਰਸ਼ਨ ਸਾਨੂੰ ਸੰਤਾਂ ਦੇ ਹੋਏ ਆ ਜੀ। ਅੱਛਾ ਜੀ। ਸੰਤ ਮਹਾਂਪੁਰਖ ਅਕਾਲ ਤਖ਼ਤ ਸਾਹਿਬ ਤੇ ਖੜੇ ਸੀ। ਠੀਕ ਹੈ। ਤੇ ਇਹਨਾਂ ਦੇ ਹੱਥ ਥਾਮਸਨ ਗਨ ਸੀ, ਸਿਰ ਤੇ ਕੇਸਗੀ ਸੀ, ਕੁੜਤੀ ਪਾਈ ਸੀ ਇਹਨਾਂ ਨੇ, ਨਾ ਇਹਨਾਂ ਦੇ ਹੱਥ ਚ ਰਿਵਾਲਵਰ ਸੀ, ਦੂਜਾ ਤੀਰ ਸੀ ਤੇ ਨਾ ਗਲ ਚ ਰਿਵਾਲਵਰ ਸੀ। ਅੱਛਾ ਜੀ। ਹਾਂਜੀ, ਠੀਕ ਹੈ। ਥਾਮਸਨ ਗਨ ਨਾਲ ਇੱਕ ਆਈਆਂ ਸੀ ਉਹਨਾਂ ਨੇ ਜ਼ਰੂਰ ਮਹਾਂਪੁਰਖਾਂ ਨੇ ਕੋਲ ਖੜੀ ਸੀ ਇੱਕ। ਅੱਛਾ ਜੀ। ਤੇ ਸਾਨੂੰ ਅਸੀਂ ਫਤਿਹ ਬੁਲਾਈ, ਫਤਿਹ ਬੁਲਾ ਕੇ ਤੇ ਸਾਨੂੰ ਪੁੱਛਦੇ ਕੀ ਹਾਲ ਉੱਧਰ ਦਾ ਏਰੀਏ ਦਾ, ਸਾਰਾ ਪੁੱਛਿਆ ਅਸੀਂ ਦੱਸਿਆ, ਤੇ ਭਾਈ ਮਰੀਜ਼ ਸਿੰਘ ਨੂੰ ਨੇ ਦੱਸਿਆ ਵੀ ਉੱਥੇ ਅਤਲੇ ਦੀ ਕਮੀ ਆ। ਅੱਛਾ ਜੀ, ਚਾਰਾਂ ਦੀ। ਠੀਕ ਹੈ। ਉਹ ਆਂਦੇ ਕੋਈ ਗੱਲ ਨਹੀਂ, ਜਿਹੜੀ ਲੋੜ ਆ ਤੁਸੀਂ ਦੋ ਇਹਨਾਂ ਨੂੰ। ਹਾਂਜੀ, ਠੀਕ ਹੈ। ਆਪ ਲੈ ਕੇ ਭਾਈ ਸਾਹਿਬ ਨੂੰ ਤੇ ਉਹ ਥੱਲੇ ਚਲ ਗਏ ਆ, ਆਪਣਾ ਥੱਲੇ ਬੇਸਮੈਂਟ ਚ। ਠੀਕ ਹੈ। ਤੇ ਸਾਨੂੰ ਫਿਰ ਭਾਈ ਸੁਪਾਲ ਸੋਹਣੀ ਵੀ ਉੱਥੇ ਸੀ, ਤੇ ਭਾਈ ਸਜਾਨ ਸੋਹਣੀ, ਉਹ ਵੀ ਸਾਰੇ ਜਿਹੜੇ ਸਿੰਘ ਜਥੇਦਾਰ ਉੱਥੇ ਨਿਯੁਕਤ ਕੀਤੇ ਸੀ, ਭਾਈ ਦਾਰਾ ਸਿੰਘ ਜੀ, ਏਦਾਂ ਹੋਰ ਭਾਈ ਗੁਰਮੁਖ ਸਿੰਘ ਜੀ ਡਰਾਈਵਰ ਸੀ, ਮਾਨਾ ਵਾਲ ਕਾਂਡ ਪਕੜ ਹੋਇਆ।
ਹਾਂ ਸਾਰੇ ਸਿੰਘ ਉੱਥੇ ਸੀ, ਅਸੀਂ ਮਿਲੇ ਉਹਨਾਂ ਨੂੰ, ਇੱਕ ਘੰਟਾ ਅਸੀਂ ਰਹੇ ਪਰੇ ਡੇਹੜੀ ਤੇ, ਜਿਹੜੇ ਨਾਲ ਡੋਰੀ ਸੀ ਉੱਥੇ ਵੀ ਸਿੰਘ ਸਾਡੇ ਜਾਣਕਾਰ ਸੀ ਸਾਰੇ, ਭਾਈ ਜਰਨੈਲ ਸਿੰਘ ਬੂਹ ਸੀ, ਭਾਈ ਹੀਰਾ ਸਿੰਘ ਜੀ, ਭਾਈ ਦਰਸ਼ਨ ਸਿੰਘ ਜੀ, ਹਾਂਜੀ ਏਦਾਂ ਭਾਈ ਰਸਾਲ ਸਿੰਘ ਜੀ ਆਰਪਤਿਆਂ ਵਾਲੇ, ਭਾਈ ਸੁਖਦੇਵ ਸਿੰਘ ਜੀ ਪੱਠਲ ਉਹਨਾਂ ਦੇ ਆਪ ਸੀ, ਭਾਈ ਮਹਿੰਦਰ ਸਿੰਘ ਜੀ ਪਰੇ, ਭਾਈ ਕੁਲਵੀਰ ਸਿੰਘ ਜੀ ਚੰਡੀਗੜ੍ਹ, ਭਾਈ ਗੁਲਜਾਰ ਸਿੰਘ ਜੀ ਚੰਡੀਗੜ੍ਹ, ਏਦਾਂ ਕਾਫੀ ਸਿੰਘ ਜਿਹੜੇ ਸੀ ਸਾਡੇ, ਭਾਈ ਬੂਆ ਸਿੰਘ ਜੀ ਮੱਲੀਆਂ ਤੋਂ, ਅਸੀਂ ਉਹ ਬੜੇ ਸਾਡੇ ਨਾਲ ਪਿਆਰ ਰੱਖਦੇ ਹੁੰਦੇ ਸੀ, ਯਾਨੀ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਮਿਲ ਕੇ ਉੱਥੇ ਸੁੱਖ ਸ਼ਾਂਤ ਪੁੱਛ ਕੇ ਫਿਰ ਅਸੀਂ ਆਖਿਆ ਵੀ ਅਸੀਂ ਵਾਪਸ ਜਾਣਾ ਵਾ, ਤੇ ਸਾਨੂੰ ਫਿਰ ਉਹਨਾਂ ਨੇ ਜਾਣੀ ਕਿ ਹਥਿਆਰ ਵੀ ਦਿੱਤੇ, ਗੋਲੀਆਂ ਵੀ ਅਸੀਂ ਪਗੜੀਆਂ ਚ ਪਾ ਕੇ, ਤੇ ਫਿਰ ਵਾਪਸ ਅਸੀਂ 1-2 ਵਜੇ ਦੇ ਲਗਭਗ ਲੰਗਰ ਤੇ ਆਏ। ਅੱਛਾ ਜੀ। ਤੇ ਲੰਗਰ ਤੇ ਬਾਬਾ ਸਾਰਾ ਸਿੰਘ ਜੀ ਉਹਨਾਂ ਨੂੰ ਅਸੀਂ ਉਹ ਸਾਰਾ ਸਮਾਨ ਦਿੱਤਾ, ਉਹਦੇ ਵਿੱਚੋਂ ਇੱਕ ਐਲਮ ਵੀ ਅਸੀਂ ਰੱਖ ਲਈ, ਤੇ ਬਾਕੀ ਗੋਲੀਆਂ ਜਿਹੜੀਆਂ ਸੀ ਉਹ ਸਾਰਿਆਂ ਨੂੰ ਥੋੜੀਆਂ ਥੋੜੀਆਂ ਵੰਡ ਕੇ ਨਾ ਜੀ। ਠੀਕ ਆ। ਤੇ ਨਾਲ ਫਿਰ ਦਲਜੀਤ ਸਿੰਘ ਜੀ ਨੇ ਇਹ ਵੀ ਰਾਇਦ ਕੀਤੀ ਕਿ ਹੁਣ ਹੋ ਸਕਦਾ ਵੀ ਆਪਾਂ ਨੂੰ ਕੋਈ ਸਪਲਾਈ ਨਾ ਹੀ ਪਹੁੰਚੇ ਮਗਰੋਂ, ਅਸੀਂ ਇਹਨਾਂ ਦੇ ਨਾਲ ਹੀ ਗੁਜ਼ਾਰਾ ਕਰਨਾ। ਇਹ ਤੁਸੀਂ ਹੁਣ ਇਹ ਵੀ ਵੇਖੋ ਵੀ ਜੇ ਇੰਨੇ ਵਾਰ ਚਲਾਉਣੀਆਂ ਫਿਰ ਤੇ ਚਲਾਈ ਉਹ ਗਾੜੀ ਦਿਖੇ ਨਾ ਤੁਹਾਨੂੰ, ਹਾਂਜੀ ਠੀਕ ਆ, ਪਰ ਕੋਸ਼ਿਸ਼ ਇਹ ਕਰਿਓ ਵੀ ਗਾੜੀ ਜਿੱਦਾਂ ਕੋਈ ਟਾਰਗੇਟ ਹੋਵੇ ਤੇ ਟਾਰਗੇਟ ਨੂੰ ਤੁਸੀਂ ਜ਼ਿਆਦਾ ਰੱਖੋ ਤੇ ਆਪਣੇ ਵੱਧ ਤੋਂ ਵੱਧ ਅਸਲਾ ਜਿਹੜਾ ਉਹ ਵਧੂਗਾ। ਠੀਕ ਹੈ। ਯਾਨੀ ਕਿ 5 ਤੋਂ ਅਸੀਂ ਫਿਰ ਨਾਲ ਹੀ ਉਹ ਲੜਾਈ ਲੜਦੇ ਰਹੇ ਜੀ ਸਾਰੀ। ਠੀਕ ਹੈ। ਤੇ ਸ਼ਾਮ ਤੱਕ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਪੈਦਲ ਅਸੀਂ ਅੱਗੇ ਵਧੀਏ। ਅੱਛਾ ਜੀ। ਯਾਨੀ ਕਿ ਕਮਾਂਡੋ ਇੱਕ, ਮੈਂ ਤੁਹਾਨੂੰ ਇੱਕ ਹੋਰ ਵੀ ਇੱਥੇ ਗੱਲ ਦੱਸ ਦਿੰਦਾ, ਉਹ ਸ਼ਾਇਦ ਕਈ ਸਿੰਘਾਂ ਨੇ ਦੱਸੀ ਵੀ, ਪਰ ਉਹਨਾਂ ਨੇ ਗਿਣਤੀ ਨੀ, 400 ਕਮਾਂਡੋ ਸੀ ਟ੍ਰੇਨ ਕੀਤਾ ਇਹਨਾਂ ਨੇ। ਅੱਛਾ ਜੀ। ਉਹਨਾਂ ਨੂੰ ਸਿਖਲਾਈ ਇਹੋ ਜਿਹੀ ਦਿੱਤੀ ਸੀ ਕਿ ਉਹ ਤਕਰੀਬਨ ਪਛਾਣ ਹੋ ਸੀ ਆ ਸਕਦੇ ਤੇ ਗਾਂਹ ਨੂੰ ਭਾਵੇਂ ਮੌਤ ਹੋਵੇ ਉਹਨਾਂ ਨੇ ਅੱਗੇ ਜਾਣਾ। ਅੱਛਾ ਜੀ। ਉਹਨਾਂ ਨੂੰ ਇਹਨਾਂ ਨੇ ਤਿੰਨਾਂ ਬਾਹੀਆਂ ਤੋਂ ਇਹਨਾਂ ਨੇ ਐਂਟਰ ਕੀਤਾ, ਆਟਾ ਵਾਲੀ ਮੰਡੀ, ਆਟੇ ਵਾਲੀ ਮੰਡੀ ਵਾਲੀ ਬਾਈ, ਘੰਟਾ ਘਰ ਵਾਲੀ ਬਾਈ ਤੇ ਲੰਗਰ ਵਾਲੇ ਪਾਸੋਂ। ਅੱਛਾ ਜੀ। ਤੇ ਤੁਸੀਂ ਇੱਕਦਮ ਜਾ ਕੇ ਤੇ ਸਰੋਵਰ ਦੇ ਵਿੱਚ ਦੀ ਪਰਿਕਰਮਾ ਦੇ ਵਿੱਚ, ਜਿਹੜਾ ਸਰੋਵਰ ਆ ਉਹਦੇ ਪੌੜੀਆਂ ਦੇ ਵਿੱਚ ਜਾ ਕੇ ਨਾ, ਤੇ ਤੁਸੀਂ ਅਟੈਕ ਕਰਨਾ ਜਾ ਕੇ ਅਕਾਲ ਤਖ਼ਤ ਸਾਹਿਬ। ਅੱਛਾ ਜੀ। ਯਾਨੀ ਕਿ ਉਹਨਾਂ ਨੂੰ ਇਹ ਗੱਲ ਦਾ ਅਭਿਆਸ ਨੀ ਵੀ ਅਸੀਂ ਇੱਧਰੋਂ ਗੋਲੀਆਂ ਨਾਲ ਬਚ ਜਾਂਗੇ, ਤੇ ਅਕਾਲ ਤਖ਼ਤ ਸਾਹਿਬ ਜਦੋਂ ਅਟੈਕ ਕਰ ਦਾਂਗੇ ਤਾਂ ਮਗਰੋਂ ਦੂਸਰੀ ਜਿਹੜੀ ਮਿਲਟਰੀ ਸੀ ਉਹ ਵੀ ਜਾ ਕੇ ਅਟੈਕ ਕਰ ਦੂਗੀ, ਤੇ ਅਸੀਂ ਹੱਥੋਂ ਹੱਥੀ ਸਾਰੀ ਲੜਾਈ ਜਿਹੜੀ ਉਹ ਲੜ ਦਾਂਗੇ। ਉਹਨਾਂ ਦਾ ਆਪਣਾ ਜਿਹੜਾ ਇਹ ਅਸੂਲ ਹੋਊ ਜਾਂ ਆਪਣਾ ਉਹਨਾਂ ਜਿਸ ਤਰ੍ਹਾਂ ਪਲੈਨ ਕੀਤੀ ਉਹਨਾਂ ਨੇ ਉਸੇ ਹਿਸਾਬ ਨਾਲ ਚੱਲਣਾ ਸੀ। ਠੀਕ ਹੈ। ਉਹ ਜਦੋਂ ਉਹ ਸ਼ਾਮਾਂ ਦਾ ਟਾਈਮ ਸੀ ਜਦੋਂ ਉਹਨਾਂ ਨੇ ਇੱਕਦਮ ਹੱਲਾ ਬੋਲਿਆ ਤੇ ਉਹਨਾਂ ਦਾ ਕੀ ਸੀ, ਇੱਕ ਜਕਾਰਾ ਜਕਾਰਾ ਉਹਨਾਂ ਨੂੰ ਸਮਝਾਇਆ ਵੀ ਤੁਸੀਂ ਜਕਾਰੇ ਛੱਡਣੇ ਸਾਰਿਆਂ। ਅੱਛਾ ਜੀ। ਬੁਲੇ ਸੋ ਨੇ ਹਾਲ ਤੇ ਸਤਿ ਸ੍ਰੀ ਅਕਾਲ। ਅੱਛਾ। ਯਾਨੀ ਕਿ ਇਹਨਾਂ ਨੂੰ ਰਾਤ ਇਹ ਭੁਲੇਖਾ ਪਵੇ ਵੀ ਇਹ ਸਾਡੇ ਸਿੰਘ ਹੀ ਆ ਗਏ ਬਾਹਰੋਂ, ਇਹਨਾਂ ਨੇ ਅਸੀਂ ਸਾਰਿਆਂ ਨੇ ਕਿਹਾ ਬਾਹਰੋਂ ਸੰਗਤਾਂ ਆ ਗਈਆਂ ਵਾ, ਜਕਾਰੇ ਛੱਡੇ ਨਾ ਜੀ ਉਹਨਾਂ। ਅੱਛਾ। ਤੇ ਬਹੁਤੇ ਸਿੰਘ ਖੁਸ਼ ਵੀ ਹੋਏ ਵੀ ਬਾਹਰੋਂ ਸੰਗਤਾਂ ਨਗਰਾਂ ਦੀ ਜਾ ਰਹੀ ਆ ਉਹ ਆਉਣ ਪਈ ਆ ਤੇ ਹੁਣ ਤਗੜੇ ਹੋ ਰਹੇ, ਹੁਣ ਨੀ ਆਪਾਂ ਲਈਦੇ ਇਹਨਾਂ, ਪਰ ਉਹ ਗੱਲ ਜਿਹੜਾ ਤੱਕ ਸੀ ਸਾਡਾ ਉਹ ਗਲਤ ਨਿਕਲਿਆ। ਅੱਛਾ ਜੀ। ਉਹ ਜਦੋਂ ਵੇਖਿਆ ਤੇ ਕਿਹਾ ਵੀ ਇਹ ਤੇ ਆਰਮੀ ਦੇ ਸਾਰੇ ਕਮਾਂਡੋ ਆ। ਅੱਛਾ ਠੀਕ ਹੈ। ਯਾਨੀ ਕਿ ਉਹਨਾਂ ਦੇ ਵਿੱਚੋਂ ਇੱਕੋ ਹੀ ਬੰਦਾ ਵਾਪਸ ਨੀ ਕਿਸੇ ਨੇ ਆਉਣ ਦਿੱਤਾ, ਨਾ ਲੰਗਰ ਵਾਲੀ ਬਾਈ ਤੋਂ ਨਾ ਅਕਾਲ ਤਖ਼ਤ ਸਾਹਿਬ ਤੋਂ। ਜਦੋਂ ਦਸਵੀਂ ਜੋੜੀ ਦੇ ਮੂਹਰੇ ਗਏ ਜਿਹੜਾ ਸਲੜਾ ਮੋਰਚਾ ਸੀ ਨਾ ਜਿਹੜਾ ਅਕਾਲ ਤਖ਼ਤ ਸਾਹਿਬ ਨੇ ਬਣਾਇਆ ਪਲੇਸਮੈਂਟ ਤੇ, ਉਸਨੇ ਇੱਕੋ ਹੀ ਬੰਦਾ ਜਿਹੜਾ ਉਹਨਾਂ ਦਾ ਵਾਪਸ ਨੀ ਆ, ਸਾਰੇ ਦੇ ਸਾਰੇ ਉੱਤੇ ਢੇਰ ਕਰਤੀ। ਅੱਛਾ ਜੀ। ਜਦੋਂ ਇਹਨਾਂ ਨੂੰ ਇਹ ਪਤਾ ਲੱਗਾ ਵੀ ਇਹਨਾਂ ਨੇ ਤੇ ਸਾਡਾ ਸਾਰਾ ਹੀ ਜਿਹੜੀ ਪੈਦਲ ਸੈਨਾ ਮੁੜ ਕੇ ਬਾਅਦ ਚ ਇਹਨਾਂ ਨੇ ਕਿਹਾ ਪੈਦਲ ਭੇਜੀ ਆ, ਉਹਦੇ ਵਿੱਚੋਂ ਕੋਈ ਵਾਪਸ ਨੀ ਆਇਆ। ਜਦੋਂ ਇਹਨਾਂ ਨੇ ਇਹ ਸੋਚ ਲਿਆ ਵੀ ਇਹਦੇ ਸਾਡਾ ਕੰਮ ਹੀ ਸਾਰਾ ਉਲਟ ਹੋ ਗਿਆ, ਫਿਰ ਇਹਨਾਂ ਨੇ ਫੈਸਲਾ ਲਿਆ ਵੀ ਤੁਸੀਂ ਹੁਣ ਬਖਤਰਬੰਦ ਗੱਡੀਆਂ ਤੇ ਟੈਂਕ ਜਿਹੜਾ ਉਹਦੀ ਤਿਆਰੀ ਇਹਨਾਂ ਨੇ ਰੱਖੀ ਸੀ ਪਹਿਲਾਂ ਹੀ, ਸਾਨੂੰ ਤੇ ਇਸ ਗੱਲ ਦਾ ਪਤਾ ਨੀ। ਫਿਰ ਇਹਨਾਂ ਨੇ ਰਾਤ ਨੂੰ ਤਕਰੀਬਨ 10 ਵਜੇ ਤੇ ਜਾਂ 9-10 ਟਾਈਮ ਹੋਊਗਾ, ਉਦੋਂ ਟਾਈਮ ਕਿਹੜੀ ਘੜੀ ਜਿਹੜਾ। ਠੀਕ ਹੈ। ਹਾਂਜੀ ਹਾਂਜੀ। ਕਿਉਂਕਿ ਰਾਤ ਦਾ ਹਾਲਾਤ ਸੀ 5 ਦੀ ਰਾਤ ਜਿਹੜੀ ਆ ਹੁਣ ਆਉਣ ਵਾਲੀ ਰਾਤ ਹੋ ਨਾ ਜੀ, ਹਾਂਜੀ, ਇਸ ਤਰ੍ਹਾਂ ਗੋਲੀ ਰਾਤ ਨੂੰ ਚੱਲਦੀ ਸੀ ਜਿਸ ਤਰ੍ਹਾਂ ਚਾਨਣਮਈ ਹੁੰਦੀ ਆ ਕੋਈ ਅਸਤਬਾਜੀ ਚੱਲਣ ਦੀ ਇਹ ਹਿਸਾਬ ਸੀ। ਹਾਂਜੀ ਠੀਕ ਹੈ। ਤੇ ਧੂੜ ਇੰਨੀ ਉੱਡਦੀ ਸੀ ਤੇਰੀ ਜਿਹੜੀ ਸੀ ਉੱਡ ਉੱਡ ਕੇ ਗੋਲਿਆਂ ਦੀ ਗੋਲੀਆਂ ਨਾਲ, ਤੇ ਧੂਆਂ ਜਿਹੜਾ ਸੀ ਉਹ ਬਿਲਡਿੰਗਾਂ ਦਾ ਜਿੱਥੇ ਅੱਗਾਂ ਲੱਗੀਆਂ ਸੀ, ਹਾਂਜੀ, ਉਹ ਸਾਰੇ ਕੰਪਲੈਕਸ ਦੇ ਵਿੱਚ ਧੂਆਂ ਭਰ ਗਿਆ ਸੀ ਬਹੁਤ ਜ਼ਿਆਦਾ। ਠੀਕ ਹੈ। ਹਾਂਜੀ ਹਾਂਜੀ। ਤੇ ਉਦੋਂ ਫਿਰ ਇਹਨਾਂ ਨੇ ਜਦੋਂ ਟੈਂਕ ਲੰਘਾਏ ਆ ਸਾਰੇ ਹੀ, ਇਹ ਗੁਰੂ ਰਾਮਦਾਸ ਰਾਮ ਵੱਲੋਂ ਗੇਟ ਵੱਡਾ ਜਿਹੜਾ ਸੀ ਉਹ ਤੋੜਿਆ, ਹਾਂਜੀ,
ਜਦੋਂ ਤੋੜਨ ਦੀ ਆਵਾਜ਼ ਹੀ ਇਹਨਾਂ ਨੂੰ ਅੰਦਰ ਸੁਣੀ, ਗੇਟ ਜਦੋਂ ਤੋੜਿਆ ਇਹਨਾਂ ਨੇ, ਉਦੋਂ ਫਿਰ ਇਹਨਾਂ ਨੇ ਟੈਂਕ ਲੰਘਾ ਕੇ ਇਹ 13 ਜਾਂ 14 ਦੇ ਲਗਭਗ ਟੈਂਕ ਹੋਣਗੇ ਬਖਤਰਬੰਦ ਗੱਡੀ ਇਹਨਾਂ ਨੇ ਪਹਿਲਾਂ ਖੜੀ ਅੰਦਰ। ਹਾਂਜੀ। ਤੇ ਬਖਤਰਬੰਦ ਗੱਡੀ ਦੇ ਨਾਲ ਫਾਇਰਿੰਗ ਕਰਕੇ ਤੇ ਫਿਰ ਉੱਥੇ ਇੱਕ ਹੋਰ ਵੀ ਜਦੋਂ ਟੈਂਕ ਆਏ ਨਾ ਸਾਹਮਣੇ ਦੀ ਲੰਗਰ ਦੀ ਬਾਈ ਚ, ਇੱਕ ਟੈਂਕ ਪਹਿਲਾਂ ਇਹਨਾਂ ਨੇ ਇੱਧਰ ਨੂੰ ਘੱਲਿਆ। ਬਾਕੀ ਜਿਹੜੀ ਅਗਲੇ ਬੰਨੇ ਸੜਕ ਸੀ ਨਾ ਜਿਹੜੀ ਰਾਮਦਾਸ ਤੇ ਬੜੀ ਫਾਇਰਿੰਗ ਕੀਤੀ ਬਹੁਤ ਜ਼ਿਆਦਾ, ਤੇ ਫਿਰ ਉਹ ਭਾਈ ਦਲਵੀਰ ਸਿੰਘ ਜੀ ਨੇ ਸਾਰਿਆਂ ਨੇ ਕਿਹਾ ਵੀ ਇਹ ਬੁਲਟ ਪਰੂਫ ਟੈਂਕ ਆ। ਅੱਛਾ ਜੀ। ਯਾਨੀ ਕਿ ਇਹਦੇ ਤੇ ਕੋਈ ਅਸਰ ਥੋੜਾ ਹੋਣਾ ਤੁਹਾਡੀਆਂ ਗੋਲੀਆਂ ਨਾਲ, ਉਸ ਟੈਂਕ ਨੇ ਫਿਰ ਉੱਤੇ ਜਿਹੜੀ ਫਿੱਟ ਕੀਤੀ ਗੰਨ, ਉਹਦੇ ਨਾਲ ਬੜੇ ਫਾਇਰਿੰਗ ਉਹਨੇ ਇੰਨੀ ਕੀਤੀ ਚਾਰ ਸਵੇਰੇ ਬਹੁਤ ਜ਼ਿਆਦਾ। ਅੱਛਾ ਜੀ। ਉੱਥੇ ਨਾ ਸਾਡੇ ਸੰਗਤ ਦੇ ਵੀ ਥੱਲੇ ਰੜੀ ਮੰਡਲ ਚ ਫਿਰ ਅਸੀਂ ਆ ਗਏ, ਉਤਰੀਆਂ ਦੋਵੇਂ ਮੰਜ਼ਲਾਂ ਅਸੀਂ ਛੱਡ ਦਿੱਤੀਆਂ ਨਾ ਜੀ। ਠੀਕ ਹੈ। ਬਿਲਕੁਲ ਰੜੀ ਮੰਡਲ ਸੀ, ਉੱਥੇ ਸਾਡੀ ਥੋੜੀ ਜਿਹੀ ਸ਼ੇਰਤੀ ਹੈਗੀ ਸੀ। ਹਾਂ ਹਾਂ। ਤੇ ਉੱਥੇ ਫਿਰ ਇੱਕ ਨਿਹੰਗ ਸਿੰਘ ਸੀ, ਇੱਕ ਹੋਰ ਕੋਟਕ ਵਿੱਚ। ਹਾਂਜੀ। ਉਹ ਨਿਹੰਗ ਸਿੰਘ ਵਿਚਾਰਾ ਉੱਥੇ ਆਮ ਤੌਰ ਤੇ ਪਹਿਲਾਂ ਵੇਹਦੇ ਹੁੰਦੇ ਸੀ, ਜਲ ਪਾਣੀ ਉਹਨੇ ਚਾਹ ਪਾਣੀ ਛਕ ਲੈਣਾ, ਲੰਗਰ ਪਾਣੀ ਛਕ ਲੈਣਾ, ਤੇ ਅਧਿਕਾਰੀ ਛੱਡਦਾ ਰਹਿੰਦਾ ਹੁੰਦਾ ਸੀ। ਠੀਕ ਹੈ। ਉਹ ਨਿਹੰਗ ਸਿੰਘ ਆਪਣਾ ਵਰਸਾ ਲੈ ਕੇ ਵੇਖ ਲਓ ਜਾ ਪਿਆ ਉਹਨੂੰ ਟੈਂਕ ਨੂੰ, ਸਲਾਹ ਕਰਕੇ ਤੇ ਫਿਰ ਕਿਹਾ ਵੀ ਹੁਣ ਜਿਹੜਾ ਵਾ ਇਹਨਾਂ ਦੇ ਨਾਲ ਲੜਾਈ ਸਾਡੀ ਟੈਂਕਾਂ ਦੇ ਨਾਲ ਕਿਹੜਾ ਲੜੂ, ਤੇ ਸਾਰਿਆਂ ਨੇ ਸਲਾਹਾਂ ਕਰਕੇ ਤੇ 10-11 ਵਜੇ ਦੇ ਲਗਭਗ ਰਾਤ ਜਿਹੜਾ ਸੀ ਉਹ ਕੁਛ ਜਿਦਨ ਸਿੰਘਾਂ ਦਾ ਹੋਇਆ ਵੀ ਆਪਾਂ ਅਕਾਲ ਤਖ਼ਤ ਸਾਹਿਬ ਨੂੰ ਜਾਣਾ। ਅੱਛਾ ਜੀ। ਕੁਛ ਸਰਾਂ ਵਾਲੇ ਪਾਸੇ ਨੂੰ ਜਾ ਨੀ ਸੀ ਕੋਈ ਸਕਦਾ, ਉੱਧਰ ਸਾਰੀ ਉਹਨਾਂ ਨੇ ਕਵਰ ਕਰ ਲਈ ਸੀ। ਠੀਕ ਆ। ਤੇ ਸਾਰਿਆਂ ਨੇ ਫਿਰ ਕਿਤੇ ਭਾਈ ਦਲਵੀਰ ਸਿੰਘ ਜੀ, ਭਾਈ ਸਵਰਨ ਸਿੰਘ ਜੀ ਤੇ ਭਾਈ ਮੇਜਰ ਸਿੰਘ ਜੀ ਜਿਹੜੇ ਸੀ ਇਹਨਾਂ ਨੇ ਪਹਿਲਾਂ ਹੀ ਅਸੀਂ ਨਾਲ ਜਾ ਕੇ ਤੇ ਉਹ ਗੁੰਗਾ ਜਿਹੜਾ ਸਾਫ਼ ਕਰਵਾਇਆ ਸੀ, ਮੈਂ ਖੁਦ ਨਾਲ ਗਿਆ ਸੀ ਇਹਨਾਂ ਦੇ, ਸਾਡੇ ਨਾਲ ਬੜਾ ਪਿਆਰ ਸੀ, ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਕਰਦੇ ਹੁੰਦੇ ਸੀ ਸਾਡੇ ਨਾਲ। ਹਾਂਜੀ ਹਾਂਜੀ। ਭਾਈ ਸ਼ਰਿੰਦਰ ਸਿੰਘ ਜੀ, ਭਾਈ ਮੇਜਰ ਸਿੰਘ ਜੀ ਸਾਰੇ, ਅਸੀਂ ਨਾ ਬੁੰਗਾ ਸਾਫ਼ ਕਰਕੇ ਆਏ ਸੀ ਥੱਲਿਓ। ਅੱਛਾ ਜੀ। ਉਹ ਥੱਲੇ ਇੱਕ ਖੂਹ ਸੀ ਤੇ ਉਹ ਖੂਹ ਚ ਅਸੀਂ ਪਾਣੀ ਵੀ ਦੋ ਵਾਰੀ ਲਿਆਂਦਾ ਵਾ, ਲੰਗਰ ਚ ਪਾਣੀ ਆ ਗਈ ਸੀ ਤੇ ਅਸੀਂ ਥੱਲਿਓ ਜਾ ਕੇ ਤੇ ਉਹ 2-3 ਬਾਲਟੀਆਂ ਪਾਣੀ ਦੀਆਂ ਵੀ ਲਿਆਂਦੀਆਂ ਥੱਲਿਓ ਕੱਢ ਕੇ। ਅੱਛਾ ਜੀ। ਤੇ ਜਾਣੀ ਕਿ ਪਾਣੀ ਜਿਹੜਾ ਸੀ ਉਹ ਪੌੜੀਆਂ ਨਾਲ ਉੱਤਰਦੀਆਂ ਸੀ ਤੇ ਥੱਲੇ ਤੱਕ ਪੌੜੀਆਂ ਜਾਂਦੀਆਂ ਸੀ ਖੂਹ ਦੇ ਬਰੋਬਰ ਤੱਕ। ਅੱਛਾ ਜੀ। ਤੇ 2-3 ਮੰਜ਼ਲਾਂ ਸ਼ਾਇਦ ਅੱਜ ਵੀ ਉਹ ਹੈਗੀਆਂ ਮੌਜੂਦ ਉਹ ਅੱਜ। ਠੀਕ ਹੈ। ਹਾਂਜੀ ਫਿਰ
ਬਾਕੀ ਨੇ ਤੁਹਾਨੂੰ ਸਾਰੀਆਂ ਗੱਲਾਂ ਦੱਸੀਆਂ, ਸਾਰੇ ਸਿੰਘਾਂ ਨੇ ਦੱਸੀਆਂ। ਹਾਂਜੀ, ਉੱਥੇ ਮੈਂ ਤੁਹਾਨੂੰ ਇੱਕ ਹੋਰ ਮੈਂ ਗੱਲ ਦੱਸ ਦਿੰਦਾ ਵਾ, ਸਾਡੇ ਭਾਈ ਤਲਵੀਰ ਸਿੰਘ ਦੀ ਫੌਜੀ ਸੀ, ਸਾਡੇ ਮਾਮਾ ਜੀ ਦੇ ਲੜਕੀ ਪਰਵੀ ਤੋਂ, ਠੀਕ, ਉਹ BSF ਤੋਂ ਆਏ ਸੀ, ਦਲਜੀਤ ਨੇ ਕਿਹਾ ਵੀ 1000 ਰਾਉਂਡ ਚੱਲ ਕੇ ਤੇ ਪਹਿਲ ਬਦਲਣੀ ਪੈਂਦੀ ਹੈ ਜੀ, LMG ਫੜ ਜਾਂਦੀ ਆ। ਠੀਕ ਹੈ, ਜਿਹੜਾ ਕੌਤਕ ਮੈਂ ਤੁਹਾਨੂੰ ਦੱਸਦਾ ਉੱਥੇ ਮਹਾਰਾਜ ਦਾ, ਉੱਥੇ ਹਫਤੇ ਤੋਂ ਕਿਹੜੀ ਕੋਈ ਡਬਲ ਬੈਰਲ ਸੀ, ਜਿਹੜੀ ਨਾ ਉਹ ਚੁੱਕ ਕੇ ਤੇ ਉਹ ਬਦਲ ਦੋ ਤੇ ਫੇਰ ਉਹ ਲਾ ਦੋ, ਕੋਈ ਤੇ ਬੈਰਲ ਥੋੜਾ ਸੀ। ਯਾਨੀ ਕਿ ਉਹ ਜਦੋਂ 1000 ਗੋਲੀ ਨਿਕਲ ਕੇ ਬਦਲਣ ਦੀ ਗੱਲ ਸੀ, ਉਹਦੇ ਵਿੱਚੋਂ ਪਤਾ ਨੀ ਕਿੰਨੀਆਂ ਗੋਲੀਆਂ ਜਦੋਂ ਨਿਕਲੀਆਂ ਤੇ ਉਹ ਲਾਲ ਏਦਾਂ ਹੋਈ ਸੀ ਜਿੱਦਾਂ ਹੁਣ ਫਟੀ ਹੁਣ ਫਟੀ, ਇਹੋ ਜਿਹਾ ਹਿਸਾਬ ਸੀ। ਪਰ ਉਹ ਦੇਖ ਲਓ ਵੀ ਇਤਨੀ ਜਿਹੜੀ ਉਹ ਬੈਰਲ ਨੀ ਫਟੀ, ਸਾਰੀਆਂ ਗੰਨਾਂ ਸਹੀ ਸਲਾਮਤ ਤੇ ਚੱਲਦੀਆਂ ਰਹੀਆਂ ਮਹਾਰਾਜ ਦੀ ਕਿਰਪਾ ਦੇ ਨਾਲ। ਤੇ ਦਲਜੀਤ ਤਾਂ ਉਹ ਵੀ ਸਾਰੇ ਹੈਰਾਨ ਸੀ ਕਿ ਦੇਖੋ ਇਹ ਰੂਲ ਹੁੰਦਾ ਵੀ ਫਟਣਾ ਫੜ ਜਾਣੀ ਚਾਹੀਦੀ ਸੀ, ਇਹ ਫੜ ਜਾ ਕਿਉਂ ਨੀ। ਯਾਨੀ ਕਿ ਇਹੋ ਜਿਹੇ ਉੱਥੇ ਹਾਲਾਤ ਜਿਹੜੇ ਸੀ ਅਸੀਂ ਅੱਖੀ ਵੇਖੇ, ਸਾਡੇ ਜਿਹੜੇ ਹੱਥ ਸੀ ਜਿਹੜੇ ਬਾਹਾਂ ਸੀ ਉਹ ਕੋਲਾਂ ਦੇ ਨਾਲ ਸੜ ਗਏ ਸੀ, ਉਹ ਵਿੱਚ ਦਾਗ ਪੈ ਗਏ ਸੀ। ਅੱਛਾ, ਯਾਨੀ ਗਰਮ ਗਰਮ ਜਿੱਥੇ ਕੋਲ ਲੱਤਾਂ ਦੇ ਵੱਜਦੇ ਸੀ ਬੁਰਤ ਦੇ, ਤੇ ਉਹ ਜਦੋਂ ਗਰਮ ਜਦੋਂ ਵੱਜਦੇ ਸੀ ਉਹਨਾਂ ਦੇ ਨਾਲ ਕਈਆਂ ਦੇ ਸੇਕ ਪੈ ਗਏ। ਠੀਕ ਹੈ, ਸੜ ਗਏ ਸੀ ਤਾਂ। ਉਹਨਾਂ ਦੇ ਵੀ ਤੇ ਸ਼ਹੀਦੀ ਉੱਥੇ ਲੱਗੀ ਸੀ, ਲੜਨ ਵਾਲੇ ਥੋੜਾ ਉੱਥੇ ਸ਼ਹੀਦ ਜ਼ਿਆਦਾ ਹੋਏ ਆ,
ਯਾਰੀ ਜਿਹੜੇ ਵਿਚਾਰੇ ਨਹੀਂ ਲੜਨ ਵਾਲੇ ਸੀ ਉਹ ਵੀ ਸ਼ਹੀਦੀ ਹੋਏ ਸਾਰੇ ਬੱਚੇ ਛੋਟੇ ਛੋਟੇ ਜਿਹੜੇ ਦਸ ਦਸ ਮਹੀਨਿਆਂ ਦੇ ਬੱਚੇ ਤੇ ਦੋ ਦੋ ਸਾਲ ਦਾ ਬੱਚਾ ਸੀ ਉਹਨਾਂ ਨੇ ਕੋਈ ਲੜਾਈ ਲੜੀ ਸ਼ਹੀਦ ਸ਼ਹੀਦਾਂ ਵੀ ਆਉਂਦੇ ਹੈ ਸਾਰੇ ਭਾਈ ਸਾਹਿਬ ਜਿੱਦਾਂ 6 ਤਰੀਕ ਦੀ ਮਤਲਬ ਗੱਲ ਕੀਤੀ ਜਾਂਦੀ ਆ ਜਨਰਲ ਸਵੇਗ ਸਿੰਘ ਜੀ ਹੋਣੀ ਕਦੋਂ ਸ਼ਹੀਦ ਕਿਹੜੀ ਤਰੀਕ ਨੂੰ 6 ਨੂੰ ਸ਼ਹੀਦ ਹੋਏ ਜਾਂ ਪਹਿਲਾਂ ਰਾਤ ਨੂੰ 5 ਦੀ ਰਾਤ ਨੂੰ ਇਹਨਾਂ ਦੀ ਛੁੱਟੀ ਸੋਈ ਆ ਅਸੀਂ ਵੇਖਿਆ ਨਹੀਂ ਜੀ ਅੱਛਾ ਜੀ ਇਹ ਅਸਲ ਦੇ ਵਿੱਚ ਉੱਥੇ ਅਸੀਂ ਬੰਬ ਸੀ ਸਾਡੇ ਕੋਲ ਬਰਾੜੀ ਬੰਬ ਉਹਨੂੰ ਕਹਿੰਦੇ ਹੁੰਦੇ ਸੀ ਉਹਦੇ ਤੋਂ ਸ਼ੀਤਾ ਹੁੰਦਾ ਸੀ ਉਹ ਵੀ ਆਮ ਤੌਰ ਤੇ ਕਈਆਂ ਤੇ ਵੰਡੇ ਸੀ ਤੇ ਦੂਰੋਂ ਸ਼ੀਤੇ ਨੂੰ ਅੱਗ ਲਾ ਕੇ ਸੁੱਟਦੇ ਸੀ ਜਦੋਂ ਕੋਈ ਕੋਈ ਦਿਸਦਾ ਸੀ ਠੀਕ ਇਹ ਜਿੱਥੇ ਝੰਡੇ ਮੂਹੇ ਨੁੱਕਰ ਤੇ ਜਿੱਥੇ ਪੁਨਾਵਾ ਲਿਖੀ ਦਾ ਨਾ ਹਾਂਜੀ ਹਾਂਜੀ ਉੱਥੇ ਦੱਸਦੇ ਕਿ ਉੱਥੇ ਜਾ ਕੇ ਇਹਨਾਂ ਨੇ ਕੁਝ ਫੌਜੀਆਂ ਦੀ ਹਰਕਤ ਵੇਖੀ ਉੱਥੇ ਤੇ ਉੱਥੇ ਸੁੱਟਣ ਲੱਗੇ ਸੀ ਅੱਛਾ ਕਮਾਂਡੋ ਹੀ ਜਾਂ ਜਿਹੜੇ ਕਮਾਂਡੋ ਆਏ ਸੀ ਉਦੋਂ ਦੇ ਜਦੋਂ ਉਦੋਂ ਤੁਹਾਨੂੰ ਦੱਸਿਆ ਨਾ ਜਿਸ ਟਾਈਮ ਕਮਾਂਡੋ ਆਏ ਹਾਂ ਹਾਂ ਉਸ ਟਾਈਮ ਦੀ ਇਹ ਗੱਲ ਵਾ ਠੀਕ ਹੈ ਉਹ ਜਦੋਂ ਚਾਨਣ ਦੇ ਵਿੱਚ ਥੋੜਾ ਜਿਹਾ ਹੁਣ ਲਾਈਟ ਦਿਖਾਈ ਤੇ ਉਹ ਸਾਹਮਣੇ ਉਹਨਾਂ ਨੇ ਬ੍ਰੈਸਟ ਮਾਰਿਆ ਇਹਨਾਂ ਦੇ ਗੋਲੀਆਂ ਲੱਗ ਗਈਆਂ ਫਿਰ ਇਹ ਜਨ ਲੈ ਕੇ ਆਪਣੇ ਸੰਤਾਂ ਕੋਲ ਆ ਗਏ ਅੱਛਾ ਜੀ ਲੈਣੇ ਤੇ ਫਿਰ ਦੱਸਦੇ ਆ ਵੀ ਸੰਤਾਂ ਦੀ ਗੋਦੀ ਚ ਇਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਆ ਠੀਕ ਹੈ ਤੇ ਹੱਥ ਜੋੜ ਕੇ ਇਹਨਾਂ ਨੇ ਕਿਹਾ ਵੀ ਮੈਂ ਆਪਣਾ ਬਚਨਾ ਉਗਾ ਕੇ ਲਿਆ ਵਾ ਠੀਕ ਹੈ ਤੇ ਸੰਤਾਂ ਨੇ ਆਖਿਆ ਵੀ ਚੰਦਨ ਸਾਹਿਬ ਸਮੇਂ ਦਾ ਥੋੜਾ ਜਿਹਾ ਹੇਰ ਫੇਰ ਹੋਊਗਾ ਅਸੀਂ ਨੀ ਆਏ ਅੱਛਾ ਜੀ ਯਾਨੀ ਕਿ ਚੀਜ਼ਾਂ ਜਿਹੜੀਆਂ ਬਟਨ ਜਿਹੜੇ ਸਿੰਘ ਉੱਤੇ ਸੀ ਉਹਨਾਂ ਨੇ ਸੁਣਿਆ ਤੇ ਉਹਨਾਂ ਨੇ ਸਾਨੂੰ ਆਣ ਕੇ ਦੱਸੇ ਭਾਈ ਗੁਰਮੁਖ ਸਿੰਘ ਜੀ ਜਿਹੜੇ ਡਰਾਈਵਰ ਸੀ ਨਾ ਮੈਂ ਤੁਹਾਨੂੰ ਗੱਲ ਥੋੜੀ ਗੱਲ ਦੱਸ ਦੇਣਾ ਕਿਉਂਕਿ ਨਵੀਂ ਹੋ ਜਾਂਦੀ ਫਿਰ ਜ਼ਰੂਰ ਭਾਈ ਗੁਰਮੁਖ ਸਿੰਘ ਜੀ ਮਾਨਾ ਵਾਲੇ ਕਾਰਡ ਚ ਫੱਟ ਲੋਏ ਸੀ ਸਾਡੇ ਨਾਲ ਵੀ ਉੱਥੇ ਰਹੇ ਜੋਰਪੁਰ ਬਹੁਤ ਹਸਮੁਖ ਸਿੰਘ ਜੀ ਬੜਾ ਤਕੜਾ ਸੰਭਾਲ ਦੇ ਇੱਧਰ ਆਪਣੇ ਇਲਾਕੇ ਦੇ ਸੀ ਤੁਹਾਨੂੰ ਨਕਲ ਕੀਤਾ ਭੁੱਲ ਗਿਆ ਠੀਕ ਤੇ ਇਹ ਆੜ ਤੇ ਇਹ ਸਭ ਤੋਂ ਜ਼ਿਆਦਾ ਇਹ ਦਾਅਵਾ ਕਰਦੇ ਸੀ ਇੱਥੇ ਵੀ ਸੰਤ ਸ਼ਹੀਦ ਹੋ ਗਏ ਆ ਅੱਛਾ ਜੀ ਹਾਂ ਬਾਕੀ ਤੇ ਬਾਬਾ ਜੀ ਤੋਂ ਥੋੜੇ ਜਿਹੇ ਡਰਦੇ ਲਾ ਲਓ ਜਾਂ ਬਾਬਾ ਜੀ ਦਾ ਬਾਬਾ ਠਾਕੁਰ ਸਿੰਘ ਦਾ ਪ੍ਰਭਾਵ ਸੀ ਕੋਈ ਬੋਲਿਆ ਨੀ ਉਸ ਟਾਈਮ ਆ ਕੇ ਨੀ ਕੋਈ ਬੋਲਿਆ ਹਾਂਜੀ ਕਿਸੇ ਨੇ ਇਹ ਨੀ ਜ਼ਰੂਰਤ ਕੀਤੀ ਵੀ ਬਾਬਾ ਜੀ ਦੇ ਸਾਹਮਣੇ ਅਸੀਂ ਕਹੀਏ ਇੱਕ ਦੋ ਸਿੰਘ ਸੈਰ ਕਹਿੰਦੇ ਰਹੇ ਗੁਰਮੁਖ ਸਿੰਘ ਕਹਿੰਦਾ ਰਿਹਾ ਉਹ ਕਹਿੰਦਾ ਰਿਹਾ ਵੀ ਨਾ ਕਰੋ ਸੰਤ ਸ਼ਹੀਦ ਹੋ ਗਏ ਨਾਲ ਸ਼ਹੀਦੀ ਤੇ ਫੇਰ ਕਰੋ ਸ਼ਹੀਦੀ ਦਿਹਾੜਾ ਬਣਾਓ ਤੇ ਜਾਣੀ ਕਿ ਉਹਨਾਂ ਥੋੜੇ ਚਿਰ ਬਾਅਦ ਉਹਦੀ ਮੈਰਿਜ ਸੀ ਕੋਈ ਨੀ ਪਤਾ ਲੱਗਾ ਵੀ ਉਹ ਕਿੱਥੇ ਗਿਆ ਉਹਦਾ ਸਰੀਰ ਕਿੱਥੇ ਗਿਆ ਜਾਂ ਕੀ ਹਿਸਾਬ ਦਾ ਮਗਰੋਂ ਇਹਨਾਂ ਨੇ ਕਈਆਂ ਨੇ ਵਿਚਾਰਤਾ ਵੀ ਸੰਤ ਲੈ ਗਏ ਉਹਨੂੰ ਪਾਕਿਸਤਾਨ ਜਦੋਂ ਉੱਧਰ ਲੈ ਗਏ ਆ ਪਰ ਉਹ ਭਾਣਾ ਉਹ ਗੁਰਮੁਖ ਸਿੰਘ ਦਾ ਵਾਪਰਿਆ ਜਾਣੀ ਕਿ ਉਹ ਇਹ ਗੱਲ ਕਹਿੰਦਾ ਸੀ ਕਿ ਮੈਂ ਆਪ ਸੰਤਾਂ ਨੂੰ ਉੱਤਰ ਦਿਆਂ ਜਿੱਦਾਂ ਬਾਬਾ ਮੁਖਤਾਰ ਸਿੰਘ ਜੀ ਕਹਿੰਦੇ ਆ ਤੇ ਉਹੀ ਕਹਿੰਦੇ ਕਿ ਅਰਦਾਸ ਦੇ ਵਿੱਚ ਮੈਂ ਸ਼ਾਮਿਲ ਸੀ ਤੇ ਅਰਦਾਸ ਕਰਕੇ ਤੇ ਜਦੋਂ ਥੱਲੇ ਨੂੰ ਉਤਰਿਆ ਤੇ ਉਦੋਂ ਸਾਡੇ ਕੋਲ ਥਾਂ ਗਿਆ ਜਾਇਆ ਨੀ ਗਿਆ ਕਿਉਂਕਿ ਰਸਤਾ ਉਹ ਬੰਦ ਹੋ ਗਿਆ ਜ਼ਿਆਦਾ ਗੋਰੇ ਵਜਨ ਕਰਕੇ ਤੇ ਭਾਈ ਮਰੀਤ ਸਿੰਘ ਜੀ ਤੇ ਪ੍ਰੀਤਮ ਸੋਹਣੀ ਤੇ ਇੱਕ ਗਹਿਰੀ ਦਾ ਉਹਦਾ ਸਿੰਘ ਵਾਹ ਵਾਹ ਇਹ 5-7 ਜਾਣੇ ਤਿੰਨਾਂ ਨਿਕਲੇ ਆ ਅੱਛਾ ਜੀ ਭਾਈ ਸੁਰਿੰਦਰ ਸਿੰਘ ਜੀ ਵਾਲੀ ਤੁਰ ਪਏ ਹੁੰਦੇ ਸੀ ਪ੍ਰਦੇਸ਼ਾਂ ਭਾਈ ਸਾਹਿਬ ਨਾਲ ਇਹ ਨਾਲ ਸਾਫ ਕਰਕੇ ਰਹਿੰਦੇ ਹੁੰਦੇ ਸੀ ਪਹਿਲਾਂ ਸਾਰੇ ਨਿਕਲੇ ਆ ਇਹ ਝੰਡੇ ਬੂੰਗੇ ਨਿਸ਼ਾਨ ਸਾਹਿਬਾਂ ਦੇ ਲਾਗੇ ਆ ਗਏ ਆ ਸਾਰੇ ਠੀਕ ਹੈ ਇਹਨਾਂ ਦੇ ਗੋਲੀਆਂ ਵੱਜੀਆਂ ਸਾਰਿਆਂ ਦੇ ਤੇ ਕਿਸੇ ਦੇ ਪੈਰਾਂ ਤੇ ਲੱਤਾਂ ਤੇ ਕਿਸੇ ਦੇ ਸਰੀਰਾਂ ਚ ਸ਼ਹੀਦ ਨੀ ਓਦਾਂ ਹੋਏ ਸ਼ਹੀਦ ਬਾਅਦ ਚ ਹੁੰਦੇ ਆ ਠੀਕ ਹੈ ਤੇ ਮਗਰ ਇਹਨਾਂ ਦੇ ਸੰਤ ਸੀ ਹਾਂਜੀ ਉਹ ਜਦੋਂ ਉੱਪਰ ਮਲਬਾ ਸਾਰਾ ਡਿੱਗਾ ਵਾ ਤੇ ਉਹਦੇ ਵਿੱਚ ਕਿਸੇ ਨੂੰ ਕੋਈ ਪਤਾ ਨੀ ਲੱਗਾ ਉਹ ਧੁਆ ਰੋਲੀ ਘੱਟੇ ਘੱਟਾ ਇੰਨਾ ਉੱਡਿਆ ਵਾ ਤੇ ਜਿਹੜੇ ਮਗਰਲੇ ਸਿੰਘ ਸੀ ਉਹਨਾਂ ਦੇ ਭਾਈ ਧੰਨਾ ਸਿੰਘ ਜੀ ਭਾਈ ਬਲਵਿੰਦਰ ਸਿੰਘ ਗੋਲਕੀਪਰ ਭਾਈ ਜੱਗਾ ਸਿੰਘ ਜੀ ਭਾਈ ਮੁਖਤਾਰ ਸਿੰਘ ਜੀ ਬਾਬਾ ਜੀ ਫਿਰ ਉਹਨਾਂ ਦੇ ਭਾਈ ਗੁਰਮੁਖ ਸਿੰਘ ਜੀ ਭਾਈ ਢਿੱਲਾ ਸੋਹਣੀ ਪਰ ਮੈਨੂੰ ਜਾਣੀ ਕਿ ਮੈਂ ਕਈਆਂ ਸਿੰਘਾਂ ਨੇ ਨਾਂ ਗਿਣ ਸਕਦਾ ਵਾਂ ਇਹ ਇੰਨੇ ਸਿੰਘ ਸੀ ਕਿ ਜਿਹੜੇ ਉੱਥੋਂ ਪਛਾਣ ਦੇ ਪਛਾਣ ਪਿਛਲੇ ਬੰਨੇ ਕਾਲ ਤੱਕ ਸਾਹਿਬ ਨੂੰ ਨਿਕਲ ਗਏ ਹਾਂਜੀ ਠੀਕ ਜਾਣੀ ਕਿ ਉਹਨਾਂ ਕੋਲ ਗਾਂ ਨਹੀਂ ਨਿਕਲਿਆ ਗਿਆ ਹਾਂਜੀ ਤੇ ਉਸ ਸਾਹ ਦੇ ਉੱਤੇ ਉਹ ਦੇਖੋ ਜਦੋਂ ਜਟਾਰੇ ਛੱਡੇ ਬੜੀ ਚੜ੍ਹਦੀ ਕਲਾ ਨਾਲ ਸੰਤ ਅਰਦਾਸ ਜਦੋਂ ਅਰਦਾਸ ਹੀ ਕਰਤੀ ਉਹਨਾਂ ਨੇ ਹਾਂਜੀ ਹਾਂਜੀ ਫਿਰ ਪਿਛਲੇ ਬੰਨੇ ਤੋਂ ਪਿੱਛੇ ਦੇ ਕੋ ਰਹਿ ਨੀ ਗਿਆ ਹੁਣ ਅਸੀਂ ਇਸ ਗੱਲ ਨੂੰ ਲੱਭੀਏ ਕਿ ਕਿੰਨੇ ਸਰੀਰ ਵੇਖਿਆ ਕੁੱਤੇ ਦੇ ਸਰੀਰ ਤੇ ਕਿਸੇ ਦਾ ਕੀ ਵੇਖਣਾ ਸੀ ਕਈ ਜਦੋਂ ਧੂੜ ਗੋਲੀ ਧੁਆਰਾ ਵਾਲੀ ਦੇ ਵਿੱਚ ਕਿਸੇ ਨੂੰ ਪਤਾ ਹੀ ਨੀ ਲੱਗਦਾ ਸੀ ਆਪਣਾ
ਜਾਂ ਸਿਰਫ ਇਹਨਾਂ ਨੂੰ ਵਿਚਾਰੇ ਵੱਜਦੇ ਅਸੀਂ 10 ਵਜੇ ਦੇ ਟਾਈਮ ਦੇ ਨਾਲ ਹਾਂਜੀ ਉਹ ਸਾਰਿਆਂ ਨੇ ਸੁਣੇ ਆ ਠੀਕ ਹੈ ਜੋ ਜੋ ਸਿੰਘ ਸ਼ਹੀਦ ਹੁੰਦੇ ਸੀ ਚੜ੍ਹਦੀ ਕਲਾ ਨਾਲ ਵਿਚਾਰੇ ਛੱਡਦੇ ਸੀ ਠੀਕ ਹੈ ਮਤਲਬ ਜਿਹੜਾ ਸੰਤਾਂ ਦੀ ਸ਼ਹੀਦੀ ਮਤਲਬ 6 ਤਰੀਕ ਨੂੰ ਹੋ ਗਈ ਆ ਪਰ ਸਰੀਰ ਨਹੀਂ ਕਿਸੇ ਨੇ ਦੇਖਿਆ ਉਹਨਾਂ ਦਾ ਬਈ ਸ਼ਹੀਦ ਹਾਂ ਸਰੀਰ ਨੇ ਦੇਖਿਆ ਓਦਾਂ ਇਹ ਮਹਿਸੂਸ ਸਾਰਿਆਂ ਨੇ ਕਰ ਲਿਆ ਸੀ ਹਾਂ ਫਿਰ ਕੈਂਪਾਂ ਦੇ ਵਿੱਚ ਜਦੋਂ ਅਸੀਂ ਇਕੱਠੇ ਹੋਏ ਆ ਇੱਕ ਦੂਜੇ ਸਿੰਘ ਨੇ ਗਾਂ ਫਿਰ ਕਾਫੀ ਸਿੰਘਾਂ ਨੇ ਗਾਂ ਦੱਸਤਾ ਵੀ ਸੰਤ ਸ਼ਹੀਦ ਹੋ ਗਏ ਆ ਤੁਸੀਂ ਸਾਰੇ ਇਸ ਗੱਲ ਨੂੰ ਮੰਨੋ ਠੀਕ ਹੈ ਪਰ ਜਦੋਂ ਬਾਅਦ ਚ ਹੌਲੀ ਹੌਲੀ ਫਿਰ ਸਾਨੂੰ ਪਤਾ ਲੱਗਾ ਵੀ ਸੰਤ ਚੜ੍ਹਦੀ ਕਲਾ ਚ ਕੁਛ ਸਾਨੂੰ ਹੌਸਲਾ ਵੀ ਹੋ ਗਿਆ ਕਿਉਂਕਿ ਉਦੋਂ ਜਿਹੜਾ ਸਾਡਾ ਥੋੜਾ ਜਿਹਾ ਹੈਗਾ ਸੀ ਸਾਰੇ ਸਿੰਘ ਪਰੇਸ਼ਾਨ ਸੀ ਵੀ ਜਦੋਂ ਸ਼ਾਂਤੀ ਚਲੇ ਗਏ ਤੇ ਮਗਰੋਂ ਹੋਣਾ ਕੀ ਕਰਾਂਗੇ ਠੀਕ ਹੈ ਤੇ ਜਦੋਂ ਤੋਂ ਸਾਨੂੰ ਵੀ ਸਮਝ ਮਿਲੀ ਸਾਨੂੰ ਵੀ ਫਿਰ ਹੌਸਲਾ ਹੋ ਗਿਆ ਕੋਈ ਜਦੋਂ ਨਾਭੀ ਜੇਲ੍ਹ ਚ ਗਏ ਆ ਠੀਕ ਹੈ ਪਰ ਹੋਰ ਪਤਾ ਲੱਗਦਾ ਵੀ ਉਹ ਸਾਰੇ ਸਾਜ਼ਿਸ਼ ਅਧੀਨ ਸੀ ਸਾਰੀਆਂ ਗੱਲਾਂ ਉੱਤੇ ਮੈਂ ਤੁਹਾਨੂੰ ਦੱਸਦਾ ਵੀ ਭਾਈ ਮਰੀਕ ਸਿੰਘ ਦਾ ਵੀ ਕਹਿਤਾ ਬਾਬੇ ਸਾਰਾ ਸੋਹਣਾ ਦਾ ਵੀ ਕਹਿਤਾ ਵੀ ਇਹ ਚੜ੍ਹਦੀ ਕਲਾ ਚ ਪਾਕਿਸਤਾਨ ਵਾ ਅੱਛਾ ਮਨਜੀਤ ਸਿੰਘ ਨੂੰ ਆ ਕੇ ਦੱਸਿਆ ਇਹ ਨਾਭੇ ਠੀਕ ਹੈ ਤੇ ਉਹ ਕਿਤੋਂ ਕੱਪੜੇ ਆਏ ਆ ਉੱਥੋਂ ਮਾਇਆ ਆਈ ਆ ਵੀ ਉਹ ਚੜ੍ਹਦੀ ਕਲਾ ਚ ਫਿਰ ਭਾਈ ਮਨਜੀਤ ਸਿੰਘ ਉਹਨਾਂ ਨੇ ਇੰਨਾ ਸਿਆਣ ਬਤਾਲੀ ਸਾਰਿਆਂ ਨੇ ਆਖਿਆ ਵੀ ਨਹੀਂ ਉਹ ਸ਼ਹੀਦ ਹੋ ਗਏ ਆ ਉਹਨਾਂ ਦਾ ਤੁਸੀਂ ਮਾਣ ਕਰੋ ਹਾਂਜੀ ਠੀਕ ਹੈ ਤੇ ਜਾਣੀ ਕਿ ਸੰਤਾਂ ਬਾਰੇ ਉਦੋਂ ਸਪਸ਼ਟ ਜੇ ਤੇ ਕੋਈ ਵੇਂਦਾ ਤੇ ਉਹ ਕਹਿ ਸਕਦਾ ਵੀ ਮੈਂ ਵੇਖਿਆ ਸਰੀਰ ਉਹਨਾਂ ਦਾ ਹੌਸਲਾ ਹੋਇਆ ਸੀ ਸਾਰੇ ਸਿੰਘ ਬਾਹਰ ਵੀ ਪਹਿਲਾਂ ਏਦਾਂ ਹੀ ਸਮਝਦੇ ਸੀ ਪਰ ਹੁਣ ਤਾਂ 36 ਸਾਲ ਬਾਅਦ ਜੇ ਅੱਜ ਆਪਾਂ ਇਹ ਚੀਜ਼ ਦਾ ਦਾਅਵਾ ਕਰੀਏ ਤੇ ਕਿੱਦਾਂ ਕਰਾਂਗੇ ਜਿੱਦਾਂ ਸੁਭਾਸ਼ ਚੰਦਰ ਬੋਸ ਜੀ ਸੁਣਦੇ ਨੇ ਹਾਂ ਕਿ ਉਹ ਅਜੇ ਤੱਕ ਵੀ ਉਹਨਾਂ ਨੂੰ ਕਹੀ ਗਿਆ ਵੀ ਹੈਗੇ ਨਾ ਉਹਨਾਂ ਦੀ ਸ਼ਹੀਦੀ ਡਿਕਲੇਅਰ ਕੀਤੀ ਤੇ ਨਾ ਉਹਨਾਂ ਨੂੰ ਸਾਹਮਣੇ ਪੇਸ਼ ਕਰ ਸਕੇ ਯਾਨੀ ਕਿ ਗੌਰਮੈਂਟ ਦੀਆਂ ਚਾਲਾਂ ਸਾਨੂੰ ਹੁਣ ਸਮਝ ਆਉਂਦੀਆਂ ਉਦੋਂ ਤੇ ਸਾਨੂੰ ਸਮਝ ਕੋਈ ਨਹੀਂ ਸੀ ਉਹਨਾਂ ਨੇ ਆਖਿਆ ਜੇ ਸ਼ਹੀਦੀ ਡਿਕਲੇਅਰ ਹੋ ਜਾਂਦੀ ਆ ਤੇ ਲੋਕਾਂ ਦੀ ਜੋਸ਼ ਇੰਨਾ ਆ ਜਾਣਾ ਰੋਸ ਇੰਨਾ ਵਾ ਵੀ ਹੋ ਸਕਦਾ ਸੰਭਰਿਆ ਨਾ ਜਾਵੇ ਤੇ ਇੱਕ ਸੋਸ਼ਾ ਛੱਡੋ ਸੰਤਾਂ ਨੇ ਚੜ੍ਹਦੀ ਕਲਾ ਦਾ ਦੇ ਤਰੀਕਾ ਹੋ ਸਕਦਾ ਵਾ ਵੀ ਲੋਕਾਂ ਦਾ ਜੋਸ਼ ਜਿਹੜਾ ਵਾ ਉਹ ਇਹ ਆ ਗਿਆ ਵੀ ਸੰਤਾਂ ਆ ਕੇ ਕਮਾਨ ਕਰ ਦਿੰਦੇ ਸਾਰੀ ਹਾਂਜੀ ਉਹ ਚੀਜ਼ ਜਿਹੜੀ ਸਾਨੂੰ ਬੜਾ ਵੱਡਾ ਨੁਕਸਾਨ ਵੀ ਸਾਡਾ ਕੌਮ ਨੇ ਕੀਤਾ ਪਰ ਫਿਰ ਇੱਕ ਅਸੀਂ ਕਹਿ ਦਿੰਦੇ ਹਾਂ ਵੀ ਯੋਧੇ ਜਿਹੜੇ ਉਹ ਜੰਮਦੇ ਰਹਿੰਦੇ ਆ ਤੇ ਯੋਧੇ ਪ੍ਰਗਟ ਹੁੰਦੇ ਰਹਿੰਦੇ ਆ ਸਾਕਾ ਦੇ ਤੁਸੀਂ ਸੁਣਿਆ ਬੜੀ ਜਿਹੜੀ ਬੜੇ ਸਿੰਘਾਂ ਤੋਂ ਛੱਡਿਆ ਸਿੰਘ ਸਾਹਿਬ ਨੇ ਕਿਤਾਬ ਵੀ ਪ੍ਰਯੋਜਨਾ ਸ਼ਹਿਰਦ ਖਾਨ ਸਾਹਿਬ ਜਿਹੜੀ ਦਿੱਤੀ ਆ ਹਾਂਜੀ ਸਾਰੀਆਂ ਗੱਲਾਂ ਉਹਨੇ ਵੇਖੀ ਸੱਚ ਸਾਹਮਣੇ ਪੇਸ਼ ਕੀਤੇ ਹੋਰ ਕਿਤਾਬਾਂ ਬਹੁਤ ਲਿਖੀਆਂ ਉਹਨਾਂ ਨੇ ਪਰ ਇੱਕ ਗੱਲ ਜਿਹੜੀ ਅਸੀਂ ਮੈਂ ਜਦੋਂ ਅਸੀਂ ਉੱਤੇ ਸਾਨੂੰ ਲਾਭੇ ਲੈ ਗਏ ਉੱਥੇ ਟੈਰੋਗੇਟ ਫਿਰ ਲੱਦਾ ਕੋਠੀ ਇਹਨਾਂ ਨੇ ਟੈਰੋਗੇਟ ਸੈਂਟਰ ਖੋਲ ਲਿਆ ਜੀ ਸਾਡੇ ਵਾਸਤੇ ਅੱਛਾ ਮੈਂ ਸਪੈਸ਼ਲ ਇਹ ਗੱਲ ਕਰਨਾ ਬਾਪੂ ਜਗੀਰ ਸਿੰਘ ਦੀ ਸੰਤਾਂ ਦੇ ਭਰਾਤਾ ਸੀ ਮੈਂ ਤੁਹਾਨੂੰ ਉਹਨਾਂ ਦੀ ਮੈਂ ਗੱਲ ਇੱਕ ਮੇਰੇ ਰਹਿ ਗਈ ਆ ਉਹਦਾ ਸਾਰੇ ਸਿੰਘਾਂ ਨਾਲ ਬੜਾ ਪਿਆਰ ਕਰਦੇ ਸੀ ਸਾਡੇ ਨਾਲ ਬੜਾ ਸੀ ਤੇ ਆਮ ਤੌਰ ਤੇ ਅਸੀਂ ਬਾਪੂ ਜੀ ਕਰਕੇ ਉਹਨਾਂ ਨੂੰ ਬੁਲਾਉਂਦੇ ਹੁੰਦੇ ਸੀ ਤੇ ਕਈ ਵੀ ਸੰਤਾਂ ਨਾਲ ਅਸੀਂ ਕੋਈ ਬਚਨ ਬਲਾਸ ਨਹੀਂ ਕਰ ਸਕਦੇ ਉਹਨਾਂ ਨਾਲ ਅਸੀਂ ਸਾਰੇ ਕਿਸਾਨ ਪੁੱਤਾਂ ਨੂੰ ਅਸੀਂ ਉਹਨਾਂ ਨੇ ਨਾਲ ਬਚਨ ਬਲਾਸ ਕਰਦੇ ਜਿੰਨੇ ਹਾਂਜੀ ਅੱਛਾ ਜੀ ਤੇ ਸ਼ਾਇਦ ਉਹ ਮੇਰਾ ਖਿਆਲ ਮੈਨੂੰ ਇੱਥੋਂ ਤੱਕ ਭਾਈ ਜਸਵੀਰ ਸਿੰਘ ਜੀ ਤੇ ਭਾਈ ਲਖਵੀਰ ਸਿੰਘ ਜੀ ਹੋਣਾ ਦੇ ਚੜ੍ਹਾ ਸੀ ਹਾਂਜੀ ਉਹ ਜਦੋਂ ਅਸੀਂ 5 ਤਰੀਕ ਨੂੰ ਗਏ ਤੇ ਸਾਨੂੰ ਉਹ ਮਿਲੇ ਜੀ ਉੱਤੇ ਹੋਈ ਦੇਖੋ ਇੱਕ ਚੀਜ਼ ਜਿਹੜੀ ਸੀ ਉਹਨਾਂ ਨੂੰ ਇਹ ਪਤਾ ਸੀ ਕਿ ਅਸੀਂ ਸ਼ਹੀਦੀ ਸੰਤਾਂ ਦੇ ਨਾਲ ਹੀ ਹੋਣਾ ਵਾ ਤੇ ਹੋ ਸਕਦਾ ਸਾਡਾ ਸਰੀਰ ਨਾ ਕਿਸੇ ਨੇ ਇਸ਼ਨਾਨ ਕਰਾਉਣਾ ਨਾ ਕਿਸੇ ਸਾਨੂੰ ਕੱਪੜੇ ਪਾਉਣਾ ਨਾ ਕੱਪੜੇ ਪਾਉਣੇ ਆ ਇਹ ਕਿਉਂ ਨਾ ਅਸੀਂ ਪਹਿਲਾਂ ਹੀ ਪਾ ਕੇ ਤੇ ਇਸ਼ਨਾਨ ਕਰਕੇ ਤੇ ਨਾਲ ਜਾਈਏ ਇਹੋ ਜਿਹਾ ਜਜ਼ਬਾ ਉੱਤੇ ਮੈਂ ਮਤਲਬ ਸੀਗਾ ਜਿੱਦਾਂ ਲੱਦਾ ਕੋਠੀ ਇਹਨਾਂ ਨੇ ਖੜਿਆ ਵਾ ਲੱਦਾ ਕੋਠੀ ਮੈਂ ਤੁਹਾਨੂੰ ਇਹਨਾਂ ਦੀ ਕਮੀਨਗੀ ਵਾਲੀ ਗੱਲ ਦੱਸਦਾ ਵਾਲੀ
ਇਹਨਾਂ ਨੇ ਸਭ ਜੇਲ ਨਕਲੀ ਬਣਾਈ ਸੀ ਕੋਲ ਨਕਲੀ ਸਭ ਜੇਲ ਅੱਛਾ ਠੀਕ ਸਾਨੂੰ ਉੱਥੋਂ ਫੜਨਾ ਇਹਨਾਂ ਨੇ ਗਰੁੱਪਾਂ ਦੇ ਵਿੱਚ ਇੰਟਰੋਗੇਟ ਇਹਨਾਂ ਨੇ ਸਾਰੀਆਂ ਏਜੰਸੀਆਂ ਨੇ ਉੱਥੇ ਸੀਬੀਆਈ ਨੇ ਆਈਪੀ ਨੇ ਕਿਹੜੀ ਕਿਹੜੀ ਏਜੰਸੀ ਚ ਉੱਥੇ ਜਾਣੂ ਤੇ ਪਤਾ ਨੀ ਲੱਗਦਾ ਜੀ ਇਹਨਾਂ ਨੇ ਉੱਥੇ ਇੰਟਰੋਗੇਟ ਸਾਡੀ ਕੀਤੀ ਉੱਥੇ ਕੀ ਹੋਇਆ ਵੀ ਸਾਡਾ ਜਿਹੜਾ ਇੱਕ 31 ਅਕਤੂਬਰ ਵਾਲਾ ਦਿਨ ਸੀ ਅਸੀਂ ਉੱਥੇ ਸੀ ਜਿਸ ਵੇਲੇ ਉਸ ਤਰੀਕ ਨੂੰ ਸਾਨੂੰ ਪਤਾ ਨੀ ਲੱਗਾ ਵੀ ਇੰਦਰਾ ਗਾਂਧੀ ਮਸ਼ਹੂਰਤਾ ਠੀਕ ਹੈ ਅਸੀਂ 2 ਜਾਂ 3 ਤਰੀਕ ਹੋਊਗੀ ਮੇਰੀ ਪੇਸ਼ੀ ਸੀ ਤਦ ਤੱਕ ਮੇਰੇ ਜੀ ਪੀ ਐਸ ਪਾਏ ਸੀ ਸਾਡੇ ਤੇ ਵਾਹਵਾ ਇਹਨਾਂ ਨੇ ਜੈਕ ਹਾਂਜੀ ਠੀਕ ਹੈ ਅਸੀਂ ਮੈਨੂੰ ਨਾ ਤਰਨ ਤਾਰਨ ਵਾਲੀ ਪੁਲਿਸ ਲੈ ਕੇ ਤੇ ਤਰਨ ਤਾਰਨ ਆਈ ਤੇ ਬੜਾ ਸੁਣ ਸਾਨ ਸਾਰੇ ਉਦੋਂ ਡੰਡੇ ਹੋਣ ਡੇ ਸੀ ਦਿੱਲੀ ਹਾਂਜੀ ਠੀਕ ਹੈ ਮੁਲਾਜ਼ਮ ਨੇ ਸਾਰੀ ਗੱਲ ਦੱਸੀ ਕਿ ਆਹ ਗੱਲ ਹੋ ਗਈ ਇੰਦਰਾ ਗਾਂਧੀ ਤੋਂ ਮਾਰਿਆ ਤੇ ਉੱਥੇ ਦੰਗੇ ਹੋਏ ਬੜੇ ਤਗੜੇ ਬੜੇ ਸਿੱਖ ਆਪਣਾ ਮਾਰ ਤੇ ਉਹਨਾਂ ਨੇ ਹਿੰਦੂਆਂ ਨੇ ਤੇ ਸਾਨੂੰ ਪਤਾ ਹੀ ਨੀ ਹੋਇਆ ਸਾਨੂੰ ਕੀ ਪਤਾ ਹੋਣਾ ਸਾਡੇ ਤੋਂ ਕੋਈ ਖ਼ਬਰ ਨਾ ਬਾਹਰ ਤੇ ਨਾ ਸਾਨੂੰ ਕੋਈ ਅੰਦਰ ਸਾਨੂੰ ਤੇ ਉੱਥੇ ਇਕੱਲੇ ਇਕੱਲੇ ਨੂੰ ਰੱਖਿਆ ਸੀ ਉੱਥੇ ਮੈਂ ਤੁਹਾਨੂੰ ਇੱਕ ਦੱਸਦਾ ਹਕੀਕਤ ਵੀ ਜਿੱਦਾਂ ਸਾਡੇ ਜਿਹੜੇ ਸਾਰੇ ਸਿੰਘਾਂ ਦੇ ਮਨ ਸੀ ਨਾ ਜਿਹੜੇ ਉਹ ਜਿਹੜਾ ਡੋਲੇ ਹੋ ਗਏ ਸੀ ਠੀਕ ਹੈ ਤੇ ਜਦੋਂ ਮੈਂ ਮੈਨੂੰ ਵੀ ਜੋਸ਼ ਸੀ ਅੰਦਰ ਮੈਂ ਜਦੋਂ ਗਿਆ ਤੇ ਭਾਈ ਵੀਰ ਸਿੰਘ ਜੀ ਸਰੀਰ ਬੜਾ ਟੈਰੋਗੇਟ ਕਰਕੇ ਝੰਡਿਆ ਸੀ ਬਹੁਤ ਅਸੀਂ ਕਈ ਮਾਲਸਾਂ ਤੇਲ ਕੇ ਉਹਨਾਂ ਦੀਆਂ ਕਰਦੇ ਸੀ ਜਦੋਂ ਖੋਲਦੇ ਸੀ ਸਾਨੂੰ 2 ਘੰਟੇ ਠੀਕ ਤੇ ਬੜਾ ਇੰਟੈਰੋਗੇਟ ਉਹਨਾਂ ਨੂੰ ਬਹੁਤ ਸਰੀਰ ਉਹਨਾਂ ਦਾ ਇੰਟੈਰੋਗੇਟ ਹੋਇਆ ਸੀ ਇੰਦਰਾ ਗਾਂਧੀ ਮਾਰਤੀ ਮੈਨੂੰ ਗੱਲ ਕੀ ਕਿੰਨਾ ਤੁਸਾਂ ਇੰਦਰਾ ਗਾਂਧੀ ਮਾਰਤੀ ਸਿੰਘਾਂ ਨੇ ਅੱਛਾ ਉਹ ਜਦੋਂ ਸੁਣਿਆ ਉਹਨੇ ਤੇ ਉਹ ਦੇਖੋ ਹੈ ਬਜ਼ੁਰਗ ਸੀ ਬੜੀ ਗਰਜਵੀ ਆਵਾਜ਼ ਸਾਰੀ ਕੋਠੀ ਜਿਹੜੀ ਬੂੰਦ ਉੱਠੀ ਫੇਰ ਚੱਲਣ ਦੇ ਜਿਤਾਰੇ ਅਸੀਂ ਫਿਰ ਉਹ ਲਾਈ ਗਏ ਅਸੀਂ ਜਵਾਬ ਦੇਈ ਗਏ 5-10 ਮਿੰਟ ਫਿਰ ਜਿਤਾਰਿਆਂ ਦਾ ਕੰਮ ਉੱਥੇ ਚੱਲਿਆ ਫਿਰ ਉਹ ਅਫਸਰ ਆ ਗਏ ਸਾਰੇ ਘੱਟੇ ਉਹਨਾਂ ਨੇ ਫਿਰ ਸਾਨੂੰ ਮੁਲਾਜ਼ਮਾਂ ਉਹਨਾਂ ਨੇ ਇਹ ਗੱਲ ਕਹੀ ਤੇ ਫੇਰ ਉਹਨਾਂ ਨੇ ਹਿਸਟਰੀ ਸਾਨੂੰ ਸਾਰੀ ਦੱਸੀ ਕਿ ਆਹ ਕੰਮ ਬਣਿਆ ਸਤਵੰਤ ਸਿੰਘ ਭਾਈ ਸਤਵੰਤ ਸਿੰਘ ਜੀ ਭਾਈ ਗਿਆਨ ਸਿੰਘ ਜੀ ਉਹਨਾਂ ਨੇ ਉਹਨੂੰ ਸ਼ੋਭਤਾ ਵਾ ਠੀਕ ਹੈ ਨਾ ਜੀ ਫਿਰ ਸਾਡੇ ਮਨਾਂ ਚ ਘੇਰੇ ਸੀ ਨਾ ਉਹ ਫਿਰ ਸਾਨੂੰ ਉਹਨਾਂ ਨੇ ਖੁੱਲਾ ਫੇਰ ਇੰਟੈਰੋਗੇਟ ਚੈੱਕ ਕਰ ਦੋ ਹੱਡੀ ਛੱਡ ਕੇ ਠੀਕ ਹੈ ਸਾਨੂੰ ਉਹਨਾਂ ਨੇ ਬਾਅਦ ਚ ਕੁੱਟਿਆ ਨਹੀਂ ਜਾਂ ਮਾਰਿਆ ਨਹੀਂ ਫਰਕ ਪੈ ਗਿਆ ਇਸ ਗੱਲ ਨਾਲ ਵੀ ਕਿਤੇ ਹਾਂਜੀ ਮਤਲਬ ਸਾਨੂੰ ਉਹ ਕਹਿੰਦੇ ਵੀ ਜਿਹੜੀ ਇਹ ਇਹ ਸਰੇ ਦੀ ਪ੍ਰਤੀਸ਼ੀ ਦੇ ਦੇਰ ਨੂੰ ਆਖ ਇਹਨਾਂ ਨੇ ਪਾ ਲਿਆ ਤੇ ਅਸੀਂ ਕਿਹੜੀ ਬਾਗ ਦੀ ਮੋੜੀ ਆ ਹਾਂਜੀ ਠੀਕ ਹੈ ਸਾਡੀ ਇਹ ਅਸੀਂ ਕਹੀਏ ਸਾਨੂੰ ਕਾਲੇ ਪਾਣੀ ਸਾਨੂੰ ਤੋਂ ਜੇ ਬਚਾਇਆ ਸਾਨੂੰ ਟੈਰੋਗੇਟ ਸੈਂਟਰਾਂ ਚੋਂ ਬਚਾਇਆ ਤੇ ਸਾਨੂੰ ਭਾਈ ਸਤਵੰਤ ਸਿੰਘ ਜੀ ਤੇ ਭਾਈ ਗਿਆਨ ਸਿੰਘ ਜੀ ਨੇ ਸਾਨੂੰ ਸਾਡੇ ਜਿਹੜੀ ਉਹਨਾਂ ਦੀ ਕੁਰਬਾਨੀਆਂ ਉਹਨਾਂ ਨੇ ਬਚਾਇਆ ਹਾਂਜੀ ਠੀਕ ਉਹਨਾਂ ਦੇ ਸਿਰ ਤੇ ਪੱਗ ਸਾਡੀ ਉਹ ਉਹਨਾਂ ਨੇ ਸਿੱਖ ਕੌਮ ਦੀ ਸਾਡੀ ਉਦੋਂ ਰੱਖੀ ਉਦੋਂ ਸਾਨੂੰ ਆ ਜਾ ਕੇ ਫਿਰ ਜਿਹੜਾ ਹੌਸਲਾ ਹੋਇਆ ਜਿਹੜਾ ਸਾਨੂੰ ਜੇਲ੍ਹ ਚ ਆ ਕੇ ਵਾਪਸ ਸਾਨੂੰ ਮੁੜ ਕੇ ਉਹਨਾਂ ਦਾ ਪਰਦਾ ਵੀ ਯਾਰ ਹੋ ਗਿਆ ਉਹ ਖੜੇ ਵੀ ਗਏ ਸਾਰੇ ਉੱਥੇ ਜਿਹੜੇ ਮੁਲਾਜ਼ਮ ਸੀ ਨਗਰੀ ਉਹਨਾਂ ਨੇ ਬਣਾਏ ਕੋਈ ਸੁਪਰਡੈਂਟ ਬਣਾਇਆ ਸੀ ਕੋਈ ਡਿਪਟੀ ਬਣਾਇਆ ਸੀ ਉਹਦਾ ਮੁੜ ਕੇ
ਭਾਈ ਜਸਦੀਪ ਸਿੰਘ ਘੁੰਮਣ ਸਿੰਘ ਸਾਡੇ ਉਹਨਾਂ ਦੇ ਪਿਤਾ ਜੀ ਸ਼ਹਿਰੀ ਸ਼ਹਿਰ ਉਹ ਗਰੀਬ ਕਰਕੇ ਥੋੜਾ ਜਿਹਾ ਕਮਜ਼ੋਰ ਆ ਹੈਗੇ ਆ ਹਰਬੰਸ ਸਿੰਘ ਜੀ ਸਰਦਾਰ ਹਰਬੰਸ ਸਿੰਘ ਜੀ ਉਹਨਾਂ ਨੇ ਬੜਾ ਇਹ ਟੈਸਟ ਕੇਸ ਦੀ ਪੈਰਵਾਈ ਕੀਤੀ ਜਾ ਕੇ ਤੇ ਸੈਸ਼ਨ ਜੱਜ ਦੀ ਇਨਕੁਆਇਰੀ ਬਿਠਾਈ ਤੇ ਸਾਨੂੰ ਅੰਦਰ ਉਹ ਸਾਡੇ ਬਲਾਜੇ ਹੋਏ ਸਾਰਿਆਂ ਦੇ ਸਾਨੂੰ ਉਹ ਮੁਆਵਜ਼ੇ ਵੀ ਮਿਲੇ ਜੀ ਅੱਛਾ ਜੀ ਉਹਦੇ ਮੁਆਵਜ਼ੇ ਵੀ ਦਵਾਏ ਸਾਨੂੰ ਉਹਦੇ ਉਦੋਰਪੁਰ ਜੇਲ੍ਹ ਚ ਸਾਨੂੰ ਮੁਆਵਜ਼ੇ ਉਹਦੇ ਥੋੜੇ ਥੋੜੇ ਪੰਜ ਪੰਜ ਹਜ਼ਾਰ ਕਿਸੇ ਨੂੰ ਦਸ ਦਸ ਹਜ਼ਾਰ ਕਿਸੇ ਨੇ ਪਿਤਾ ਜ਼ਿਆਦਾ ਐਡਵੋਕੇਟ ਕੀਤਾ ਸਾਨੂੰ ਨੀ ਸੀ ਪਤਾ ਬਾਅਦ ਚ ਸਾਨੂੰ ਪਤਾ ਲੱਗਾ ਠੀਕ ਹੈ ਜਾਣੀ ਕਿ ਇਹੋ ਇਹੋ ਜੇ ਬਹੁਤ ਤੁਹਾਡੇ ਕੋਲ ਖਜ਼ਾਨਾ ਆ ਬਹੁਤ ਜਿੱਦਾਂ ਤੇ ਕਿਉਂਕਿ ਆਪਾਂ ਹੁਣ 36 ਸਾਲ ਹੋ ਗਏ ਉਹਨਾਂ ਸਿੰਘਾਂ ਨੂੰ ਯਾਦ ਕਰ ਰਹੇ ਹਾਂ ਤੇ ਫੇਰ ਕਿਤੇ ਭਾਈ ਸਾਹਿਬ ਜਿਹੜੀਆਂ ਤੁਹਾਡੇ ਕੋਲ ਸਾਨੂੰ ਇਹ ਆ ਚਲੋ ਕੋਈ ਫਿਕਰ ਵਾਲਾ ਹੋਵੇ ਸਾਰੀ ਹਾਂ ਕੋਈ ਚੰਗਾ ਲਿਖਾਰੀ ਹੋਵੇ ਸਾਡੇ ਕੋਲ ਇਹ ਲੈ ਲੈਣੇ ਤੇ ਜ਼ਿੰਦਗੀ ਦਾ ਸਵਾਸਾ ਨਾ ਕੋਈ ਤੇ ਦਿੱਤੇ ਫਿਰ ਸੱਚਾਈ ਜਿਹੜੀ ਹੋਰ ਵੀ ਬੜੀ ਆ ਛੱਤੀ ਸਾਲ ਹੋ ਗਏ ਜੋ ਉਸ ਵੇਲੇ ਸੀ ਜਿਦਾਂ ਤੁਸੀਂ ਆਪਾਂ ਆਪ ਵੀ ਗੱਲਾਂ ਕਰ ਚੁੱਕੇ ਹਾਂ ਬੇ ਹੁਣ ਬਖਰੇਵੇਂ ਬਹੁਤ ਪੈ ਗਏ ਪਰ ਅੱਜ ਫੇਰ ਵੀ ਜਿਦਾਂ ਹੁਣ ਤੁਸੀਂ ਅੱਜ ਕੱਲ ਕੀ ਕਰਦੇ ਆ ਅਸੀਂ ਅੱਜ ਕੱਲ ਹੁਣ ਮੈਂ ਤੇ ਆਪਣਾ ਸੇਵਾ ਕਰਾਉਣੇ ਨਾਲ ਬੱਚਿਆਂ ਨੂੰ ਸੰਥਿਆ ਕਰਾਈ ਕਿੱਥੇ ਬਣਾ ਰਹੇ ਜਗ੍ਹਾ ਹਾਂਜੀ ਤੁਸੀਂ ਆਪਣੇ ਵੱਲੋਂ ਜਿੱਦਾਂ ਅੱਜ ਜਿਹੜਾ ਕੌਮ ਦੇ ਵਿੱਚ ਬਖਰੇਵਾਂ ਜਾਂ ਦੂਰੀਆਂ ਪਈਆਂ ਆ ਇਹਨਾਂ ਸਿੰਘਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਵੀ ਅਸੀਂ ਸਾਨੂੰ ਕੀ ਕਰਨਾ ਚਾਹੀਦਾ ਠੀਕ ਸੰਤਾਂ ਨੂੰ ਅੱਗੇ ਲਾ ਕੇ ਆਪਾਂ ਸਭ ਕੁਛ ਲੈ ਸਕਦੇ ਹਾਂ ਜਿਹਨਾਂ ਦੀ ਸੋਚ ਇਹ ਹੁੰਦੀ ਤੇ ਅੱਜ ਮੇਰਾ ਖਿਆਲ ਕੌਮ ਦੀ ਜਿਹੜੀ ਸੀ ਉਹ ਤਸਵੀਰ ਹੀ ਵੱਖਰੀ ਹੋਣੀ ਸੀ ਜਦੋਂ ਸਾਰੇ ਨੰਬਰਦਾਰ ਤੇ ਬਣ ਨੀ ਸਕਦੇ ਨੰਬਰਦਾਰ ਤੇ ਇੱਕ ਹੀ ਚੋਣਾ ਪੈਂਦਾ ਵਾ ਜੀ ਜਿਹੜਾ ਘਰ ਸਾਰਾ ਚਲਾਊਗਾ ਠੀਕ ਹੈ ਤੇ ਇਹਦਾ ਅੱਜ ਤੇ ਮੈਂ ਤੇ ਇਹੋ ਕੌਮ ਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਹੋ ਸਕਦਾ ਵਾ ਸਾਡੇ ਜਿਹੜੇ ਆ ਮਤ ਭੇਦ ਆ ਇੱਕ ਦੂਜੇ ਦੇ ਨਾਲ ਪਰ ਇੰਨਾ ਤੁਸੀਂ ਇੱਕ ਸੋਚ ਦੇ ਵਿੱਚੋਂ ਜਿੰਨੇ ਜਿੰਨੇ ਸੰਘਰਸ਼ ਲੜਿਆ ਵਾ ਜਿਹਨਾਂ ਜਿਹਨਾਂ ਨੇ ਕੁਰਬਾਨੀਆਂ ਕੀਤੀਆਂ ਵਾ ਜਿਹਨਾਂ ਜਿਹਨਾਂ ਨੇ ਪੈਰੋਗੇਟਾਂ ਚੱਲੀਆਂ ਜਿਹਨਾਂ ਜੇਲ੍ਹਾਂ ਚੱਲੀਆਂ ਹਾਂਜੀ ਬਗੈਰ ਕੋਈ ਸਵਾਰਥ ਦੇ ਅੱਗੇ ਰੱਖ ਕੇ ਜਿਹਨਾਂ ਨੇ ਪਰਿਵਾਰਾਂ ਦੇ ਮੈਂਬਰ ਜਿਹੜੇ ਸ਼ਹੀਦ ਕਰਵਾਏ ਆ ਜਿਹੜੇ ਅੱਜ ਵੀ ਕਈ ਸ਼ਹੀਦਾਂ ਦੇ ਪਰਿਵਾਰ ਵਾ ਜਿਹੜੇ ਉਹ ਆਪਣੇ ਜਿਹੜੇ ਵਿਚਾਰੇ ਕੱਥੇ ਦੇ ਸਾਨੂੰ ਆ ਕੇ ਕੋਈ ਮਿਲ ਜਾਵੇ ਸਰੂਪਾ ਤੇ ਚਲੋ ਵੱਖਰੀ ਗੱਲ ਵਾ ਸਾਨੂੰ ਆ ਕੇ ਕੋਈ ਮਿਲ ਜਾਵੇ ਸਾਨੂੰ ਇਹ ਤੇ ਦੱਸੇ ਵੀ ਅਸੀਂ ਕੁਰਬਾਨੀਆਂ ਕੀਤੀਆਂ ਵਾ ਜਾਂ ਸਿੰਘਾਂ ਨੇ ਆਪਣਾ ਇਹ ਤੇ ਸਾਨੂੰ ਮਾਣ ਮਹਿਸੂਸ ਹੋਵੇ ਵੀ ਅਸੀਂ ਕੁਰਬਾਨੀ ਦਾ ਸਾਨੂੰ ਪੁੱਛਦੇ ਤੇ ਹੈਗੇ ਆ ਸਾਡੀ ਵੱਡੀ ਘਾਟ ਵਾ ਵੀ ਜਿਹੜਾ ਚਲੇ ਗਿਆ ਉਹ ਚਲੇ ਗਿਆ ਜਿਹੜਾ ਜੇਲ੍ਹ ਚ ਬੰਦ ਆ ਉਹ ਜੇਲ੍ਹ ਚ ਬੰਦ ਆ ਸਾਨੂੰ ਨੀ ਮੁੜ ਕੇ ਫਿਰ ਸਾਡਾ ਨੀ ਕੋਈ ਮਤਲਬ ਕਿਸੇ ਨਾਲ ਸਾਡਾ ਵੱਡੀ ਗੱਲ ਅਸੀਂ ਸਾਡੀ ਇਹੋ ਆ ਕਿ ਜਿੰਨਾ ਚਿਰ ਤੱਕ ਅਸੀਂ ਸਾਰੇ ਇੱਕ ਮੁੱਠ ਹੋ ਕੇ ਇਸ ਬਾਰੇ ਨਹੀਂ ਸੋਚਦੇ ਹਾਂ ਜਿਹੜੀਆਂ ਸਾਡੀਆਂ ਖਾਮੀਆਂ ਉਹ ਵੀ ਸਾਨੂੰ ਯਾਦ ਕਰਨੀਆਂ ਚਾਹੀਦੀਆਂ ਵੀ ਇੱਥੋਂ ਅਸੀਂ ਗਲਤ ਸਾਂ ਵੱਡੀ ਗੱਲ ਅਸੀਂ ਆਪਣੀ ਗਲਤੀ ਤੇ ਮੰਨਣੋਂ ਪਿਆਰ ਨੀ ਤੇ ਪ੍ਰਾਪਤ ਕਰ ਸਕਦੇ ਏਕਤਾ ਕਰਕੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰੀਏ ਤੇ ਇਹ ਸਮਾਂ ਜਿਹੜਾ ਵਾ ਕੋਈ ਵੀ ਸੰਤ ਮਹਾਂਪੁਰਖ ਕਹਿੰਦੇ ਹੁੰਦੇ ਸੀ ਕਿ ਜਿਹੜਾ ਮੇਰੇ ਤੋਂ ਬਾਅਦ ਕੋਈ ਆਊਗਾ 10 ਗੁਣਾ ਵੱਧ ਮੇਰੇ ਤੋਂ ਹੋਊਗਾ ਏਕਤਾ ਵਾਲਾ ਅਸੀਂ ਆਪ ਕੰਨਾਂ ਅੱਖਾਂ ਕੰਨਾਂ ਵੇਖ ਕੇ ਕੰਨਾਂ ਨਾਲ ਸੁਣਿਆ ਜੀ ਉਹਨਾਂ ਦੇ ਬਚਨ ਠੀਕ ਹੈ ਨਾ ਜੀ
ਉਹਨਾਂ ਨੇ ਇਹ ਨੀ ਆਖਿਆ ਸੀ ਮੇਰੇ ਤੋਂ ਬਾਅਦ ਜਿਹੜਾ ਮੁਖੀ ਆਊਗਾ ਟਕਸਾਲ ਦਾ ਜਾਂ ਕੋਈ ਸਿੰਘ ਆਊਗਾ, ਉਹਨਾਂ ਨੇ ਆਖਿਆ ਮੇਰੇ ਤੋਂ ਬਾਅਦ ਜਿਹੜਾ ਕੌਮ ਦੀ ਦਵਾਈ ਕਰਨ ਵਾਲਾ ਆਊਗਾ ਉਹ 10 ਗੁਣਾ ਮੇਰੇ ਤੋਂ ਵੱਧ ਤੇਜ਼ ਤਪ ਮੇਰੇ ਨਾਲ ਹੋਊਗਾ। ਠੀਕ ਹੈ, ਇਸ ਕਰਕੇ ਜਿਹੜੀ ਆਸ ਵਾ ਆਸ ਦੇ ਉੱਤੇ ਆਪਾਂ ਨੂੰ ਜੀਣਾ ਚਾਹੀਦਾ ਵਾ। ਪਹਿਲੇ ਦੇ ਇਤਿਹਾਸ ਵੇਖੀਏ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਥਾਪਿਤ ਹੋਇਆ ਕਈ ਘਾਲਣਾ ਘਾਲ ਕੇ, ਬਾਬਾ ਬੰਦਾ ਸਿੰਘ ਜੀ ਨੇ ਪਹਿਲਾਂ ਰਾਜ ਕਾਇਮ ਕੀਤਾ ਕਿੰਨੀਆਂ ਘਾਲਣਾ ਘਾਲ ਕੇ, ਤੇ ਹੁਣ ਵੀ ਜੇ ਇੰਨਾ ਸਾਡਾ ਸ਼ਹੀਦੀਆਂ ਜਿਹੜੀਆਂ ਹੋਈਆਂ ਉਹ ਵਿਅਰਥ ਨੀ ਜਾਣਗੀਆਂ, ਉਹਨਾਂ ਦੇ ਜਿਹੜੇ ਡੁੱਲੇ ਹੋਏ ਖੂਨ ਆ ਨਾ ਜੀ ਉਹ ਵਿਅਰਥ ਨੀ ਜਾਊਗਾ, ਇਹ ਰੰਗ ਲਿਆਊਗਾ ਇੱਕ ਦਿਨ। ਅਸੀਂ ਖਾਲਸੇ ਰਾਜ ਦਾ ਨਿੱਘ ਜਿਹੜਾ ਉਹ ਜ਼ਰੂਰ ਮਾਣਾਂਗੇ, ਇਹ ਨੀ ਆ ਕੋਈ ਨਹੀਂ, ਇੱਕ ਦਿਨ ਜ਼ਰੂਰ ਸਾਨੂੰ ਆਪਣਾ ਰਾਜ ਭਾਗ ਦੇ ਅਸੀਂ ਮਾਲਕ ਬਣਾਂਗੇ, ਗੁਰੂ ਕਿਰਪਾ ਕਰੇ। ਬਹੁਤ ਬਹੁਤ ਭਾਈ ਸੁਖਵੰਤ ਸਿੰਘ ਜੀ ਧੰਨਵਾਦ ਆ। ਫਿਰ ਵੀ ਆਖਿਰ ਦੇ ਵਿੱਚ ਇੱਕ ਮਿੰਟ ਦੇ ਵਿੱਚ ਜੇ ਕੋਈ ਗੱਲ ਰਹਿ ਗਈ ਆ ਤੇ ਕਹਿਣੀ ਚਾਹੁੰਦੇ ਕਹਿ ਸਕਦੇ? ਬਸ ਜੀ ਮੈਂ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਵਾ ਜਿਹੜੇ ਤੁਸੀਂ ਹਰ ਇੱਕ ਥਾਂ ਤੇ ਜਿਹੜੇ ਸਿੱਖਾਂ ਨੂੰ ਸਿੰਘਾਂ ਨੂੰ ਜਿਹੜੇ ਨਵੀਂ ਆਪਣੀ ਜਨਰੇਸ਼ਨ ਆ ਉਹਨਾਂ ਨੂੰ ਇਹ ਦੱਸ ਰਹੇ ਜੇ ਗੱਲਾਂ ਨੇ ਤੇ 36 ਸਾਲ ਚ ਬੰਦਾ ਉਦਾਂ ਯਾਦ ਭੁੱਲ ਜਾਂਦਾ ਵਾ, ਤੁਸੀਂ ਕਿਤੇ ਭੁੱਲ ਜਾਂਦੀਆਂ ਗੱਲਾਂ ਤੇ ਬੜੀ ਹੋ ਸਕਦਾ ਮੇਰੇ ਕੋਲ ਕੋਈ ਗੱਲ ਰਹਿ ਗਈ ਹੋਵੇ ਜਾਂ ਕੋਈ ਕਿਸੇ ਦੇ ਖੜੇ ਹੋ ਜਾਂਦੇ ਓਹਨੂੰ ਨਿੰਦਰ ਵਾਸਤੇ ਓਹਨੂੰ ਗਲਤ ਕਹਿਣ ਨੂੰ, ਪਰ ਤੁਸੀਂ ਇੱਕ ਸਚਾਈ ਪੇਸ਼ ਕਰਦੇ ਆ ਜੋ ਸ਼ੁਰੂ ਤੋਂ ਸੋਢੀ ਵਾਲੀ ਪੇਸ਼ ਕੀਤੀ ਸੀ ਤੁਸੀਂ, ਤੇ ਮੇਰੇ ਮਨ ਚ ਇੱਕ ਹੈ ਕਿ ਚਲੋ ਚੰਗੀ ਗੱਲ ਜਿਹੜੀ ਆ ਲੋਕਾਂ ਨੂੰ ਦੱਸੋਗੇ, ਇਸ ਕਰਕੇ ਤੁਹਾਡਾ ਬਹੁਤ ਧੰਨਵਾਦ। ਸਿੱਖ ਕੌਮ ਦੀ ਹਮੇਸ਼ਾ ਚੜ੍ਹਦੀ ਕਲਾ ਰਹੇਗੀ, ਇਹ ਪੰਥ ਜਿਹੜਾ ਕਲਗੀਆਂ ਵਾਲੇ ਨੇ ਸਾਜਿਆ ਕਿਸੇ ਬੰਦੇ ਨੇ ਨਹੀਂ ਸਾਜਿਆ, ਇਹੋ ਜਿਹੇ ਨਿੰਦਕ ਦੋਖੀ ਕਈ ਸਮੇਂ ਸਿਰ ਉੱਠੇ ਤੇ ਉਹ ਆਪੇ ਹੀ ਮਰ ਗਏ ਆਪਣੀ ਮੌਤ ਦੇ ਨਾਲ, ਆਉਣ ਵਾਲਾ ਸਮਾਂ ਵੀ ਆਪੇ ਇਹਨਾਂ ਨੇ ਮਰ ਜਾਣਾ, ਵੇਖੋ ਖਤਮ ਹੋ ਜਾਣਾ, ਇਹਨਾਂ ਨੂੰ ਕਿਸੇ ਨੇ ਪੁੱਛਣਾ ਨੀ ਕੌਣ ਪੁੱਛਦਾ ਕਾਵਾਂ ਕੁੱਤਿਆਂ ਨੂੰ, ਉਹ ਪੁੱਛਦਾ ਜੀ ਨਹੀਂ ਪੁੱਛਦਾ, ਇਹਦੇ ਵੱਧ ਪੁੱਛਣੇ ਅੰਦਰ ਸ਼ੇਰ ਹੁੰਦੇ ਹਾਂਜੀ, ਵੱਟੇ ਉਸੇ ਬੇਰੀ ਨੂੰ ਪੈਂਦੇ ਨੇ ਜਿਹੜੇ ਬੇਰੀ ਦੇ ਮਿੱਠੜੇ ਬੇਰ ਹੁੰਦੇ। ਠੀਕ, ਇਹਦੇ ਆਪਾਂ ਨੂੰ ਪਤਾ ਵਾ ਜੀ, ਸੱਚੇ ਪਾਤਸ਼ਾਹ ਕਿਰਪਾ ਕਰਨ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਮੇਰੇ ਵੱਲੋਂ, ਹਾਂਜੀ ਸਾਰਿਆਂ ਨੂੰ ਜਿੰਨੇ ਚੈਨਲ ਵਾਲੇ ਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ ਇਹ ਸਨ ਭਾਈ ਸੁਖਵੰਤ ਸਿੰਘ ਜੀ ਜਲਾਲਾਬਾਦ, ਜਿਨ੍ਹਾਂ ਨੇ ਪੂਰੀ ਜਿਹੜੀ ਗੱਲਬਾਤ ਆਪਣੇ ਨਾਲ ਕੀਤੀ ਆ ਅਤੇ ਗੱਲਾਂ ਤਾਂ ਬਹੁਤ ਲੰਮੀਆਂ, ਭਾਵੇਂ 4-5 ਘੰਟੇ ਆਪਾਂ ਇਹਨਾਂ ਨਾਲ ਗੱਲ ਕਰ ਸਕਦੇ, ਬਹੁਤ ਖਜ਼ਾਨਾ ਇਹਨਾਂ ਦੇ ਕੋਲ, ਬਹੁਤ ਜ਼ਿਆਦਾ ਆ, ਅਤੇ ਅਸੀਂ ਜਿਹੜੇ ਉਹਨਾਂ ਦੇ ਵਿਚਾਰ ਤੁਹਾਡੇ ਜਿਹੜੇ ਆ ਕਚਹਿਰੀ ਦੇ ਵਿੱਚ ਰੱਖੇ ਆ, ਫੈਸਲਾ ਤੁਸੀਂ ਕਰਨਾ ਹੈ। ਸੋ ਬਹੁਤ ਬਹੁਤ ਧੰਨਵਾਦ ਆ ਜੀ, ਅਤੇ ਭਾਈ ਸੁਖਵੰਤ ਸਿੰਘ ਜੀ ਉਹਨਾਂ ਦਾ, ਤੁਹਾਡਾ ਵੀ ਜਿਹੜੇ ਆ ਸੰਗਤਾਂ ਸਹਿਯੋਗ ਦੇ ਰਹੀਆਂ। ਸੋ ਮੈਂ ਪ੍ਰੋਗਰਾਮ ਦੇ ਵਿੱਚ ਕਈ ਵਾਰੀ ਗੱਲਾਂ ਬਾਤਾਂ ਕਰਦਿਆਂ ਕੋਈ ਗੱਲਬਾਤ ਕਿਸੇ ਨੂੰ ਲੱਗਾ ਵੀ ਨਹੀਂ ਸਹੀ ਤਾਂ ਉਹਨਾਂ ਤੋਂ ਵੀ ਖਿਮਾ ਦੇ ਜਾਚਕਾਂ। ਸੋ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ, ਦੇਖਦੇ ਰਹੋ ਆਵਾਜ਼ ਕੌਮ ਟੀ ਵੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।